jana aaye hum kar sa jana aaye hum kar sa jana aaye sacha hum kar sa jana aaye hum kar sa jana aaye sahaj milaye har man paaye sahaj mila har man paaye sahaj milaye har man paaye sahaj milaye har man paaye panch mile sukh pa hum kar sa jana aaye hum kar sa jana aaye sacha mil milaye sacha mil milaye hum kar sa jana aaye hum kar sa jana aaye sai vast parapat hoi sai vast parapat Wakara, 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 wakara.
Yeah.
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਹੈ ਗੁਰਮੁਖ ਪਿਆਰਿਆਂ ਦਾ। ਹਮ ਘਰ ਸਾਜਨ ਆਏ, ਕਿੱਡੀ ਮਹਾਨ ਕਿਰਪਾ ਹੈ ਉਸ ਦਾਤੇ ਦੀ ਜਦੋਂ ਸਾਡੇ ਘਰ ਆਉਣਗੇ। ਉਹ ਵਾਹਿਗੁਰੂ ਕਿਰਪਾ ਕਰਨ, ਚੜ੍ਹਦੀ ਕਲਾ ਬਖਸ਼ਣ ਗੁਰਮੁਖ ਪਿਆਰਿਆਂ ਦੀ। ਆਓ ਗੁਰਮੁਖਾਂ ਦੀ ਚੜ੍ਹਦੀ ਕਲਾ ਲਈ ਜੈਕਾਰਾ ਲਗਾਈਏ ਜੀ। ਬੋਲੇ ਸੋਨਿਆ ਮੈਂ ਹੁਣ ਬੇਨਤੀ ਕਰਨਾ ਚਾਹੁੰਦਾ ਬੀਬੀਆਂ ਦੇ ਕਵੀਸ਼ਰੀ ਜਥੇ ਨੂੰ, ਉਹ ਆਪਾਂ ਨੂੰ ਹੁਣ ਕਵੀਸ਼ਰੀ ਰਾਹੀਂ ਨਿਹਾਲ ਕਰਨਗੇ। ਸੋ ਆਓ ਗੁਰਮੁਖ ਪਿਆਰੇ, ਉਨੀ ਦੇਰ ਆਪਾਂ ਸਿਮਰਨ ਵਿੱਚ ਜੁੜੀਏ ਜਿੰਨੀ ਦੇਰ ਗੁਰਮੁਖ ਪਿਆਰੇ ਸਟੇਜ 'ਤੇ ਬਰਾਜਦੇ ਆ ਜੀ। ਵਾਹਿਗੁਰੂ 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 ਵਾਹਿਗੁਰੂ। Guru, Vaheguru, 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 Guru, Vaheguru, 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 Guru, Vaheguru, Tainu milne di khatir janme, Tainu milne di khatir janme, mangiya tere to chon jug hoge par assi hoge dur tere to chon jug hoge par assi hoge dur tere to de de maafi hoya jo vi de de maafi hoya jo vi bhulla mere to chon jug hoge par assi hoge dur tere to chon jug hoge
ਪਰ ਅਸੀਂ ਹੋਗੇ ਦੂਰ ਤੇਰੇ ਤੋਂ ਇੱਕ ਇੱਕ ਕਰਕੇ ਭੁੱਲ ਗਏ ਦਿੱਤੇ ਇੱਕ ਇੱਕ ਕਰਕੇ ਭੁੱਲ ਗਏ ਦਿੱਤੇ ਸਿੱਖਿਆ ਤੇਰੀ ਕਦੇ ਨਹੀਂ ਕੱਢ ਕੇ ਪੀਤਾ ਅੰਮ੍ਰਿਤ ਦਾਤ ਪਿਆਰੀ ਨੂੰ ਕਦੇ ਨਹੀਂ ਕੱਢ ਕੇ ਪੀਤਾ ਅੰਮ੍ਰਿਤ ਦਾਤ ਪਿਆਰੀ ਨੂੰ ਲਾਲ ਗੱਲ ਨਾਲ ਰੁਲਦੀ ਫਿਰਦੀ ਲਾਲ ਗੱਲ ਨਾਲ ਰੁਲਦੀ ਫਿਰਦੀ ਜਿੰਦ ਨੇ ਮਾਣੀ ਇੱਕ ਇੱਕ ਕਰਕੇ ਭੁੱਲ ਗਿਆ ਦਿੱਤੇ ਸਿੱਖਿਆ ਤੇਰੀ ਨੂੰ ਇੱਕ ਇੱਕ ਕਰਕੇ ਭੁੱਲ ਗਿਆ ਦਿੱਤੇ ਸਿੱਖਿਆ ਤੇਰੀ ਨੂੰ ਦੇ ਕੇ ਸਵਾਸ ਵਪਾਰ ਕਰਨ ਲਈ ਦੇ ਕੇ ਸਵਾਸ ਵਪਾਰ ਕਰਨ ਲਈ ਭੇਜਿਆ ਦੁਨੀਆ ਤੇ ਮਾਇਆ ਪਿੱਛੇ ਲੱਗ ਅਨਮੁੱਲੇ ਸਵਾਸ ਗਵਾਤ ਤੇ ਮਾਇਆ ਪਿੱਛੇ ਲੱਗ ਅਨਮੁੱਲੇ ਸਵਾਸ ਗਵਾਤ ਤੇ ਲਿਵਦਾ ਰਸਤਾ ਛੱਡ ਕੇ ਤੁਰ ਪੇ ਲਿਵਦਾ ਰਸਤਾ ਛੱਡ ਕੇ ਤੁਰ ਪੇ ਤਾਂ ਰਸਤੇ ਲਾਲ ਗੱਲ ਨਾਲ ਰੁਲਦੀ ਫਿਰਦੀ ਜਿੰਦ ਨੇ ਮਾਣੀ ਨੂੰ ਲਾਲ ਗੱਲ ਨਾਲ ਰੁਲਦੀ ਫਿਰਦੀ ਜਿੰਦ ਨੇ ਮਾਣੀ ਨੂੰ ਤ੍ਰੈ ਗੁਨਾ ਦੀ ਧੁੱਪ ਤੋਂ ਠੰਡੀ ਤ੍ਰੈ ਗੁਨਾ ਦੀ ਧੁੱਪ ਤੋਂ ਠੰਡੀ ਸ਼ਾਵੀ ਕਰ ਦੇ ਤੂੰ ਖਿੰਨ ਖਿੰਨ ਭੁੱਲਣ ਹਾਰ ਦਾਤਿਆ ਕਿਰਪਾ ਕਰ ਦੇ ਤੂੰ ਖਿੰਨ ਖਿੰਨ ਭੁੱਲਣ ਹਾਰ ਦਾਤਿਆ ਕਿਰਪਾ ਕਰ ਦੇ ਤੂੰ ਪ੍ਰਭ ਵਾਲਿਆ ਕਿਰਪਾ ਕਰ ਦੇ ਪ੍ਰਭ ਵਾਲਿਆ ਕਿਰਪਾ ਕਰ ਪੰਜ ਵਸ ਕਰਾ ਲੈ ਤੂੰ ਖਿੰਨ ਖਿੰਨ ਭੁੱਲਣ ਹਾਰ ਦਾਤਿਆ ਕਿਰਪਾ ਕਰ ਦੇ ਤੂੰ ਖਿੰਨ ਖਿੰਨ ਭੁੱਲਣ ਹਾਰ ਦਾਤਿਆ ਕਿਰਪਾ ਕਰ ਦੇ ਤੂੰ ਪਾਂਡਾ ਸੁੱਚਾ ਕਰਕੇ ਅੰਮ੍ਰਿਤ ਪਾਂਡਾ ਸੁੱਚਾ ਕਰਕੇ ਅੰਮ੍ਰਿਤ ਨਾਲ ਭਰਾ ਦੇ ਤੂੰ ਮਨ ਤਰਲੇ ਮਿੰਨਤਾਂ ਕਰਦਾ ਆਪਣੇ ਚਰਨੀ ਲਾ ਲੈ ਤੂੰ ਮਨ ਤਰਲੇ ਮਿੰਨਤਾਂ ਕਰਦਾ ਆਪਣੇ ਚਰਨੀ ਲਾ ਲੈ ਤੂੰ ਮਨ ਤਰਲੇ ਮਿੰਨਤਾਂ ਕਰਦਾ ਆਪਣੇ ਚਰਨੀ ਲਾ ਲੈ ਤੂੰ ਮਨ ਤਰਲੇ ਮਿੰਨਤਾਂ ਕਰਦਾ ਆਪਣੇ ਚਰਨੀ ਲਾ ਲੈ ਤੂੰ ਗੁਰੂ ਸਾਹਿਬਾਂ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀ ਆਓ ਸਭ ਤੋਂ ਪਹਿਲਾਂ ਸਰਬੰਸ ਦਾਨੀ ਦਸਮੇਸ਼ ਪਿਤਾ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਵੱਲੋਂ ਬਖਸ਼ਿਸ਼ ਕੀਤੀ ਫਤਿਹ ਦਾ ਨਾਰਾ ਬੁਲੰਦ ਕਰੀਏ ਅਤੇ ਰਸਨਾ ਨੂੰ ਕਰੀਏ ਜੀ ਸਾਰੇ ਪਵਿੱਤਰ ਸਾਰੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਗੁਰਮੁਖ ਪਿਆਰਿਓ ਕੁਛ ਹੀ ਸਮੇਂ ਪਹਿਲਾਂ ਆਪਾਂ ਗੁਰਮੁਖਾਂ ਪਾਸੋਂ ਮਹਾਰਾਜ ਜੀ ਦੇ ਪਵਿੱਤਰ ਬਚਨ ਸੁਣ ਰਹੇ ਸੀ ਅਤੇ ਉਹ ਆਪਾਂ ਨੂੰ ਅੱਜ ਇੱਕ ਵਾਰੀ ਫਿਰ ਯਾਦ ਕਰਵਾ ਰਹੇ ਸੀ ਗੁਰਬਾਣੀ ਗੁਰੂ ਵਾਸ ਟੈਲਿੰਗ ਅਸ ਐਂਡ ਵੀ ਡੇਲੀ ਰੀਡ ਮਹਾਰਾਜ ਸਮਝਾਉਣਾ ਕਰਦੇ ਸੀ ਭਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਦੈਟ ਵੀ ਹੈਵ ਅਬਟੇਨਡ ਦਿਸ ਹਿਊਮਨ ਬਾਡੀ
to fulfill one mission, one goal. ਇੱਕ ਹੀ ਮਨੋਰਥ ਇੱਕ ਹੀ ਮਕਸਦ ਵਾਸਤੇ ਸਾਨੂੰ ਇਹ ਮਾਨਸ ਜਨਮਾ ਮਿਲਿਆ ਐਂਡ ਵਟ ਇਜ਼ ਦੈਟ ਮਿਸ਼ਨ ਗੁਰਮੁਖ ਪਿਆਰੇ ਵਾਜ਼ ਐਕਸਪਲੇਨਿੰਗ ਟੂ ਅਸ ਆਰ ਮਿਸ਼ਨ ਇਜ਼ ਟੂ ਰੀਯੂਨਾਈਟ ਬੈਕ ਵਿਦ ਦ ਟਰੂ ਲੋਰਡ ਉਸ ਪਰਮਾਤਮਾ ਨਿਰੰਕਾਰ ਦੇ ਨਾਲ ਮਿਲਾਪ ਕਰਨਾ ਪਰ ਲੇਕਿਨ ਗੁਰਮੁਖ ਪਿਆਰੇ ਆਪਾਂ ਸਾਰਿਆਂ ਨੇ ਆਪਣੇ ਅੰਦਰ ਚਾਤੀ ਮਾਰਨੀ ਵੀ ਹੈਵ ਟੂ ਟੇਕ ਅ ਲੁੱਕ ਇਨਸਾਈਡ ਆਫ ਆਰ ਸੈਲਫਸ ਕਿ ਸਾਨੂੰ ਕਿੰਨਾ ਕੁ ਸਾਡਾ ਮਿਸ਼ਨ ਔਰ ਗੋਲ ਯਾਦ ਰਹਿੰਦਾ ਸਾਰੇ ਦਿਨ ਦੇ ਵਿੱਚ ਇਨ ਦ ਇੰਟਾਇਰ ਡੇ ਹਾਊ ਮਚ ਡੂ ਵੀ ਰਿਮੈਂਬਰ ਔਰ ਮਿਸ਼ਨ ਡੂ ਵੀ ਰਿਮੈਂਬਰ ਔਰ ਗੋਲ ਅਤੇ ਜੇਕਰ ਸਾਨੂੰ ਸਾਡਾ ਮਿਸ਼ਨ ਹੀ ਨਹੀਂ ਪਤਾ ਚੇਤਾ ਹੀ ਨਹੀਂ ਰਹਿੰਦਾ ਵੀ ਡੋਂਟ ਰਿਮੈਂਬਰ ਔਰ ਮਿਸ਼ਨ ਤਾਂ ਫਿਰ ਅਸੀਂ ਉਹਨੂੰ ਪੂਰਾ ਕਿੱਦਾਂ ਕਰਾਂਗੇ ਹਾਊ ਵਿਲ ਵੀ ਫੁਲਫਿਲ ਇਟ ਕਿਉਂਕਿ ਆਪਾਂ ਵਾਰ ਵਾਰ ਸਮਝਦੇ ਹਾਂ ਕਿ ਆ ਜੋ ਆਪਾਂ ਸਰੀਰ ਦੇਖਦੇ ਹਾਂ ਅਸੀਂ ਨਹੀਂ ਹਾਂ ਦਿਸ ਬਾਡੀ ਦੈਟ ਵੀ ਸੀ ਇਜ਼ ਨਾਟ ਅਸ ਅਸੀਂ ਇਹ ਸਰੀਰ ਦੇ ਵਿੱਚ ਰਹਿਣ ਵਾਲੇ ਮਨ ਆ ਵੀ ਆਰ ਆਲ ਮਾਈਂਡਸ ਅਤੇ ਮਨ ਦਾ ਕੀ ਕੰਮ ਹੈ ਮਹਾਰਾਜ ਗੁਰਬਾਣੀ 'ਚ ਸਮਝਾਉਣਾ ਕਰਦੇ ਨੇ ਰਾਮ ਸਿਮਰ ਇਹ ਤੇਰੇ ਕਾਜ ਹੈ ਅਤੇ ਜੇਕਰ ਸਾਨੂੰ ਪਰਮਾਤਮਾ ਚੇਤੇ ਨਹੀਂ ਰਹਿੰਦਾ ਹੈ ਵੀ ਡੋਂਟ ਰਿਮੈਂਬਰ ਦ ਲੋਰਡ ਤਾਂ ਫਿਰ ਸਾਨੂੰ ਚੇਤੇ ਕੀ ਰਹਿੰਦਾ ਹੈ ਵਟ ਡੂ ਵੀ ਰਿਮੈਂਬਰ ਦੂਸਰੀਆਂ ਚੀਜ਼ਾਂ ਚਿੰਤਾ ਫਿਕਰ ਟੈਨਸ਼ਨਸ ਹੋਪਸ ਵਰੀਜ਼ ਡਿਜ਼ਾਇਰਸ ਲਸਟ ਐਂਗਰ ਗਰੀਡ ਅਟੈਚਮੈਂਟ ਪ੍ਰਾਈਡ ਇਹ ਸਾਰੀ ਸੋਚਾਂ ਦੂਜੀਆਂ ਚੀਜ਼ਾਂ ਕਿ ਸਾਡੇ ਬੱਚੇ ਕਿਵੇਂ ਪਲਣਗੇ ਹਾਊ ਸ਼ੁਡ ਵੀ ਟੇਕ ਕੇਅਰ ਆਫ ਆਰ ਫੈਮਿਲੀਜ਼ ਸਾਡਾ ਕੰਮ ਅੱਗੇ ਕਿਤੇ ਕਿਵੇਂ ਵਧੇਗਾ ਹਾਊ ਸ਼ੁਡ ਵੀ ਇੰਪਰੂਵ ਆਰ ਵਰਕ ਇਹ ਦੂਸਰੀਆਂ ਸੋਚਾਂ ਇਹ ਦੂਜੇ ਕੰਮ ਹੈ ਜੋ ਸਾਡਾ ਮਨ ਕਰਨ ਲੱਗ ਗਿਆ ਜਿਹਨੂੰ ਮਹਾਰਾਜ ਸਮਝਾਉਣਾ ਕਰਦੇ ਨੇ ਦੂਜੀ ਮਾਇਆ ਜਗਤ ਚਿੱਤ ਵਾਸ ਦੈਟ ਆਰ ਮਾਇੰਡ ਹੈਜ਼ ਬਿਕਮ ਅਟੈਚਡ ਟੂ ਦੂਜੀ ਮਾਇਆ ਇੱਕ ਪਰਮਾਤਮਾ ਨੂੰ ਭੁੱਲ ਕੇ ਦੂਜੇ ਦੇ ਨਾਲ ਲੱਗ ਗਏ ਆਪਾਂ ਸਾਰੇ ਅਤੇ ਹੁਣ ਜਦੋਂ ਗੁਰਮੁਖ ਆਪਾਂ ਨੂੰ ਸਮਝਾਉਂਦੇ ਨੇ ਕਿ ਅਸੀਂ ਨਿਰੰਕਾਰ ਨੂੰ ਲਗਾਤਾਰ ਚੇਤੇ ਕਰਨਾ ਆ ਤਾਂ ਕਹੇ ਇਹੋ ਜਿਹੇ ਜੀਵ ਹੁੰਦੇ ਨੇ ਉਹ ਕਹਿ ਦਿੰਦੇ ਨੇ ਕਿ ਵਾਪਸ ਤਾਂ ਆਪਾਂ ਵਿੱਚ ਤ੍ਰੈ ਗੁਣਾਂ 'ਤੇ ਹੀ ਆਉਣਾ ਸੋਚਾਂ ਲੈਣੀਆਂ ਜ਼ਰੂਰੀ ਹੈ ਇਟ ਇਜ਼ ਨੈਸੈਸਰੀ ਟੂ ਟੇਕ ਥੋਟਸ ਇਫ ਵੀ ਡੋਂਟ ਥਿੰਕ ਅਬਾਊਟ ਆਰ ਫੈਮਿਲੀਜ਼ ਦੈਨ ਹੂ ਵਿਲ ਅਤੇ ਮਹਾਰਾਜ ਸਮਝਾਉਣਾ ਕਰਦੇ ਨੇ ਕਿ ਸਾਡੇ ਸੋਚਿਆਂ ਕਦੀ ਕੋਈ ਕੰਮ ਹੋਇਆ ਆ ਹੈਵ ਵੀ ਐਵਰ ਡਨ ਵਟ ਐਵਰ ਇਟ ਇਜ਼ ਦੈਟ ਵੀ ਹੈਵ ਥੋਟ ਆਫ ਇਸ ਕਰਕੇ ਪਾਤਸ਼ਾਹ ਸਮਝਾਉਣਾ ਕਰਦੇ ਨੇ ਸੋਚੈ ਸੋਚ ਨਾ ਹੋਵੇ ਜੇ ਸੋਚੀ ਲੱਖ ਵਾਰ that even if we think 1,000 times, if something is not meant to be given to us, then we will never receive it. Is karke paasha samjhauna karde jaisa likht likhya tur karte hum taisi kirt kamai jo sade karma ch likhya hai we will receive it. Te jo kam karn vaste sanu is sansar te bheja hai maharaj apnu var var cheta karaunde ne us karn nu karo. ਇਸ ਕਰਕੇ ਪਾਤਸ਼ਾਹ ਸਮਝਾਉਣਾ ਕਰਦੇ ਨੇ ਜਾਂ ਕੋ ਆਏ ਸੋਈ ਬਿਹਾ ਜੋ ਹਰ ਗੁਰ ਤੇ ਮਨੇ ਬਸੇਰਾ ਨਿਜ ਘਰ ਮਹਿਲ ਪਾਓ ਸੁਖ ਸਹਿਜੇ ਬੋੜ ਨਾ ਹੋਏ ਗੋ ਫੇਰਾ ਇਸ ਕਰਕੇ ਪਾਤਸ਼ਾਹ ਦੱਸਦੇ ਨੇ ਦਰ ਆਰ ਟਾਈਮ ਇਜ਼ ਲਿਮਿਟਿਡ ਆ ਸਵਾਸ ਦੀਸ ਬ੍ਰੈਥਸ ਦੈਟ ਵੀ ਹੈਵ ਰਿਸੀਵਡ ਫਰੋਮ ਪਰਮਾਤਮਾ ਇਟਸ ਫੋਰ ਅ ਲਿਮਿਟਿਡ ਅਮਾਊਂਟ ਆਫ ਟਾਈਮ ਅਤੇ ਇਸ ਕਰਕੇ ਸਾਨੂੰ ਸਮਝਾਉਣਾ ਕਰਕੇ ਹਰ ਸਵਾਸ ਉੱਤੇ ਨਿਰੰਕਾਰ ਦੀ ਆਰਾਧਨਾ ਕਰੋ ਅਤੇ ਆਪਣੇ ਮਿਸ਼ਨ ਨੂੰ ਆਪਣੇ ਗੋਲ ਨੂੰ ਚੇਤੇ ਰੱਖੋ ਅਤੇ ਉਸਦੀ ਕਮਾਈ ਕਰੋ ਸੋ ਗੁਰਮੁਖ ਪਿਆਰੇ ਅਜਿਹੇ ਕੁਛ ਬੋਲ ਜਿਸ ਦੇ ਵਿੱਚ ਗੁਰਬਾਣੀ ਗੁਰੂ ਸਾਨੂੰ ਵਾਰ ਵਾਰ ਉਹ ਜੀਵਨ ਸਮਝਾ ਰਹੇ ਨੇ ਜਿਸ ਦੇ ਰਾਹੀਂ ਅਸੀਂ ਉਸ ਨਿਰੰਕਾਰ ਦੇ ਨਾਲ ਮਿਲਾਪ ਕਰ ਸਕਦੇ ਹਾਂ ਆਪ ਜੀ ਦੀ ਯੂਨੀਵਰਸਿਟੀ ਆਫ ਡਿਵਾਈਨ ਸਟੱਡੀਜ਼ ਦੇ ਸਿੱਖਿਆਰਥੀਆਂ ਪਾਸੋਂ ਹੇ ਇਉਂ ਸਰਵਣ ਕਰੋ ਜੀ ਉਠ ਸਵੇਰੇ ਅੰਮ੍ਰਿਤ ਵੇਲੇ ਬਾਣੀ ਪੜ੍ਹ ਲੈ ਤੂੰ ਸਮਾਂ ਨਿਕਲਦਾ ਜਾਂਦਾ ਕਮਲਿਆ ਸਿਮਰਨ ਕਰ ਲੈ ਤੂੰ ਸਮਾਂ ਨਿਕਲਦਾ ਜਾਂਦਾ ਕਮਲਿਆ ਸਿਮਰਨ ਕਰ ਲੈ ਤੂੰ ਗੁਰੂ ਗ੍ਰੰਥ ਜੀ ਆਮ ਗ੍ਰੰਥਾਂ ਵਾਂਗੂ ਗ੍ਰੰਥ ਨਹੀਂ ਕਲ ਯੁਗ ਦੇ ਵਿੱਚ ਇਸ ਨੂੰ ਖੋਜੇ
ਗੁਰੂ ਗ੍ਰੰਥ ਜੀ ਆਮ ਗ੍ਰੰਥਾਂ ਵਾਂਗੂ ਗ੍ਰੰਥ ਨਹੀਂ ਕਲ ਯੁਗ ਦੇ ਵਿੱਚ ਇਸ ਨੂੰ ਖੋਜੇ ਬਿਨ ਸਿੱਖ ਸੰਤ ਨਹੀਂ ਇੱਕ ਇੱਕ ਸ਼ਬਦ ਵਿਚਾਰ ਕੇ ਹਿਰਦੇ ਦੇ ਵਿੱਚ ਤਰ ਲੈ ਤੂੰ ਸਮਾਨ ਕਲ ਦਾ ਜਾਂਦੇ ਕਮਲਿਆ ਸਿਮਰਨ ਕਰ ਲੈ ਤੂੰ ਸਮਾਨ ਕਲ ਦਾ ਜਾਂਦੇ ਕਮਲਿਆ ਸਿਮਰਨ ਕਰ ਲੈ ਤੂੰ ਕਈ ਜਨਮਾਂ ਤੋਂ ਸੁੱਤਿਆ ਤੂੰ ਦੱਸ ਹੋਰ ਕਦੋਂ ਤੱਕ ਸੋਣਾ ਦੇਖੀ ਕਮਲਿਆ ਮਾਨਸ ਜਨਮਾਂ ਵਾਰ ਵਾਰ ਨਹੀਂ ਆਉਣਾ ਕਈ ਜਨਮਾਂ ਤੋਂ ਸੁੱਤਿਆ ਤੂੰ ਦੱਸ ਹੋਰ ਕਦੋਂ ਤੱਕ ਸੋਣਾ ਦੇਖੀ ਕਮਲਿਆ ਮਾਨਸ ਜਨਮਾਂ ਵਾਰ ਵਾਰ ਨਹੀਂ ਆਉਣਾ ਕਰਕੇ ਜਤਨ ਵਸੀਲੇ ਪਿਓ ਦੀ ਉਂਗਲੀ ਫੜ ਲੈ ਤੂੰ ਸਮਾਨ ਕਲ ਦਾ ਜਾਂਦੇ ਕਮਲਿਆ ਸਿਮਰਨ ਕਰ ਲੈ ਤੂੰ ਸਮਾਨ ਕਲ ਦਾ ਜਾਂਦੇ ਕਮਲਿਆ ਸਿਮਰਨ ਕਰ ਲੈ ਤੂੰ ਪਿਓ ਦਾ ਤੇ ਦਾ ਦਿੱਤਾ ਖਜਾਨਾ ਖੋਲ ਕਰ ਦੇਣਾ ਡਿਠਾ ਮਾਇਆ ਦੇ ਕਰ ਅੰਮ੍ਰਿਤ ਰਸ ਕਿਉਂ ਲੱਗਦਾ ਤੈਨੂੰ ਫਿੱਕਾ ਪਿਓ ਦਾ ਤੇ ਦਾ ਦਿੱਤਾ ਖਜਾਨਾ ਖੋਲ ਕਰ ਦੇਣਾ ਡਿਠਾ ਮਾਇਆ ਦੇ ਕਰ ਅੰਮ੍ਰਿਤ ਰਸ ਕਿਉਂ ਲੱਗਦਾ ਤੈਨੂੰ ਫਿੱਕਾ ਨਾ ਬਿਨਾ ਜੁੜ ਕੇ ਸਿਮਰਨ ਕਰਕੇ ਚੋਲੀਆਂ ਭਰ ਲੈ ਤੂੰ ਸਮਾਨ ਕਲ ਦਾ ਜਾਂਦੇ ਕਮਲਿਆ ਸਿਮਰਨ ਕਰ ਲੈ ਤੂੰ ਸਮਾਨ ਕਲ ਦਾ ਜਾਂਦੇ ਕਮਲਿਆ ਸਿਮਰਨ ਕਰ ਲੈ ਤੂੰ ਰਾਤੀ ਖਾ ਕੇ ਸੋਤੇ ਤੜਕੇ ਨੂੰ ਫਿਰ ਭੁੱਖ ਖੜੀ ਤਨ ਦੀ ਖਾਤਰ ਮਰਦੇ ਫਿਰਦੇ ਕਰਦੇ ਕਿਰਤ ਬੜੀ ਰਾਤੀ ਖਾ ਕੇ ਸੋਤੇ ਤੜਕੇ ਨੂੰ ਫਿਰ ਭੁੱਖ ਖੜੀ ਤਨ ਦੀ ਖਾਤਰ ਮਰਦੇ ਫਿਰਦੇ ਕਰਦੇ ਕਿਰਤ ਬੜੀ ਬੇਮੋਤਾ ਕਿਉਂ ਮਰਦੇ ਅੰਮ੍ਰਿਤ ਪੀ ਕੇ ਮਰ ਲੈ ਤੂੰ ਸਮਾਨ ਕਲ ਦਾ ਜਾਂਦੇ ਕਮਲਿਆ ਸਿਮਰਨ ਕਰ ਲੈ ਤੂੰ ਸਮਾਨ ਕਲ ਦਾ ਜਾਂਦੇ ਕਮਲਿਆ ਸਿਮਰਨ ਕਰ ਲੈ ਤੂੰ ਦੇਸ ਪਰਾਇਆ ਲੋਕ ਪਰਾਏ ਕੁਛ ਨੀ ਢਿੱਲੋਂ ਤੇਰਾ ਪ੍ਰਭ ਨੂੰ ਮਿਲਣੇ ਵਾਲਿਆ ਪਰਮ ਚ ਕਰ ਲਿਆ ਰਹਿਣ ਬਸੇਰਾ ਦੇਸ ਪਰਾਇਆ ਲੋਕ ਪਰਾਏ ਕੁਛ ਨੀ ਢਿੱਲੋਂ ਤੇਰਾ ਪ੍ਰਭ ਨੂੰ ਮਿਲਣੇ ਵਾਲਿਆ ਪਰਮ ਚ ਕਰ ਲਿਆ ਰਹਿਣ ਬਸੇਰਾ ਸੁਣ ਸਮਾ ਕੇ ਸ਼ਬਦ ਨੂੰ ਪਾ ਕੇ ਚੁੱਭੀਆਂ ਭਰ ਲੈ ਤੂੰ ਸਮਾਨ ਕਲ ਦਾ ਜਾਂਦੇ ਕਮਲਿਆ ਸਿਮਰਨ ਕਰ ਲੈ ਤੂੰ ਸਮਾਨ ਕਲ ਦਾ ਜਾਂਦੇ ਕਮਲਿਆ ਸਿਮਰਨ ਕਰ ਲੈ ਤੂੰ ਉੱਠ ਸਵੇਰੇ ਅੰਮ੍ਰਿਤ ਵੇਲੇ ਬਾਣੀ ਪੜ ਲੈ ਤੂੰ ਸਮਾਨ ਉੱਠ ਸਵੇਰੇ ਅੰਮ੍ਰਿਤ ਵੇਲੇ ਬਾਣੀ ਪੜ੍ਹ
सिमरन कर ले तू समान कलदा जांदे कमलिया सिमरन कर ले तू समान कलदा जांदे कमलिया सिमरन कर ले सात श्री अकाल उठ सवेरे अमृत वेले बाणी पढ़ लै तू समा निकलदा जांदा कमलिया सिमरन कर लै तू इस करके गुरमुख प्यारो गुरबाणी गुरु दे दर्शन करने बाणी पढ़नी सुननी अते कमाउणी साडे वास्ते बहुत जरूरी है इट्स वेरी इंपॉर्टेंट इस करके पाशाह आपां नूं समझाउणा करदे ने कि वाकई दे विच इफ यू रियली वांट टू फुलफिल योर मिशन वाकई दे विच जेकर तुसी मालक दे नाल मिलाप करना चाहुंदे हो ते कहिंदे हर स्वास उत्ते उस नूं चेते रखो इस करके पाशाह समझाउणा करदे ने चेतना है तो चेत लै निस दिन मैं प्राणी छिन छिन औद बिहात है फूटे घट ज्यों पाणी कहते जिमें एक मटका आता टुटिया आता तो टिप टिप करके पानी दिया बूंदा डिग रही आदि इवें इस शरीर रूपी घड़े दे विच स्वासा रूपी पानी दिया बूंदा नित महाराज समझाना करते घट रही है इस करके हम साढ़े उत्ते आ कि असी इस मिशन नू अगे लैके सुख लैना चाहते हाँ या वार वार फिर चौरासी के गेट विच जाके दुख पाना चाहते हैं सो इट्स आवर डिसीजन So Gurmukh Pyara, wilding vichar, wilding kavishri, many mistakes may have been committed. Tan Tan Sahib Shri Guru Granth Sahib Ji Maharaj ate aap Rab Roop Sangat, Bakshan Haryo Ji Baksh Lena Ji, aao sare gaj ke aakho ji, Wahe Guru Ji ka khalsa, Wahe Guru Ji ki fateh, Wahguru. गुरु वाहगुरु वाहेगुरु जी का खालसा वाहेगुरु जी की फतेह ये सन बीबिया का कविश्री जथा जिन्होंने बड़े ही ढंग तरीके साडे मन ते चोट लगाई है ता जो साडा मन समझ सके कि संसार ते की करन आया है सिमरन क्यों नहीं करता बहुत ही धन्यवाद है गुरमुख प्यारियां दा आओ गुरमुख प्यारियां दे चढ़दी कला लई एक जयकारा लगाइए जी बोले सो निहार हुण मैं बेनती करांगा साडी प्यारी सदिक कौर जी नूं पंज मिनट वास्ते सानूं अकत कहानी दे नाल जोड़नगे सदिक कौर जी जो स्पैशली कनेडा तो आए ने टोरंटो तो सो आओ उन्नी देर आप सारे रल मिल के सिमरन बिट जुड़िए सारे गुरमुख प्यारे भैन भरा करो जी कृपा वाहगुरु 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 गुरु आवाय 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 गुरु वाहेगुरु जी का खालसा वाहेगुरु जी की फतेह
ਕੰਮ ਪਿਆਰ ਜਦੋਂ ਅਸੀਂ ਘਰ ਆਉਂਦੇ ਹਾਂ ਔਰ ਅਸੀਂ ਕੋਈ ਜਾਪ ਕਰਦਾ ਕੋਈ ਜਾਪ ਨਹੀਂ ਕਰਦਾ ਸਾਹ ਚਾਹ ਕੇ ਅਸੀਂ ਜਦੋਂ ਸਾਹ ਚਾਹੁੰਦੇ ਹਾਂ ਕੋਈ ਜਾਪ ਕਰਦਾ ਸਾਹ ਚਾਹ ਕੇ ਅਤੇ ਉਹ ਜਿੱਤ ਕੇ ਘਰ ਚੱਲ ਜਾਂਦਾ ਵਾ ਕੋਈ ਸਾਹ ਚਾਹ ਕੇ ਨਹੀਂ ਜਾਪ ਕਰਦਾ ਉਹ ਹਾਰ ਕੇ ਚੁਣਾ ਚੱਲ ਜਾਂਦਾ ਵਾ ਕਪਾਣੀ ਗੁਰੂ ਫਲਾਮ ਕਰਦੇ ਨੇ ਤੈ ਕਰ ਬੈਸੋ ਹਰ ਚਣ ਪਿਆਰੇ ਸਤਿਗੁਰ ਤੁਮਰੇ ਕਾਨ ਸਵਾਲ ਖਾਸ ਵਾਲੇ ਤਿਸ ਲੋਕ ਪਰਮੇਸ਼ਵਰ ਮਾਲੇ ਸ਼ਕਤੀ ਪੈਸ ਹੀ ਕਰ ਕਰਤਾਰੇ ਪਰ ਜੀ ਕਹਿੰਦੇ ਆ ਜੇ ਮੈਂ ਜਦੋਂ ਕੋਈ ਤੈਨੂੰ ਇੱਥੇ ਤੈਨੂੰ ਕੋਈ ਰੋਂਗ ਤੈਨੂੰ ਲੱਗਦਾ ਵਾ ਤੇ ਮੈਂ ਦੇਖਦਾ ਕੀ ਕਰਦਾ ਵਾ ਤੂੰ ਕਰ ਲਾਉਣਾ ਵਾ ਆਪਾਂ ਜਦੋਂ ਅਸੀਂ ਇੱਕ ਬੱਚਾ ਜਦੋਂ ਖੇਡ ਆ ਆਊਟਸਾਈਡ ਤੈਨੂੰ ਮਾਤਾ ਕਹਿੰਦੀ ਜਦੋਂ ਹਫ਼ਤੇ ਅੰਦਰ ਆ ਜਾ ਉਹਦੇ ਲਈ ਮਰਜ਼ੀ ਆ ਉਹਨੇ ਘਰ ਆਉਣਾ ਕਿ ਨਹੀਂ ਘਰ ਆਉਣਾ ਡੇਂਜਰਸ ਹੁੰਦਾ ਵਾ ਤਾਂ ਹੀ ਅਸੀਂ ਜੋਬ ਕਰਨ ਵਾਸਤੇ ਸਾਹ ਚਾਹ ਕੇ ਜਦੋਂ ਅਸੀਂ ਸਾਹ ਚਾਹ ਕੇ ਜਪ ਕਰਦੇ ਹਾਂ ਉਦੋਂ ਗੁਰੂ ਜੀ ਕੋ ਸੁਣਦੇ ਹਾਂ ਜਦੋਂ ਅਸੀਂ ਸਾਹ ਚਾਹ ਕੇ ਨਹੀਂ ਜਪ ਕਰਦੇ ਫਿਰ ਵਾਹਿਗੁਰੂ ਜੀ ਨਹੀਂ ਕੋ ਸੁਣਦੇ ਤਾਂ ਹੀ ਅਸੀਂ ਸਾਹਦੇ ਅਸੀਂ ਜਪ ਕਰਨਾ ਵਾ ਜਦੋਂ ਅਸੀਂ ਥੋੜ੍ਹਾ ਜਿਹਾ ਰੱਖਦੇ ਹਾਂ ਇੱਦਾਂ ਥੋੜ੍ਹਾ ਜਿਹਾ ਸਾਨੂੰ ਲੱਭਣਾ ਪੈਂਦਾ ਉਦੋਂ ਅਸੀਂ ਮੈਪ ਦੇਖਦੇ ਹਾਂ ਇੱਦਾਂ ਅਸੀਂ ਅੰਦਰ ਦਾ ਮੈਪ ਦੇਖਣਾ ਵਾਹਿਗੁਰੂ ਜੀ ਕਿਸੇ ਮਹਾਰਾਜ ਜੀ ਨੂੰ ਦੇਖਣਾ ਫਿਰ ਅਸੀਂ ਉੱਥੇ ਘਰ ਚੱਲ ਜਾਵਾਂਗੇ ਰਸਤਾ ਦੱਸਦੇ ਆ ਅਸੀਂ ਕਿੱਦਾਂ ਘਰ ਜਾਣਾ ਵਾ ਆਪਣੇ ਕਾਰਨ ਕੁਛ ਨਹੀਂ ਜਾਣਾ ਇਕੱਲਾ ਜਾਪ ਜਾਣਾ ਵਾ ਅਸੀਂ ਮੰਗਣਾ ਜਾਪ ਮੰਗਣਾ ਸਾਹ ਜਾ ਕੇ ਤਾਸਨਾ ਚਾਲੇ ਬਿਨ ਭਜਨ ਦੇਖਿਆ ਸਰਦੀ ਸਾਥ ਹਰ ਨਾਮ ਕਮਾਵਨਾ ਨਾਨਕ ਹਰ ਸਾਥ ਇੱਦਾਂ ਅਸੀਂ ਜਦੋਂ ਅਸੀਂ ਜਪ ਕਰਦੇ ਹਾਂ ਸਾਹ ਆ ਕੇ ਉਦੋਂ ਅਸੀਂ ਸਾਰ ਜਪ ਕਰਦੇ ਹਾਂ ਜਦੋਂ ਕੋਈ ਸਾਹ ਆ ਕੇ ਨਹੀਂ ਜਪ ਕਰਦਾ ਫਿਰ ਉਹ ਚੁਣਾ ਚੱਲ ਜਾਂਦਾ ਵਾ ਅਸੀਂ ਕਿਹੜਾ ਕਹਾ ਕੇ ਕਹਿਣਾ ਵਾ ਅਸੀਂ ਸਾਨੂੰ ਮਾਇਆ ਨਾ ਦਿਓ ਇਕੱਲਾ ਅਸੀਂ ਜਪ ਦੇ ਦਿਓ ਅਤੇ ਕਿਸੇ ਕਾਲਾ ਨਾ ਦਿਓ ਮੰਗ ਮੰਗਣਾ ਹਰ ਨਾਨਕ ਕੀ ਅਰਦਾਸ ਜੇ ਕਿਰਪਾ ਸੀ ਮੈਂ ਦੀਜੇ ਨਾਮ ਨਾਲ ਜੇ ਕੁਝ ਕਾਫ ਸੀ ਆਹ ਗੰਗ ਪਿਆਰੇ ਜਦੋਂ ਹੁਣ ਜਪ ਕਰਨਾ ਵਾ ਸਾਰਾ ਦਿਨ ਚਲੋ ਹੁਣ ਇਹ ਜਪ ਕਰੀਏ ਸਵਾਹ ਸੁਣਦਾ ਜਾਏ ਤਾਂ ਵਾਹ ਕਹਿਣਾ ਸਵਾਹ ਸਾਰੇ ਤਾਂ ਗੁਰੂ ਕਹਿਣਾ ਕੰਨਾਂ ਨੂੰ ਸੁਣਨ ਨੇ ਤਾਂ ਬਾਣ ਰੱਖਣੇ ਤਾਂ ਕਿ ਸੁਰਜੀ ਸਾਡੀ ਨਾ ਕਿਤੇ ਬਾਣ ਕੇ ਜਾਏ ਸੁਰਜ ਜੀ ਆਵਾਜ਼ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਹੋਈ ਹੈ। ਸਿਦਕ ਜੀ ਨੇ ਵੀ ਸਾਨੂੰ ਉਹੀ ਮੈਸੇਜ ਸਤਿਗੁਰੂ ਜੀ ਦਾ ਰਲੇ ਕੀਤਾ ਸਾਡੇ ਵਾਸਤੇ ਕਿ ਅਸੀਂ ਸਾਰਿਆਂ ਨੇ ਜਪ ਕਰਨਾ ਹੈ, ਘਰ ਜਾਣਾ ਹੈ। ਅਗਰ ਆਪਾਂ ਚਾਹੁੰਦੇ ਹਾਂ ਵਾਹਿਗੁਰੂ ਜੀ ਸਾਡੇ 'ਤੇ ਖੁਸ਼ ਹੋਣ, ਤਾਂ ਆਪਾਂ ਸਾਰਿਆਂ ਨੇ ਸਿਮਰਨ ਕਰਨਾ, ਭਗਤੀ ਕਰਨੀ ਉਸ ਅਕਾਲ ਪੁਰਖ ਦੀ। ਸਦਕ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਹੈ। ਸਤਿਗੁਰ ਤੁਹਾਨੂੰ ਹੋਰ ਵੀ ਚੜ੍ਹਦੀ ਕਲਾ ਬਖਸ਼ਣ, ਤੁਸੀਂ ਹੋਰ ਵੀ ਵੱਧ ਤੋਂ ਵੱਧ ਪ੍ਰਚਾਰ ਕਰੋ। ਆਓ ਗੁਰਮੁਖ ਪਿਆਰਿਆਂ ਦੇ ਚੜ੍ਹਦੀ ਕਲਾ ਲਈ ਇੱਕ ਜੈਕਾਰਾ ਲਗਾਈਏ ਜੀ। ਬੋਲੇ ਸੋ ਨਿਹਾਲ। ਹੁਣ ਮੈਂ ਬੇਨਤੀ ਕਰਾਂਗਾ ਭਾਈ ਸਾਹਿਬ, ਭਾਈ ਜਾਦਵਿੰਦਰ ਸਿੰਘ ਜੀ, ਭਾਈ ਸੁਖਵਿੰਦਰ ਸਿੰਘ ਜੀ ਨੂੰ, ਜੋ ਕਨੇਡਾ ਤੋਂ ਸਪੈਸ਼ਲੀ ਆਏ ਨੇ, ਉਹ ਸਾਨੂੰ ਹੁਣ ਕੀਰਤਨ ਦੇ ਰਾਹੀਂ 6:45 ਤੱਕ ਸਾਨੂੰ ਕੀਰਤਨ ਦੇ ਰਾਹੀਂ ਨਿਹਾਲ ਕਰਨਗੇ। ਸੋ ਉਨੀ ਦੇਰ ਜਿੰਨੀ ਦੇਰ ਗੁਰਮੁਖ ਪਿਆਰੇ ਸਟੇਜ 'ਤੇ ਬਿਰਾਜਦੇ ਆ, ਆਪਾਂ ਸਾਰੇ ਆਪਣੇ ਕਾਰਜ ਵਿੱਚ ਜੁੜੀਏ। ਜੋ ਚੀਜ਼ ਕਸ ਪਾਸ ਸਿਲਾਹਾ ਲੈਣ ਆਏ ਹਾਂ ਸੰਸਾਰ 'ਤੇ, ਸੋ ਨੇਤਰ ਬੰਦ ਕਰੋ ਜੀ, ਜਪੋ ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ, ਵਾਹਿਗੁਰੂ ਸਾਹਿਬ ਜੀ, ਵਾਹਿਗੁਰੂ ਜੀ, ਵਾਹਿਗੁਰੂ ਜੀ, ਧੰਨ ਵਾਹਿਗੁਰੂ, ਵਾਹਿਗੁਰੂ।
इस मन को कोई खोजो पाई तन छूटे मन कहाँ समाई इस मन को इस मन को कोई खोजो पाई तन छूटे मन कहाँ समाई इस मन को कोई खोजो पाई मन मारे तात मर जाए बिन मन मुए कैसे हर पाए मन मारे तात मर जाए बिन मन मुए कैसे हर पाए मन मारे तात मर जाए निमाने हो के मान गुरु निताने हो के तान ने ओटे हो की ओट गुरु ने आसरियों के आसरा गुरु गरीब निवा गरीब निवा मन शब्द मरे बुझे जन सोए 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 मन मरे मरे दारू जाने कोए मन मरे दारू जाने कोए मन शब्द मरे बुझे जन सोए मन शब्द मरे बुझे जन सोए मन मरे 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 दारू जाने कोए मन मरे मरे दारू जाने कोए मन शब्द मरे बुझे जन सोए हाँ
मन शब्द मरे बुझे जन सो मन मरे दारू जाने को मन मरे दारू जाने को मन शब्द मरे बुझे जन सोए मन शब्द मरे बुझे जन सोए मन मरे 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 दारू जाने को मन मरे दारू जाने को मन शब्द मरे बुझे जन सोए सोए मन शब्द मरे बुझे जन सोए मन मरे तात मर जाए मन मरे तात मर जाए मन मरे तात मर जाए कैसे हर पाए बिन मन मुए कैसे हर पाए बिन मन मुए कैसे हर पाए हाँ बिन मन मन शब्द मरे बुझे जन सोए मन शब्द मरे बुझे जन सोए ए मन मरे दारू जाने को मन मरे 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 दारू जाने को मन शब्द मरे बुझे जन सोए मन शब्द मरे बुझे शब्द मरे बुझे जन सोए मन शब्द मरे बुझे जन सोए
Oh, man.
Yeah!
ਸੈ ਸੋ ਸੋ ਰੋਗੀ ਰੋਗ ਰਹਿਤ ਮੇਰਾ ਸਤਿਗੁਰ ਜੋਗੀ ਜੋ ਜੋ ਦਿਸੈ ਸੋ ਸੋ ਰੋਗੀ ਸੰਸਾਰ ਰੋਗੀ ਨਾਮ ਦਾਰੂ ਸੰਸਾਰ ਰੋਗੀ ਨਾਮ ਦਾਰੂ ਸੰਸਾਰ ਰੋਗੀ ਨਾਮ ਸੰਸਾਰ ਰੋਗੀ ਨਾਮ ਦਾਰੂ ਨਾਮ ਦਾਰੂ
मन मरे दारू जान को मन शब्द मरे बूझे जन सोए मन मरे दारू जान को जिसनो बख्शे दे वड़िया गुर प्रसाद हर वसे मन आई गुरमुख करनी कार कमावे ता इस मन की सोजी पावे मन मैं मत मैं गल मिकदारा गुर अंक समार जीवालन हारा मन असाद साधे जन सोय मन असाद साधे जन को अचर चरे ता निर्मल होए गुरमुख ए मन लया सवा हों मैं विच्चों तजे विकार जो तुर राखियन मेल मेलाए जो तुर राखियन मेल मिलाए कदे ना विछड़े कदे ना विछड़े शब्द समा कदे ना विछड़े
ਸ਼ਬਦ ਸਮਾਏ ਆਪਣੀ ਕਲਾ ਆਪੇ ਹੀ ਜਾਣੈ ਆਪਣੀ ਕਲਾ ਆਪੇ ਹੀ ਜਾਣੈ ਨਾਨਕ ਗੁਰਮੁਖ ਨਾਮ ਪਛਾਣੈ ਮਨ ਸ਼ਬਦ ਮਰੈ ਬੂਝੈ ਜਨ ਸੋ ਮਨ ਸ਼ਬਦ ਮਰੈ ਬੂਝੈ ਜਨ ਸੋਏ ਮਨ ਮਰੈ ਦਾਰੂ ਜਾਣੈ ਕੋਏ ਮਨ ਮਰੈ 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 ਦਾਰੂ ਜਾਣੈ ਕੋਏ ਮਨ ਸ਼ਬਦ ਮਰੈ ਦੂਜੈ ਜਨ ਸੋ ਮਨ ਸ਼ਬਦ ਮਰੈ ਬੂਝੈ ਜਨ ਸੋਏ ਬੂਝੈ ਜਨ ਸੋਏ ਬੂਝੈ ਜਨ ਸੋਏ ਮਨ ਮਰੈ ਦਾਰੂ ਜਾਣੈ ਕੋਏ ਸਤਿ ਸ਼੍ਰੀ ਅਕਾਲ ਸੁਖਗੁਰੂ ਸਾਧ ਸੰਗਤ ਜੀ ਕੀਰਤਨ ਦੀ ਹਾਰੀ ਭਰਦਿਆਂ ਬਹੁਤ ਹੀ ਭੁੱਲਾਂ ਚੁੱਕਾ ਰਹਿ ਜਾਂਦੇ ਨੇ ਅਣਜਾਣ ਬੱਚੇ ਸਮਝ ਕੇ ਮਾਫ਼ ਕਰਨਾ ਜੀ ਸੋ ਗੁਰਮੁਖ ਵਾਹੋ ਗੁਰਮੁਖ ਆਪਾਂ ਸੋ ਅਗਲਾ ਪ੍ਰੋਗਰਾਮ ਸਰਵਣ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਨ ਗੁਰਮੁਖ ਪਿਆਰੇ ਭਾਈ ਸਾਹਿਬ ਭਾਈ ਯਾਦਵਿੰਦਰ ਸਿੰਘ ਜੀ ਅਤੇ ਭਾਈ ਸੁਖਵਿੰਦਰ ਸਿੰਘ ਜੀ ਟੋਰਾਂਟੋ ਵਾਲੇ ਜਿਨ੍ਹਾਂ ਨੇ ਬੜੇ ਹੀ ਪਿਆਰ ਵਿੱਚ ਭੱਜ ਕੇ ਸਾਨੂੰ ਸਤਿਗੁਰਾਂ ਦੇ ਚਰਨਾਂ ਦੇ ਨਾਲ ਜੋੜਿਆ ਹੈ ਕੀਰਤਨ ਦੇ ਰਾਹੀਂ ਬਹੁਤ ਹੀ ਧੰਨਵਾਦ ਹੈ ਇਹੋ ਜਿਹੇ ਗੁਰਮੁਖ ਪਿਆਰਿਆਂ ਦੇ ਜੋ ਰਸ ਪਿੰਨਾ ਕੀਰਤਨ ਕਰਦੇ ਆ ਆਪ ਵੀ ਜੁੜਦੇ ਆ ਅਤੇ ਦੂਸਰਿਆਂ ਨੂੰ ਵੀ ਜੋੜਦੇ ਆ ਸੋ ਆਓ ਗੁਰਮੁਖ ਪਿਆਰਿਆਂ ਦੀ ਚੜ੍ਹਦੀ ਕਦਰ ਲਈ ਜੈਕਾਰਾ ਲਗਾਈਏ ਜੀ ਬੋਲੇ ਸੋਨਿਹਾਲ ਵਾਹਿਗੁਰੂ ਵਾਹਿਗੁਰੂ ਗੁਰਮੁਖ ਪਿਆਰਿਓ ਹੁਣ ਸਮਾਂ ਹੋ ਗਿਆ ਹੈ ਅਕਥ ਕਹਾਣੀ ਦਾ ਮਨ ਦੀ ਕਹਾਣੀ ਦਾ ਸਾਡਾ ਮਨ ਕਿਸ ਤਰ੍ਹਾਂ ਉਸ ਅਕਾਲ ਪੁਰਖ ਵਾਹਿਗੁਰੂ ਤੋਂ ਵਿਛੜ ਕੇ ਇਸ ਸੰਸਾਰ ਦੇ ਵਿੱਚ ਆਇਆ ਕਿਸ ਤਰ੍ਹਾਂ ਇਸਨੇ ਆਪਣੀ ਲੈਬ ਉਸ ਅਕਾਲ ਪੁਰਖ ਨੂੰ ਤੋੜ ਕੇ ਉਸ ਸ਼ਬਦ ਨਾਲ ਤੋੜ ਕੇ ਮਾਇਆ ਦੇ ਨਾਲ ਜੋੜ ਲਈ ਅਤੇ ਮਾਇਆ ਦੇ ਜੋੜਨ ਦੇ ਨਾਲ ਕੀ ਹੋਇਆ ਇਸ ਦੇ ਫੁਰਨੇ ਇਸ ਦੇ ਵਿਚਾਰ ਇਸ ਨੂੰ ਚਿੰਤਾ ਫਿਕਰ ਸੈਂਸੇ ਇਹ ਸਾਰੇ ਔਗਣ ਇਸ ਦੇ ਵਿੱਚ ਆ ਗਏ ਜਿਸ ਦੇ ਪਰਥਾਏ ਮਨ ਬਹੁਤ ਕਮਜ਼ੋਰ ਹੋ ਗਿਆ ਹੁਣ ਮਨ ਜਿਸ ਤਰ੍ਹਾਂ ਬਾਬਾ ਕਬੀਰ ਜੀ ਸਮਝਾਉਂਦੇ ਆ ਗੁਰਬਾਣੀ ਵਿੱਚ ਕਬੀਰ ਮਨ ਪੰਖੀ ਭਇਓ ਉੱਡ ਉੱਡ ਦਹਿ ਦਿਸ ਜਾਏ ਜਿਸ ਤਰ੍ਹਾਂ ਪੰਛੀ ਦੀ ਨਿਆਈ ਕਦੀ ਇਸ ਦਰਖਤ 'ਤੇ ਕਦੀ ਉਸ ਦਰਖਤ 'ਤੇ ਉਸੇ ਤਰ੍ਹਾਂ ਸਾਡਾ ਮਨ ਕਦੀ ਰਜੋ ਹੱਟ 'ਤੇ ਕਦੀ ਤਮੋ ਹੱਟ 'ਤੇ ਵੱਖਰੇ ਵੱਖਰੇ ਹੱਟਾਂ 'ਤੇ ਜਾ ਕੇ ਆਪਣੇ ਜੋ ਕੀਮਤੀ ਸਵਾਸਾਂ ਦੀ ਵਡਮੁੱਲੀ ਦਾਤ ਸਵਾਸ ਅਜਾਈ ਹੀ ਖਰਚ ਕਰੀ ਜਾ ਰਿਹਾ ਧੋਖੇ ਦੇ ਵਿੱਚ ਸੋ ਗੁਰਮੁਖ ਪਿਆਰਿਓ ਉਹ ਸਟੋਰੀ ਅੱਜ ਸਾਡੀ ਸਟੋਰੀ ਅਸੀਂ ਭਾਈ ਸਾਹਿਬ ਭਾਈ ਕਮਲਜੀਤ ਸਿੰਘ ਜੀ ਜੋ ਕਿ ਜਿਨ੍ਹਾਂ ਨੇ ਕੱਲ੍ਹ ਤੋਂ ਇਹ ਕਹਾਣੀ ਸ਼ੁਰੂ ਕੀਤੀ ਹੈ ਉਹ ਲੜੀਵਾਰ 7 ਦਿਨ ਚੱਲੇਗੀ
ਸੋ ਸਾਰੇ ਗੁਰਮੁਖ ਪਿਆਰਿਆਂ ਦੇ ਚਰਨਾਂ 'ਚ ਬੇਨਤੀ ਹੈ, ਜੋ 7 ਰੋਜ਼ਾ ਕੈਂਪ ਲੱਗਿਆ ਹੈ ਇਹ ਸਾਰੇ ਆਪਣੇ ਵਾਸਤੇ ਹੈ। ਆਪਾਂ ਇਸ ਕੈਂਪ ਤੋਂ ਪੂਰਨ ਲਾਹਾ ਲੈਣਾ, ਕਿਉਂਕਿ ਅਗਰ ਅਸੀਂ ਲਾਹਾ ਨਾ ਲਿਆ ਫਿਰ ਕੈਂਪ ਲਾਏ ਦਾ ਕੋਈ ਫਾਇਦਾ ਨਹੀਂ। ਇਹ ਗੁਰਬਾਣੀ ਗੁਰੂ ਦਾ ਉਹ ਪ੍ਰੈਕਟੀਕਲ ਹੈ ਜੋ ਤੁਸੀਂ ਹਰ ਰੋਜ਼ ਨਿਤਨੇਮ ਦੀਆਂ ਬਾਣੀਆਂ ਦੇ ਵਿੱਚ ਪੜ੍ਹਦੇ ਹੋ। ਇਹ ਗੁਰਬਾਣੀ ਗੁਰੂ ਦਾ ਉਹ ਪ੍ਰੈਕਟੀਕਲ ਹੈ ਜੋ ਗੁਰੂ ਸਾਹਿਬ ਜੀ ਤੁਹਾਨੂੰ ਬਣਾਉਣਾ ਚਾਹੁੰਦੇ ਹਨ। ਇਹ ਜੋ ਆਪਣਾ ਕੈਂਪ ਹੈ, ਇਹ ਸ਼ਹੀਦੀ ਜੋ ਇਹ ਵੀਕ ਚੱਲਦਾ ਹਫ਼ਤਾ, ਉਸ ਨੂੰ ਸਮਰਪਿਤ ਹੈ। ਕੱਲ੍ਹ ਵੀ ਗੁਰਮੁਖਾਂ ਨੇ ਦੱਸਿਆ ਸੀਗਾ ਆਪਾਂ ਨੂੰ ਵੀ ਕਿਸ ਤਰ੍ਹਾਂ ਸਾਹਿਬਜ਼ਾਦਿਆਂ ਨੇ ਆਪਣੇ ਘਰ ਵਿੱਚ ਆਉਣਾ ਜਾਣਾ ਬਣਾਇਆ ਹੋਇਆ ਸੀ, ਕਿਸ ਤਰ੍ਹਾਂ ਮਾਤਾ ਜੀ ਨੇ ਘਰ ਵਿੱਚ ਆਉਣਾ ਜਾਣਾ ਬਣਾਇਆ ਸੀ, ਤਾਂ ਉਹਨਾਂ ਦਾ ਮੌਤ ਤੋਂ ਭੈ ਉੱਠ ਚੁੱਕਿਆ ਸੀ। ਜਿੱਥੇ ਆਪਾਂ ਮਰ ਕੇ ਜਾਂਦੇ ਹਾਂ ਉੱਥੇ ਗੁਰਮੁਖ ਪਿਆਰੇ ਜੀਂਦੇ ਜੀ ਹਰ ਰੋਜ਼ ਜਾਂਦੇ ਸੀ ਜਾਗਤ ਅਵਸਥਾ ਦੇ ਵਿੱਚ। ਸੋ ਆਪਾਂ ਕੋਸ਼ਿਸ਼ ਕਰਨੀ ਆ ਸਵੇਰ ਤੋਂ ਲੈ ਕੇ ਸ਼ਾਮ ਤੱਕ ਇਹ ਜੋ ਹਫ਼ਤਾ ਹੈ ਅਟੈਂਡ ਕਰੀਏ। ਕੰਮ ਆਪਾਂ ਸਾਰੀ ਉਮਰ ਕਰਨੇ ਨੇ, ਪਰ ਇਸ ਤਰ੍ਹਾਂ ਦੇ ਕੈਂਪ ਬਹੁਤ ਹੀ ਵੱਡੇ ਭਾਗਾਂ ਨਾਲ ਪ੍ਰਾਪਤ ਹੁੰਦੇ ਆ। ਕੰਮ ਕਾਜ ਵੀ ਕਰਨੇ ਜ਼ਰੂਰੀ ਆ, ਪਰ ਇਸ ਤਰ੍ਹਾਂ ਦੇ ਕੈਂਪਾਂ ਦੇ ਵੱਟੇ ਅਸੀਂ ਕੰਮ ਕਾਜਾਂ ਦੇ ਨਾਲ ਨਹੀਂ ਤੋਲ ਸਕਦੇ। ਕੁਮਾਰਾ ਜੀ ਨੇ ਸਮਝਾਇਆ ਆਪਾਂ ਨੂੰ, ਸਾਥ ਨਾ ਚਾਲੇ ਬਿਨ ਭਜਨ ਵਿਖਿਆ ਸਗਲੀ ਸ਼ਾਰ, ਹਰ ਹਰ ਨਾਮ ਕਮਾਵਣਾ ਨਾਨਕ ਇਹ ਧੰਨ ਸਾਰ। ਸੋ ਮੈਂ ਜ਼ਿਆਦਾ ਸਮਾਂ ਨਾ ਲੈਂਦਾ ਹਾਂ, ਬੇਨਤੀ ਕਰਦਾ ਹਾਂ ਭਾਈ ਸਾਹਿਬ ਭਾਈ ਕਮਲਜੀਤ ਸਿੰਘ ਜੀ ਨੂੰ ਇੱਕ ਘੰਟੇ ਵਾਸਤੇ ਪੂਰੇ ਸੰਗਤਾਂ ਨੂੰ ਕੱਥ ਕਹਾਣੀ ਦੇ ਨਾਲ ਜੋੜਨ। ਸਾਰੇ ਗੁਰਮੁਖ ਪਿਆਰਿਆਂ ਨੂੰ ਬੇਨਤੀ ਹੈ ਕਿ ਲਾਗੇ ਲਾਗੇ ਆ ਜਾਓ ਜੀ। ਸਾਰੇ ਭੈਣਾਂ ਨੂੰ ਵੀ ਬੇਨਤੀ ਹੈ ਲਾਗੇ ਲਾਗੇ ਆ ਜਾਓ, ਤਾਂ ਕਿ ਆਪਣੇ ਮਨ ਦੀ ਕਹਾਣੀ ਸਮਝੀ ਜਾ ਸਕੇ। ਜਿਨ੍ਹਾਂ ਨੂੰ ਢੋਲ ਲਾਉਣ ਦੀ ਜ਼ਰੂਰਤ ਹੈ ਉਹ ਹੀ ਢੋਲ ਆਓ, ਬਾਕੀ ਸਾਰੇ ਅੱਗੇ ਅੱਗੇ ਆ ਜਾਓ। ਸੰਗਣਾ ਨਹੀਂ, ਇਹ ਤੁਹਾਡੀ ਆਪਣੀ ਕਹਾਣੀ ਆ। ਜਿੱਥੇ ਹਰ ਰੋਜ਼ ਆ ਕੇ ਅਸੀਂ ਖੇਲ ਹਾਰਦੇ ਹਾਂ, ਉਹ ਇਹੋ ਕਹਾਣੀ ਦੱਸਣ ਲੱਗਿਆ ਗੁਰਮੁਖ, ਸਾਨੂੰ ਸਮਝਾਉਣ ਲੱਗਿਆ ਗੁਰੂ ਦੇ ਗਿਆਨ ਦੁਆਰਾ। ਜੇ ਚੰਗੀ ਤਰ੍ਹਾਂ ਸਮਝੇ ਹੋਵਾਂਗੇ ਤਾਂ ਜਿੱਥੇ ਕਹਾਣੀ ਨੂੰ ਹਾਰਦੇ ਹਾਂ ਅਸੀਂ, ਉੱਥੇ ਸਾਨੂੰ ਗੁਰੂ ਦੇ ਗਿਆਨ ਦੁਆਰਾ ਅਸੀਂ ਰੋਕਾਂਗੇ ਉਸ ਨੂੰ। ਸੋ ਲਾਗੇ ਲਾਗੇ ਆ ਜਾਓ ਸਾਰੀਆਂ ਭੈਣਾਂ, ਕਰੋ ਕਿਰਪਾ, ਆਓ ਜਿੰਨੀ ਦੇਰ ਗੁਰਮੁਖ ਪਿਆਰੇ ਸ਼ੁਰੂ ਕਰਦੇ ਸਮਰਨ ਵਿੱਚ ਜੁੜੀਏ। ਵਾਹਿਗੁਰੂ
Guru. Vaheguru. Vaheguru ji ka khalsa. Vaheguru ji ki fateh. Guru Pashali Saji Nivaji Guru Pyari Sasangaji Jo Nirinkar Pita ne Apne Saryan te e Rahmat e Nadar kiti hai Ke sanu sare kaljig jiyan nu Sansar de karam to mukta karke ਆਪ ਦੀ ਗੋਦ ਵਿੱਚ ਬਿਠਾ ਕੇ ਸਾਡੇ ਤੇ ਤਰਸ ਕਰਦੇ ਹੋਇਆ ਸਾਨੂੰ ਸਾਡੀ ਜਾਣਕਾਰੀ ਦੇਣ ਲਈ ਬਿਠਾਇਆ ਕਿਉਂਕਿ ਸਤਿਗੁਰ ਸਮਝਾਉਂਦੇ ਗੁਰਬਾਣੀ ਚ ਜਿੰਨੇ ਵੀ ਮਨ ਇਸ ਸੰਸਾਰ ਦੇ ਵਿੱਚ ਇਹ ਦੇਹੀ ਪ੍ਰਾਪਤ ਕਰਕੇ ਆਏ ਉਹਨਾਂ ਨੂੰ ਨਿਰੰਕਾਰ ਪਿਤਾ ਨੇ ਇੱਕ ਮੌਕਾ ਦਿੱਤਾ ਮੌਕਾ ਕਿਹੜਾ ਕਿ ਇਹੀ ਤੇਰਾ ਅਵਸਰ ਇਹੀ ਤੇਰੀ ਬਾਰ ਘੱਟ ਪੀਤਰ ਤੂੰ ਦੇਖ ਵਿਚਾਰ ਕਹਿੰਦੇ ਇਹ ਮੌਕਾ ਮਿਲ ਗਿਆ ਕਿ ਤੈਨੂੰ ਪ੍ਰਭੂ ਮਿਲਣ ਦੀ ਇਹ ਵਾਰੀ ਮਿਲ ਗਈ ਜਿਵੇਂ ਆਪਾਂ ਵੀ ਆਏ ਸਾਨੂੰ ਜਿਵੇਂ ਜਿਵੇਂ ਥੋੜ੍ਹਾ ਥੋੜ੍ਹਾ ਗਿਆਨ ਸੰਗਤ ਵਿੱਚ ਮਿਲਿਆ ਗਿਆਨ ਨੂੰ ਸਮਝਦੇ ਥੋੜ੍ਹਾ ਥੋੜ੍ਹਾ ਮਨ ਸਾਡਾ ਜਾਗਿਆ ਥੋੜ੍ਹੀ ਜਿਹੀ ਗੱਲ ਮਾਮੂਲੀ ਜਿਹੀ ਗੱਲ ਗੁਰੂ ਪਾਤਸ਼ਾਹ ਦੀ ਸਾਡੇ ਮਨ ਤੱਕ ਪਹੁੰਚੀ ਮਨ ਤੱਕ ਪਹੁੰਚੀ ਅਤੇ ਅੱਗੋਂ ਥੋੜ੍ਹਾ ਜਿਹਾ ਪੁੱਛਣਾ ਸ਼ੁਰੂ ਕੀਤਾ ਆਪਾਂ ਖੋਜ ਚੱਲੀ ਥੋੜ੍ਹੀ ਜਿਹੀ ਖੋਜ ਦੇਖ ਜਾਂਦੇ ਮਾਲਕ ਨੇ ਆਪਣੀ ਤੜਪ ਨੂੰ ਦੇਖਦਿਆਂ ਹੋਇਆ ਆਪਾਂ ਨੂੰ ਇਹ 7 ਰੋਜ਼ਾ ਕੈਂਪ ਬਖਸ਼ਿਸ਼ ਕੀਤਾ ਕਿ 7 ਦਿਨਾਂ ਦੇ ਵਿੱਚ ਇਹ ਆਪ ਦੀ ਜਾਣਕਾਰੀ ਲੈ ਲੈਣ ਆਪਾਂ ਕਿਸੇ ਹੋਰ ਦੀ ਜਾਣਕਾਰੀ ਲੈਣ ਵਾਸਤੇ ਇਕੱਤਰ ਨਹੀਂ ਹੋਏ ਸਤਸੰਗਤ 'ਚ ਆਪਾਂ ਸਾਰੇ ਜਣੇ ਆਪਣੀ ਆਪਣੀ ਜਾਣਕਾਰੀ ਲੈਣ ਵਾਸਤੇ ਸਤਸੰਗਤ ਵਿੱਚ ਆਏ ਹਾਂ ਗੁਰੂ ਪਾਤਸ਼ਾਹ ਦੀ ਸ਼ਰਨ 'ਚ ਆਏ ਬੇਨਤੀ ਹੈ ਜਿਹੜੇ ਵੀ ਜੀ ਸੱਚਮੁੱਚ ਆਪਣੀ ਜਾਣਕਾਰੀ ਲੈਣਾ ਚਾਹੁੰਦੇ ਅਤੇ ਉਹਨਾਂ ਨੂੰ ਜਾਗਣਾ ਪਏਗਾ ਜਿਹੜਾ ਮਨ ਸੌਂ ਗਿਆ ਉਸ ਨੂੰ ਉਹ ਜਾਣਕਾਰੀ ਪ੍ਰਾਪਤ ਨਹੀਂ ਹੋਏਗੀ ਜੋ ਗੁਰੂ ਪਾਤਸ਼ਾਹ ਦੇ ਕੋਲ ਲੈਣ ਆਏ ਕਿਉਂਕਿ ਗੁਰਬਾਣੀ ਗੁਰੂ ਸਮਝਾਉਂਦੇ ਗੁਰਮੁਖ ਜਨ ਭਗਤ ਜਨ ਇਹ ਜਾਗਤ ਅਵਸਥਾ 'ਚ ਨੇ ਜਿੰਨੀ ਦੇਰ ਸਾਡਾ ਧਿਆਨ ਜਾਗਤ ਅਵਸਥਾ 'ਚ ਰਹੇਗਾ ਜੋ ਗੁਰੂ ਪਾਤਸ਼ਾਹ ਬੋਲਣਗੇ ਤੁਹਾਡੀ ਸੁਰਤੀ ਉਸਨੂੰ ਨਾਲੋ ਨਾਲ ਦੇਖੀ ਜਾਏਗੀ ਵਿਚਾਰੀ ਜਾਏਗੀ ਤੁਹਾਨੂੰ ਸਮਝ ਆਉਂਦੀ ਜਾਏਗੀ ਜਦੋਂ ਤੁਹਾਡਾ ਮਨ ਸੌਂ ਗਿਆ ਗੁਰੂ ਪਾਤਸ਼ਾਹ ਜਾਗਦੇ ਨੇ ਆਪਾਂ ਸੌਂ ਗਏ ਗੁਰੂ ਪਾਤਸ਼ਾਹ ਨੇ ਬੋਲੀ ਜਾਣਾ ਹੈ ਸੁੱਤਿਆਂ ਪਿਆ ਸਮਝ ਨਹੀਂ ਪੈਣੀ ਅਤੇ ਸਤਿਗੁਰੂ ਸਮਝਾਉਂਦੇ ਜਿਨ ਚਿਰ ਸਮਝ ਨਹੀਂ ਪਏਗੀ ਨਾ ਇਹ ਜਿਹੜੀ ਕਹਾਣੀ ਹੈ ਇਹ ਖੇਲ ਹੈ ਆਪਾਂ ਜਿੱਤ ਨਹੀਂ ਸਕਦੇ ਇਸ ਸੰਸਾਰ ਦੇ ਵਿੱਚ ਆਪਾਂ ਜੋ ਲਾਹਾ ਲੈਣ ਆਏ ਹਾਂ ਉਹ ਲੈ ਕੇ ਜਾ ਨਹੀਂ ਸਕਦੇ ਕਿਉਂਕਿ ਆਪਾਂ ਨੂੰ ਪਤਾ ਹੀ ਨਹੀਂ ਲੱਗਿਆ ਇਸ ਕਰਕੇ ਬੇਨਤੀ ਤੁਹਾਡੇ ਚਰਨਾਂ 'ਚ ਸਾਰਿਆਂ ਦੀ ਦ੍ਰਿਸ਼ਟੀ ਦੇਖੋ ਸਤਸੰਗਤ ਨੂੰ ਸਤਿਗੁਰੂ ਨੇ ਸਤਿਗੁਰੂ ਦਾ ਨਾਂ ਦਿੱਤਾ ਸਤਸੰਗਤ ਸਤ ਸਰੋਵਰ ਦਾ ਨਾਂ ਦਿੱਤਾ
ਤੇ ਜਿਹਨੂੰ ਵੀ ਸੰਗਤ ਵਿੱਚ ਜਦੋਂ ਆਪਾਂ ਆਉਣਾ ਨਾ, ਆਪਣਾ ਸਾਰਾ ਗਿਆਨ ਇਹ ਛੱਡ ਕੇ ਬਹਿਣਾ, ਬੇਸ਼ੱਕ ਤੁਹਾਨੂੰ ਬਹੁਤ ਹੋਏਗਾ, ਪਰ ਕੁਝ ਸਮੇਂ ਤੁਸੀਂ ਬਹਿਣਾ, ਜਿੰਨੀ ਦੇਰ ਇਸ ਤਰੀਕੇ ਨਾਲ ਬਹਿਣਾ ਕਿ ਮੈਨੂੰ ਕੁਛ ਨਹੀਂ ਪਤਾ ਕਿ ਸਤਿਗੁਰੂ ਮੈਂ ਤੁਹਾਡੀ ਸ਼ਰਨ 'ਚ ਆਇਆ, ਮੈਨੂੰ ਕੁਛ ਨਹੀਂ ਜੇ ਪਤਾ, ਮੈਨੂੰ ਤੁਸੀਂ ਦੱਸੋ ਕੀ ਕਰਨਾ। ਅਤੇ ਜੇ ਤੁਹਾਨੂੰ ਪਤਾ ਹੈ ਤਾਂ ਤੁਹਾਨੂੰ ਫਿਰ ਸਤਿਗੁਰ ਦੀ ਜਿਹੜੀ ਗੱਲ ਇਹ ਪੰਜ ਦੂਤ ਅੰਦਰ ਤੁਹਾਡਾ ਗਿਆਨ ਤੁਹਾਨੂੰ ਸੁਣ ਨਹੀਂ ਦੇਵੇਗਾ। ਇਸ ਕਰਕੇ ਆਓ ਦੋ ਕੁ ਮਿੰਟ ਵਾਸਤੇ ਫਿਰ ਆਪਣੇ ਮਨ ਨੂੰ ਜਗਾਈਏ, ਥੋੜ੍ਹਾ ਹੋਰ ਸੁਚੇਤ ਕਰ ਲਈਏ, ਕਿਉਂਕਿ ਇਹ ਸਾਰੀ ਸਹਿਜ ਦੀ ਕਹਾਣੀ ਹੈ, ਇੰਨੀ ਸੂਖਮ ਹੈ। ਭਾਈ ਸਾਹਿਬ ਦੱਸਦੇ ਹੁੰਦੇ ਸਨ, ਇੰਨੀ ਜ਼ਿਆਦਾ ਸੂਖਮ ਹੈ ਕਿ ਇੱਕ ਵੀ ਤੁਹਾਡੇ ਅੰਦਰ ਫੁਰਨਾ ਆ ਗਿਆ ਨਾ, ਉਹ ਗੈਪ ਪੈ ਗਿਆ ਅਤੇ ਕਹਾਣੀ ਅੱਗੇ ਪਿੱਛੇ ਕੀ ਹੋਈ ਸਮਝ ਨਹੀਂ ਪੈਣੀ ਪੂਰੀ ਤਰ੍ਹਾਂ। ਉਹ ਗੈਪ ਨਾ ਪਾਉਣ ਦਿਓ ਜੇ ਸਮਝਣਾ ਚਾਹੁੰਦੇ, ਅਤੇ ਆਓ ਸਾਰੇ ਪੂਰਨ ਇਕਾਗਰਤਾ ਬਣਾਉਂਦੇ ਹੋਏ, ਕਿਉਂਕਿ ਗੁਰਬਾਣੀ ਦਾ ਫਰਮਾਨ ਹੈ, ਜਿਹੜੇ ਵੀ ਜਾਗੇ ਹੋਇਆਂ ਦੀ ਗੱਲ ਸੁਣਨਾ ਚਾਹੁੰਦੇ ਉਹ ਸਤਿਗੁਰ ਸਮਝਾ ਰਹੇ ਨੇ। ਕਹਿੰਦੇ ਧੁਨਮੇਂ ਧਿਆਨ, ਧਿਆਨਮੇਂ ਜਾਣਿਆ ਗੁਰਮੁਖ ਆਕਥ ਕਹਾਣੀ। ਜਿਉਂ ਤੁਹਾਡਾ ਧਿਆਨ ਸ਼ਬਦ 'ਚ ਟਿਕੂਗਾ ਨਾ ਜੀ, ਤੁਸੀਂ ਥਿਰ ਹੋਵੋਗੇ, ਇਹ ਕਹਾਣੀ ਤੁਹਾਡੀ ਸਮਝ ਆਉਣੀ ਸ਼ੁਰੂ ਹੋ ਜਾਏਗੀ। ਅਤੇ ਉਹਦੇ ਲਈ ਤੁਹਾਨੂੰ ਕੀ ਕਰਨਾ ਪਏਗਾ? ਧੁਨਮੇਂ ਧਿਆਨ। ਸੋ ਆਓ ਦੋ ਕੁ ਮਿੰਟ ਵਾਸਤੇ ਹੋਰ ਆਪਾਂ ਆਪਣੇ ਧਿਆਨ ਨੂੰ ਸੁਚੇਤ ਕਰ ਲਈਏ, ਜਿਸ ਧਿਆਨ ਨੇ ਗਿਆਨ ਲੈਣਾ ਹੈ ਗੁਰੂ ਤੋਂ। ਸੋ ਆਓ ਕਰੋ ਜੀ ਕਿਰਪਾ। ਵਾਹਿਗੁਰੂ, 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 ਵਾਹਿਗੁਰੂ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਗੁਰਮੁਖ ਪਿਆਰਿਓ, ਹੁਣ ਸਾਰਿਆਂ ਨੇ ਆਪਾਂ ਨੇ ਆਪਣੀ ਕਹਾਣੀ ਸਰਵਣ ਕਰਨੀ ਹੈ, ਜੋ ਗੁਰਬਾਣੀ ਦੇ ਵਿੱਚ ਗੁਰਮੁਖ ਆਪਾਂ ਨੂੰ ਸਮਝਾ ਰਹੇ ਸੀ। ਅਕਤ ਕਹਾਣੀ ਦਾ ਨਾਂ ਦਿੱਤਾ ਹੈ। ਹੁਣ ਸਾਰਿਆਂ ਨੇ ਇਸ ਬੋਰਡ ਵੱਲ ਦੇਖਣਾ ਹੈ ਅਤੇ ਆਪਣੀ ਆਪਣੀ ਪਹਿਚਾਣ ਕਰਨੀ ਆਪਾਂ ਸਿਰਫ ਅੱਜ ਸਾਰਿਆਂ ਕੀ ਕਰਨੀ ਹੈ ਜੀ, ਆਪਾਂ ਅੱਜ ਪਹਿਚਾਣ ਕਰਨੀ। ਆਪਾਂ ਸਤਿਗੁਰ ਨੇ ਗੁਰਬਾਣੀ ਦੇ ਵਿੱਚ ਆਪਾਂ ਨੂੰ ਦੋ ਰਸਤਿਆਂ ਬਾਰੇ ਜਾਣਕਾਰੀ ਦਿੱਤੀ ਹੈ। ਇੱਕ ਰਸਤੇ ਨੂੰ ਸਤਿਗੁਰੂ ਸਮਝਾਉਂਦੇ ਲਿਵ ਦਾ ਰਸਤਾ, ਦੂਸਰੇ ਰਸਤੇ ਨੂੰ ਗੁਰਬਾਣੀ 'ਚ ਧਾਤ ਦਾ ਰਸਤਾ ਕਿਹਾ ਹੈ। ਅਤੇ ਤੁਸੀਂ ਸਾਰਿਆਂ ਨੇ ਆਪਣੀ ਪਹਿਚਾਣ ਕਰਨੀ ਕਿ ਤੁਸੀਂ ਦੇਖਣਾ ਤੁਸੀਂ ਕਿਸ ਰਸਤੇ ਜਾ ਕੇ ਆਪਣੇ ਜੀਵਨ ਨੂੰ ਜੀ ਰਹੇ ਹੋ। ਇਹ ਜਿਹੜਾ ਸਫ਼ਰ ਤੁਹਾਡਾ ਕਿਸ ਰਸਤੇ ਨੂੰ ਚੱਲ ਰਿਹਾ ਹੈ, ਇਸ ਰਸਤੇ ਨੂੰ ਤੁਸੀਂ ਤੁਰ ਰਹੇ ਹੋ ਕਿ ਤੁਹਾਡਾ ਸਫ਼ਰ ਇਸ ਰਸਤੇ ਨੂੰ ਜਾ ਰਿਹਾ ਹੈ, ਇਹ ਪਹਿਚਾਣ ਸਾਰਿਆਂ ਨੇ ਆਪਣੀ ਆਪਣੀ ਕਰਨੀ। ਬੇਨਤੀ ਹੈ ਦੂਜੇ ਦੀ ਨਹੀਂ ਕਰਨੀ, ਸਿਰਫ ਆਪਣੀ ਆਪਣੀ। ਜਿਵੇਂ ਗੁਰਮੁਖਾਂ ਨੇ ਦੁਪਹਿਰੇ ਵੀ ਆਪਾਂ ਨੂੰ ਸਮਝਾਇਆ ਕਿ ਆਪਾਂ ਆਪਣੇ ਔਗਣ ਲੱਭਣੇ ਨੇ, ਆਪਣੇ ਬਾਰੇ ਵਿਚਾਰਨਾ, ਆਪਣੇ ਬਾਰੇ ਸੋਚਣਾ, ਆਪਣਾ ਸਫ਼ਰ ਦੇਖਣਾ। ਆਪਾਂ ਨੂੰ ਕੁਝ ਸਮਾਂ ਮਿਲਿਆ ਹੈ, ਸਾਰੀ ਉਮਰ ਆਪਾਂ ਦੂਜਿਆਂ ਬਾਰੇ ਸੋਚਦੇ ਰਹੇ ਹਾਂ, ਦੂਜਿਆਂ ਦੀਆਂ ਗੱਲਾਂ ਕਰਦੇ ਰਹੇ ਹਾਂ, ਦੂਜਿਆਂ ਦੀਆਂ ਵਿਚਾਰਾਂ ਕਰਦੇ ਰਹੇ ਹਾਂ। ਇਹ ਸਬਾਕਾ ਸਮਾਂ ਆਪਾਂ ਨੂੰ ਸਤਿਗੁਰ ਨੇ ਆਪਣੀ ਵਿਚਾਰ ਕਰਨ ਵਾਸਤੇ, ਆਪਣੀ ਪਹਿਚਾਣ ਕਰਨ ਵਾਸਤੇ ਆਪਾਂ ਨੂੰ ਬਖਸ਼ਿਸ਼ ਕੀਤਾ। ਸਤਿਗੁਰ ਸਮਝਾ ਰਹੇ ਗੁਰਬਾਣੀ 'ਚ, ਆਪਾਂ ਕੱਲ੍ਹ ਵੀ ਵਿਚਾਰ ਕਰਦੇ ਪਏ ਸੀ ਕਿ ਇਹ ਸਾਰਾ ਖੇਲ ਤ੍ਰੈਗੁਣਾਂ ਦਾ, ਇਹ ਸਾਰਾ ਖੇਲ ਪਰਮਾਤਮਾ ਤੋਂ ਹੀ ਪ੍ਰਗਟ ਹੋਇਆ ਹੈ। ਸਤਿਗੁਰ ਸਮਝਾਉਂਦੇ ਨੇ ਤ੍ਰੈਗੁਣ ਮਾਇਆ ਬ੍ਰਹਮ ਕੀ ਕੀਨੀ, ਇਹ ਸਾਰੀ ਮਾਇਆ ਵੀ ਬ੍ਰਹਮ ਤੋਂ ਪ੍ਰਗਟ ਹੋਈ ਹੈ। ਤਾਂ ਸਤਿਗੁਰੂ ਗੁਰਬਾਣੀ 'ਚ ਸਮਝਾਉਂਦੇ ਨੇ ਇਹ ਮਾਇਆ ਦੇ ਵਿੱਚ ਸਾਰਾ ਸੰਸਾਰ ਭਰਮ ਦੇ ਵਿੱਚ ਸੁੱਤਾ ਪਿਆ, ਸਾਰਾ ਸੰਸਾਰ। ਅਤੇ ਸਤਿਗੁਰੂ ਗੁਰਬਾਣੀ 'ਚ ਆਪਾਂ ਨੂੰ ਵਾਰ ਵਾਰ ਸਮਝਾਉਂਦੇ ਨੇ ਤੇਹੀ ਗੁਣੀ ਸੰਸਾਰ ਭਰਮ ਸੁੱਤਾ। ਅਤੇ ਸਤਿਗੁਰੂ ਸਮਝਾਉਂਦੇ ਨੇ ਗੁਰਬਾਣੀ 'ਚ ਜਿਹੜਾ ਵੀ ਸੰਸਾਰ ਦੇ ਵਿੱਚ ਆਉਂਦਾ ਜਨਮ ਲੈ ਕੇ, ਜਨਮ ਵੇਲੇ ਜਿਸ ਜੀਵ ਦੀ ਲਿਵ ਟੁੱਟ ਜਾਂਦੀ ਹੈ ਉਹ ਨਿੱਜ ਘਰ ਨੂੰ ਭੁੱਲ ਜਾਂਦਾ ਹੈ, ਤੇ ਸਤਿਗੁਰ ਸਮਝਾਉਂਦੇ ਨੇ ਕਿੱਥੇ ਇਸ ਰਸਤੇ ਆ ਜਾਂਦਾ ਹੈ ਰਜੋਗੁਣ ਤੇ। ਜਿੰਨੇ ਵੀ ਮਨ ਆਏ ਇਹ ਗੁਰਬਾਣੀ 'ਚ ਆ ਜਿਹੜਾ ਗੋਲ ਧਾਰਾ ਆਪਾਂ ਦੇਖਦੇ ਪਏ ਹਾਂ ਨਾ ਜੀ, ਸਾਰੇ ਇੱਧਰ ਦੇਖੋ ਗੁਰੂ ਪਿਆਰਿਓ। ਬੇਨਤੀ ਹੈ ਕਿ ਸਾਰਿਆਂ ਦਾ ਧਿਆਨ ਇਸ ਵਾਈਟ ਬੋਰਡ 'ਤੇ ਹੋਵੇ। ਅਗਰ ਕਿਸੇ ਗੁਰਮੁਖ ਜਾਂ ਗੁਰਮੁਖ ਬੀਬੀ ਦਾ ਧਿਆਨ ਇੱਧਰ ਉੱਧਰ ਹੋਇਆ, ਆਪਾਂ ਉਹਨਾਂ ਨੂੰ ਉਠਾ ਕੇ ਪੁੱਛ ਲੈਣਾ ਕਿ ਗੁਰਮੁਖੋ ਇਹ ਵਿਚਾਰ ਕਿਸ ਦੀ ਚੱਲ ਰਹੀ ਸੀ, ਕਿਸ ਪੁਆਇੰਟ 'ਤੇ ਵਿਚਾਰ ਹੋ ਰਹੀ, ਜਿਸ ਨੂੰ ਮਰਜ਼ੀ ਪੁੱਛਿਆ ਜਾ ਸਕਦਾ। ਅਤੇ ਸਾਰਿਆਂ ਨੇ ਧਿਆਨ, ਆਪਾਂ ਆਏ ਹਾਂ ਗੁਰੂ ਦੀ ਸ਼ਰਨ ਵਿੱਚ ਸਿੱਖਣ ਵਾਸਤੇ, ਅਤੇ ਸਾਰਿਆਂ ਨੇ ਧਿਆਨ ਇੱਥੇ ਰੱਖਣਾ ਕਿਉਂਕਿ ਆਪਣੀ ਵਿਚਾਰ ਹੋਣੀ, ਪਹਿਚਾਣ ਕਰਨੀ। ਆਪਾਂ ਸਤਿਗੁਰੂ ਨੇ ਆਪਾਂ ਨੂੰ ਸਮਝਾਇਆ ਗੁਰਬਾਣੀ 'ਚ ਆਹ ਤਰਲੋਕੀ ਹੈ, ਇਹ ਹੈ ਕਾਲ ਦਾ ਜਾਲ ਜਿਹੜਾ ਸਾਰੇ ਮਨਾਂ ਦੇ ਉੱਤੇ ਪਿਆ ਹੋਇਆ। ਇਸ ਨੂੰ ਗੁਰਬਾਣੀ ਦੇ ਵਿੱਚ ਸਮਝਾਇਆ ਬੰਦੀਖਾਨਾ, ਇਸ ਨੂੰ ਗੁਰਬਾਣੀ 'ਚ ਕਿਹਾ ਹੈ ਦੁਬਦਾ। ਇਹ ਸਾਰੇ ਮਨਾਂ ਨੂੰ ਇੱਥੇ ਕੈਦ ਕੀਤਾ ਗਿਆ, ਧਿਆਨ ਦੇਣਾ ਕਿੱਥੇ ਕੈਦ ਕੀਤਾ ਗਿਆ, ਬੰਦੀਖਾਨੇ 'ਚ, ਜਿਸ ਨੂੰ ਸਤਿਗੁਰੂ ਗੁਰਬਾਣੀ 'ਚ ਸਮਝਾਉਂਦੇ ਨੇ ਆਸ ਅੰਦੇਸਾ ਬੰਧ ਪੁਰਾਣਾ। ਸਾਡਾ ਮਨ ਆਸਾ ਦੇ ਵਿੱਚ, ਅੰਦੇਸਿਆਂ ਦੇ ਵਿੱਚ ਬੰਨਿਆ ਹੋਇਆ ਹੈ, ਅਤੇ ਆਪਣਾ ਮਨ ਕਿੱਥੇ ਤੁਰ ਰਿਹਾ, ਇੱਥੇ ਇਹ ਤਰਲੋਕੀ ਦੇ ਵਿੱਚ। ਬਹੁਤ ਵਿਰਲੇ ਜੀ ਹੁੰਦੇ ਨੇ, ਬਹੁਤ ਵਿਰਲੇ ਭਾਗਾਂ ਵਾਲੇ, ਜਿਨ੍ਹਾਂ ਦਾ ਧਿਆਨ ਇਹ ਤਰਲੋਕੀ ਤੋਂ ਉੱਪਰ ਜਾਂਦਾ ਅਤੇ
ਇੱਧਰ ਜਾਂਦਾ ਆਪਣੇ ਪਿਤਾ ਵੱਲ ਸੱਚ ਵੱਲ। ਬੜੇ ਘੱਟ ਜੀ ਹੁੰਦੇ, ਬੜੇ ਵਿਰਲੇ, ਨਹੀਂ ਤੇ ਜਿੰਨੇ ਵੀ ਆ ਜਾਂਦੇ ਨੇ ਸਵੇਰ ਤੋਂ ਲੈ ਕੇ ਇੰਨਾ ਖਚਤ ਹੋ ਜਾਂਦੇ ਨੇ ਇਹ ਤਿੰਨ ਲੋਕੀ ਦੇ ਵਿੱਚ, ਤਿੰਨਾਂ ਗੁਣਾਂ ਦੇ ਵਿੱਚ ਹੀ, ਦੁੱਖਾਂ ਸੁੱਖਾਂ ਦੇ ਵਿੱਚ ਹੀ ਜੀ ਜਾ ਰਹੇ ਨੇ। ਤੇ ਸਤਿਗੁਰ ਦੀ ਗੁਰਬਾਣੀ ਨੇ ਆਪਾਂ ਨੂੰ ਸਮਝਾਇਆ ਇਹ ਜੋ ਰਸਤਾ ਹੈ ਦੇਖ ਰਹੇ ਹਾਂ ਧਾਤ ਦਾ ਰਸਤਾ, ਇੱਕ ਲਿਵ ਦਾ ਰਸਤਾ, ਇਹ ਦੋਨਾਂ ਰਸਤਿਆਂ ਤੇ ਕੌਣ ਤੁਰਦਾ ਹੈ ਜੀ? ਮਨ। ਕੌਣ ਤੁਰਦਾ ਹੈ ਜੀ? ਮਨ। ਮਨ ਨੂੰ ਗੁਰਬਾਣੀ ਦੇ ਵਿੱਚ ਧਿਆਨ ਵੀ ਕਿਹਾ ਹੈ, ਅਨੇਕਾਂ ਨਾਮ ਦਿੱਤੇ। ਹੁਣ ਗੁਰਮੁਖ ਪਿਆਰੇ ਸਤਿਗੁਰੂ ਸਮਝਾਉਂਦੇ ਨੇ ਇਹ ਸਤੋ ਗੁਣ ਹੈ, ਇਹ ਰਜੋ ਗੁਣ ਹੈ, ਇਹ ਤਮੋ ਗੁਣ ਹੈ। ਹੁਣ ਆਪਾਂ ਪਹਿਚਾਣ ਕਰਨੀ ਹੈ ਆਪਣੀ ਆਪਣੀ, ਆਪਾਂ ਕਿਹੜੇ ਰਸਤੇ। ਸਤਿਗੁਰੂ ਸਮਝਾਉਂਦੇ ਗੁਰਬਾਣੀ ਦੇ ਵਿੱਚ ਇੱਕ ਇਹ ਰਸਤਾ ਹੈ, ਇਹ ਰਸਤਾ ਹੈ ਮਨਮੁੱਖਾਂ ਦਾ। ਮਨਮੁੱਖ ਉਸ ਨੂੰ ਕਿਹਾ ਹੈ ਜਿਹੜਾ ਇਹਨਾਂ ਦੇ ਆਸਰੇ ਚੱਲਦਾ ਹੈ, ਇਹਨਾਂ ਦੀ ਮਤ ਲੈਂਦਾ, ਇਹਨਾਂ ਤੋਂ ਗਿਆਨ ਲੈਂਦਾ ਹੈ, ਇਹਨਾਂ ਤੋਂ ਸੋਝੀ ਲੈਂਦਾ ਹੈ, ਇਹਨਾਂ ਤੋਂ ਪੁੱਛ ਕੇ ਕੰਮ ਕਰਦਾ ਹੈ। ਇੱਧਰ ਦੇਖਣਾ ਸਾਰਿਆਂ ਨੂੰ, ਇਹਨਾਂ ਤੋਂ ਪੁੱਛ ਕੇ ਕੰਮ ਕਰਦਾ, ਇਹਨਾਂ ਨੂੰ ਪੁੱਛ ਕੇ ਦੇਖਦਾ, ਇਹਨਾਂ ਨੂੰ ਪੁੱਛ ਕੇ ਬੋਲਦਾ, ਇਹਨਾਂ ਨੂੰ ਪੁੱਛ ਕੇ ਸੁਣਦਾ। ਉਸ ਜੀ ਨੂੰ ਗੁਰਬਾਣੀ 'ਚ ਕਿਹਾ ਮਨਮੁੱਖ, ਜਿਹੜਾ ਇਹਨਾਂ ਤੋਂ ਪੁੱਛ ਕੇ ਆਪਣੇ ਜੀਵਨ ਨੂੰ ਜਿਉਂਦਾ ਚਲਾ ਰਿਹਾ। ਸਤਿਗੁਰੂ ਸਮਝਾ ਰਹੇ ਲਿਵ ਧਾਤ ਦੋਏ ਰਾਹ ਹੈ, ਇਹ ਦੋ ਰਸਤੇ ਨੇ, ਇਹਨਾਂ ਦੋਨਾਂ ਰਸਤਿਆਂ 'ਤੇ ਆਪਾਂ ਉਨੀ ਦੇਰ ਤੁਰ ਸਕਦੇ ਹਾਂ ਜਿੰਨੀ ਦੇਰ ਸਾਡੇ ਕੋਲ ਸਵਾਸ ਨੇ। ਜਿੰਨੀ ਦੇਰ ਸਾਹ ਨੇ ਉਨੀ ਦੇਰ ਆਪਾਂ ਇਹਨਾਂ ਦੋਵਾਂ ਰਸਤਿਆਂ 'ਤੇ ਤੁਰ ਸਕਦੇ ਹਾਂ। ਹੁਣ ਸਤਿਗੁਰੂ ਸਮਝਾਉਂਦੇ ਨੇ ਗੁਰਬਾਣੀ ਦੇ ਵਿੱਚ ਜਿਹੜਾ ਇਹ ਰਸਤਾ ਹੈ ਧਾਤ ਦਾ ਰਸਤਾ, ਜਿਨ੍ਹਾਂ ਦਾ ਮਨ ਇੱਥੇ ਹੈ ਤਮਗੁਣ 'ਤੇ, ਉਸ ਨੂੰ ਗੁਰਬਾਣੀ 'ਚ ਪ੍ਰੀਤ ਕਿਹਾ ਹੈ। ਉਸ ਮਨ ਨੂੰ ਕੀ ਕਿਹਾ? ਉਹ ਮਨ ਦੀ ਪਹਿਚਾਣ ਕੀ ਹੈ? ਇਹ ਸਤਿਗੁਰ ਦੀ ਬਾਣੀ ਕਹਿ ਰਹੀ ਹੈ। ਜਿਹੜਾ ਇੱਥੇ ਆਸਣ ਲਾ ਕੇ ਬਹਿੰਦਾ ਉਹ ਮਨ ਪ੍ਰੇਤ ਹੈ। ਪ੍ਰੇਤ ਦੇ ਅੰਦਰ ਕੀ ਵਿਚਾਰ ਚੱਲਦੇ ਨੇ ਧਿਆਨ ਨਾਲ ਸੁਣ ਲਓ ਜੋ ਸਤਿਗੁਰ ਦੀ ਬਾਣੀ ਕਹਿ ਰਹੀ ਹੈ। ਜਿਹੜਾ ਮਨ ਪ੍ਰੇਤ ਬਣ ਚੁੱਕਿਆ ਹੈ, ਮਹਾਰਾਜ ਕਹਿੰਦੇ ਉਹਦੇ ਅੰਦਰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਨਿੰਦਿਆ, ਚੁਗਲੀ, ਈਰਖਾ, ਵਕੀਲੀ, ਦੁਬਧਾ, ਜੇ ਆਪਾਂ ਇਹਨਾਂ 'ਚ ਕਿਸੇ ਦਾ ਵੀ ਸੰਗ ਕਰਦੇ ਹਾਂ ਆਪਣੇ ਮਨ ਦੀ ਅਵਸਥਾ ਕਿ ਸਾਡਾ ਮਨ ਹਜੇ ਪ੍ਰੇਤ ਹੈ। ਕੀ ਹੈ ਜੀ? ਪ੍ਰੇਤ। ਇਹ ਸਤਿਗੁਰੂ ਦੀ ਬਾਣੀ ਕਹਿ ਰਹੀ। ਹੁਣ ਸਤਿਗੁਰੂ ਸਮਝਾ ਰਹੇ ਗੁਰਬਾਣੀ ਦੇ ਵਿੱਚ ਜਦੋਂ ਆਪਣਾ ਮਨ ਇੱਥੇ ਹੈ, ਆਪਾਂ ਇਹਨਾਂ ਦਾ ਸੰਗ ਕਰਦੇ ਹਾਂ, ਜੇ ਆਪਾਂ ਨੂੰ ਕ੍ਰੋਧ ਆਉਂਦਾ ਸਮਝ ਲਓ ਕਿ ਆਪਾਂ ਪ੍ਰੇਤ ਹਾਂ, ਉਦੋਂ ਮਨ ਸਾਡਾ ਪ੍ਰੇਤ ਬਣ ਗਿਆ। ਮਾਇਆ ਮੋਹ ਪ੍ਰੇਤ ਹੈ, ਕਾਮ ਕ੍ਰੋਧ ਲੋ ਮੋਹ ਹੰਕਾਰਾ, ਇਹ ਜੰਮ ਕੀ ਸਰਕਾਰ ਹੈ, ਇਹਨਾਂ ਉੱਪਰ ਜੰਮ ਕਾ ਡੰਡ ਕਰਾਰਾ, ਮਨਮੁੱਖ ਜੰਮ ਮਗ ਪਾਇਨ, ਜਿਨ੍ਹਾਂ ਦੂਜਾ ਪਾਉ ਪਿਆਰਾ, ਜੰਮਪੁਰ ਬੱਧੇ ਮਾਰੀਐ ਕੋਈ ਨਾ ਸੁਣੇ ਪੁਕਾਰ। ਇਹ ਪ੍ਰੇਤ ਨੂੰ, ਜਿਹਨੂੰ ਕਹਿੰਦਾ ਪ੍ਰੇਤ ਪਿੰਜਰ ਮੈਂ ਦੁੱਖ ਘਨੇਰੇ, ਇਹ ਦੁਖੀ ਰਹਿੰਦਾ ਇੱਥੇ। ਹੁਣ ਸਤਿਗੁਰੂ ਸਮਝਾਉਂਦੇ ਨੇ ਆਪਾਂ ਕਰਦੇ ਵਿਚਾਰ, ਉਸ ਤੋਂ ਅੱਗੇ ਆ
ਜਿਹੜਾ ਜੀ ਇੱਥੇ ਰਹਿੰਦਾ ਧਿਆਨ ਨਾਲ ਫਿਰ ਦੇਖ ਲਓ, ਜਿਹੜਾ ਇੱਥੇ ਰਹਿੰਦਾ ਉਸਨੂੰ ਗੁਰਬਾਣੀ ਚ ਪ੍ਰੇਤ ਕਿਹਾ ਹੈ, ਜਿਹੜਾ ਇੱਥੇ ਰਹਿੰਦਾ ਉਸਨੂੰ ਕਹਿੰਦੇ ਪਸ਼ੂ। ਕੌਣ ਜੀ? ਹੈ ਮਨ ਹੈ ਪਰ ਉਹਦੀ ਬਿਰਤੀ ਪਸ਼ੂ ਵਾਲੀ ਹੋ ਗਈ। ਸਤਿਗੁਰ ਸਮਝਾਉਂਦੇ ਨੇ ਜਿੰਨੀ ਦੇਰ ਉਹ ਇਹਨਾਂ ਵਿਚਾਰਾਂ ਦੇ ਵਿੱਚ ਹੈ, ਜਿਹੜਾ ਵੀ ਮਨ ਇਹ ਸੋਚਾਂ ਲੈ ਰਿਹਾ, ਮਹਾਰਾਜ ਕਹਿੰਦੇ ਉਹਦੀ ਬਿਰਤੀ ਪਸ਼ੂ ਪ੍ਰਾਪਤ ਹੋ ਗਈ, ਪਸ਼ੂ ਵਰਗੀ ਬਿਰਤੀ ਹੋ ਗਈ ਉਹਦੀ। ਫਿਰ ਆਪਾਂ ਅੱਗੇ ਵਿਚਾਰ ਕਰਦੇ ਹਾਂ, ਪਹਿਚਾਣ ਕਰ ਲਈਏ। ਸਮਝ ਆ ਗਈ ਜੀ? ਇਹ ਆਪਣੀ ਪਹਿਚਾਣ ਕਰੀ ਜਾਣੀ ਜੋ ਸਤਿਗੁਰ ਨੇ ਸਾਡੀ ਪਹਿਚਾਣ ਕਰਾਈ। ਉਸ ਤੋਂ ਅੱਗੇ ਹੈ, ਇਸ ਨੂੰ ਕਹਿੰਦੇ ਨੇ ਸਤੋ ਗੁਣ, ਇਹਨੂੰ ਕਹਿੰਦੇ ਮਨੁੱਖ। ਜਿਹੜਾ ਮਨ ਇੱਥੇ ਰਹਿੰਦਾ ਹੈ ਉਸ ਨੂੰ ਗੁਰਬਾਣੀ ਚ ਕਿਹਾ ਮਨੁੱਖ। ਕੀ ਕਿਹਾ ਜੀ? ਮਨੁੱਖ। ਜਿਹੜਾ ਮਨ ਇੱਥੇ ਰਹਿੰਦਾ ਉਹ ਪ੍ਰੇਤ ਹੈ, ਜਿਹੜਾ ਇੱਥੇ ਮਨ ਰਹਿੰਦਾ ਉਹ ਪਸ਼ੂ ਹੈ, ਜਿਹੜਾ ਮਨ ਇੱਥੇ ਰਹਿੰਦਾ ਉਹ ਮਨੁੱਖ ਹੈ। ਉਹ ਮਨੁੱਖ ਨੂੰ ਗੁਰੂ ਦੀ ਭਾਲ ਹੈ, ਗੁਰੂ ਦੀ ਲੋੜ ਹੈ, ਨਾ ਪਸ਼ੂ ਨੂੰ ਗੁਰੂ ਦੀ ਲੋੜ ਹੈ, ਨਾ ਪ੍ਰੇਤ ਨੂੰ ਗੁਰੂ ਦੀ ਲੋੜ ਹੈ। ਨਾ ਪਸ਼ੂ ਨੇ ਗੁਰੂ ਦਾ ਕਹਿਣਾ ਮੰਨਣਾ, ਨਾ ਪ੍ਰੇਤ ਨੇ ਗੁਰੂ ਦਾ ਕਹਿਣਾ ਮੰਨਣਾ। ਕਹਿਣਾ ਕਿਹਨੇ ਮੰਨਣਾ? ਮਨੁੱਖ ਨੇ। ਜਿੰਨੀ ਦੇਰ ਸਾਡਾ ਮਨ ਮਨੁੱਖ ਨਹੀਂ ਬਣਦਾ, ਮਨੁੱਖ ਨੂੰ ਸਮਝਾਇਆ ਜਾ ਰਿਹਾ ਭਾਈ ਪ੍ਰਾਪਤ ਮਾਨਕ ਦਿਹੋਰੀਆ ਗੋਬਿੰਦ ਮਿਲਨ ਕੀ ਇਹ ਤੇਰੀ। ਇਹ ਪ੍ਰੇਤ ਨੂੰ ਨਹੀਂ ਸਮਝਾਇਆ ਜਾ ਰਿਹਾ, ਪ੍ਰੇਤ ਸਮਝ ਨਹੀਂ ਸਕਦਾ, ਪਸ਼ੂ ਸਮਝ ਨਹੀਂ ਸਕਦਾ, ਕਿਉਂਕਿ ਇਹ ਇੱਥੇ ਬੈਠਾ। ਇਹਨੂੰ ਕਹਿੰਦੇ ਸੁਖ ਸਾਗਰ। ਇੱਥੋਂ ਸਤਿਗੁਰ ਦੀ ਗੁਰਬਾਣੀ ਆਪਾਂ ਨੂੰ ਗਿਆਨ ਦਿੰਦੇ, ਕਹਿੰਦੇ ਇਹ ਜਿਹੜਾ ਮਨ ਹੈ ਇਹ ਅੱਗੇ ਜਾ ਸਕਦਾ। ਆਪਾਂ ਅੱਗੇ ਵਿਚਾਰ ਕਰਦੇ ਹਾਂ, ਕਿਉਂਕਿ ਆਪਾਂ ਵੀ ਸਿਮਰਨ ਕਰਦੇ ਹਾਂ, ਸੰਗਤ ਕਰਦੇ ਹਾਂ, ਬਾਣੀ ਪੜ੍ਹਦੇ ਹਾਂ। ਸਿਰ ਪਹਿਚਾਣ ਕਰਨੀ ਆਪਣੀ, ਆਪਣੇ ਜੀਵਨ ਦੀ, ਕਿ ਆਪਾਂ ਕਿਹੜੇ ਰਸਤੇ ਚੱਲ ਰਹੇ ਹਾਂ, ਸਾਡਾ ਸਫ਼ਰ ਕਿੱਧਰ ਨੂੰ ਤੈਅ ਹੋ ਰਿਹਾ। ਆਪਾਂ ਧਾਤ ਦੇ ਰਸਤੇ ਚੱਲ ਕੇ ਜੀਵਨ ਜੀ ਰਹੇ ਹਾਂ ਕਿ ਸਾਡਾ ਸਫ਼ਰ ਲਿਵ ਦਾ ਰਸਤਾ ਹੈ? ਲਿਵ ਦਾ ਰਸਤੇ ਦੀ ਅੱਜ ਜਾਣਕਾਰੀ ਲੈਣੀ, ਅਸਲ 'ਚ ਲਿਵ ਦਾ ਰਸਤਾ ਹੈ ਕੀ? ਭੁਲੇਖਾ ਨਾ ਪੈ ਜਾਵੇ ਨਾ, ਜੀਵਨ ਹਾਰ ਕੇ ਨਾ ਚਲੇ ਜਾਈਏ। ਉਹ ਨਾ ਹੋਵੇ ਕਿ ਸਾਰੀ ਉਮਰ ਆਪਾਂ ਇੱਧਰ ਤੁਰਦੇ ਰਹੀਏ ਪਰ ਭੁਲੇਖਾ ਪੈ ਗਿਆ ਕਿ ਮੈਂ ਸ਼ਾਇਦ ਇੱਧਰ ਚੱਲ ਰਿਹਾ, ਮੇਰਾ ਸਫ਼ਰ ਤੈਅ ਹੋ ਰਿਹਾ, ਮੈਂ ਨਿਕਲਣ ਦਾ ਯਤਨ ਕਰ ਰਿਹਾ। ਹੁਣ ਧਿਆਨ ਨਾ ਸੁਣਨਾ, ਕਿਹੜਾ ਜਿਹੜਾ ਜੀ ਹੈ ਉਹ ਧਾਤ ਦੇ ਰਸਤੇ ਹੈ। ਇਹ ਰਸਤਾ ਸਿੱਧਾ ਜੂਨਾਂ ਦੇ ਵਿੱਚ ਜਾਂਦਾ, ਇੱਧਰ ਜੰਮਣ ਮਰਨ ਹੈ, ਇੱਧਰ ਦੁੱਖ ਹੈ। ਇਹ ਮਨਮੁੱਖਾਂ ਦਾ ਰਸਤਾ ਹੈ। ਜਿਹੜਾ ਵੀ ਜੀ ਇੱਧਰ ਗਿਆ, ਗੁਰਬਾਣੀ ਕਹਿੰਦੇ ਲੁੱਟੇ ਗਏ। ਜਿਹੜੇ ਸਾਧੂ ਦੀ ਸੰਗਤ ਕਰਦੇ, ਸੰਤਾਂ ਦੀ ਸੰਗਤ ਕਰਦੇ, ਉਹ ਸਭ ਤੋਂ ਪਹਿਲਾਂ ਇਹ ਰਸਤਾ ਛਡਾਉਂਦੇ ਧਾਤ ਦਾ, ਕਿ ਤੁਸੀਂ ਇਸ ਰਸਤੇ ਨਹੀਂ ਜਾਣਾ। ਜਿਹੜਾ ਵੀ ਮਨ ਇਸ ਰਸਤੇ ਗਿਆ ਲੁੱਟਿਆ ਗਿਆ, ਕਿਉਂਕਿ ਇੱਥੇ ਚੋਰ ਨੇ, ਇੱਥੇ ਠੱਗ ਨੇ, ਇੱਥੇ ਦੂਤ ਰਹਿੰਦੇ ਇਸ ਰਸਤੇ। ਹੁਣ ਧਿਆਨ ਰੱਖਣਾ ਆਪਾਂ ਆਪਣੀ ਪਹਿਚਾਣ ਕਰਨੀ। ਸਤਿਗੁਰੂ ਸਮਝਾਉਂਦੇ ਨੇ ਜਦੋਂ ਆਪਣਾ ਮਨ ਇਸ ਰਸਤੇ ਤੁਰਨ ਲੱਗ ਜਾਂਦਾ, ਉਹ ਮਨ ਦੀ ਸੋਚ, ਮਨ ਦਾ ਸੁਭਾਅ, ਮਨ ਦਾ ਆਚਰਣ, ਮਨ ਦੀ ਦੇਖਣੀ ਕਿੱਦਾਂ ਦੀ ਹੋ ਜਾਂਦੀ ਜਦੋਂ ਇਸ ਰਸਤੇ ਚੱਲਦਾ। ਸਤਿਗੁਰੂ ਸਮਝਾਉਂਦੇ ਨੇ ਗੁਰਬਾਣੀ 'ਚ ਉਹਦੇ ਕਰਮ ਕਰਨ ਦਾ ਤਰੀਕਾ ਕੀ ਹੈ, ਜਿਹੜਾ ਮਨ ਇਸ ਰਸਤੇ ਚੱਲਦਾ। ਉਹਦਾ ਪਰਿਵਾਰ ਵਿੱਚ ਵਿਚਰਨ ਦਾ ਤਰੀਕਾ ਕੀ, ਜਿਹੜਾ ਮਨ ਇਸ ਰਸਤੇ ਚੱਲਦਾ। ਉਹ ਕੀ ਮੰਨ ਕੇ ਚੱਲਿਆ ਹੋਇਆ ਇਸ ਰਸਤੇ, ਉਹਦੀ ਆਪਾਂ ਅੱਜ ਵਿਚਾਰ ਕਰਨੀ ਹੈ। ਧਿਆਨ ਨਾਲ ਸਾਰਿਆਂ ਨੇ ਸਰਵਨ ਕਰਨਾ, ਕਿਉਂਕਿ ਸਤਿਗੁਰੂ ਨੇ ਆਪਣੇ ਜਿਹੜਾ ਅੱਜ ਭੁਲੇਖਾ ਹੈ ਨਾ, ਜਿਹੜਾ ਭਰਮ ਹੈ, ਉਹ ਦੂਰ ਕਰ ਦੇਣਾ ਪਾਸੇ। ਸਤਿਗੁਰੂ ਦੀ ਗੁਰਬਾਣੀ ਆਪਾਂ ਨੂੰ ਸਮਝਾ ਰਹੀ ਕਿ ਜਿਹੜਾ ਵੀ ਮਨ ਇਸ ਰਸਤੇ ਗਿਆ, ਇਸ ਨੂੰ ਕਹਿੰਦੇ ਨੇ ਦੂਜਾ ਰਸਤਾ,
ਕੀ ਕਹਿੰਦੇ ਉਸਨੂੰ? ਇਹ ਇੱਕ, ਇਹਨੂੰ ਕਹਿੰਦੇ ਦੂਜਾ। ਤੇ ਸਤਿਗੁਰੂ ਸਮਝਾਉਂਦੇ ਨੇ ਗੁਰਬਾਣੀ ਕਹਿੰਦੇ ਨੇ ਜਿਹੜਾ ਵੀ ਮਨ ਇਸ ਰਸਤੇ ਤੁਰਿਆ ਕਹਿੰਦੇ ਉਹ ਦੁਖੀ ਰਿਹਾ, ਉਹ ਸੁਖੀ ਨਹੀਂ ਹੋਇਆ। ਤਾਂ ਕਹਿੰਦੇ ਦੂਜੇ ਭਾਏ ਦੁੱਖ ਹੋਏ, ਜਦੋਂ ਸਾਡਾ ਪਿਆਰ ਦੂਜੇ ਨਾਲ ਪੈ ਜਾਂਦਾ। ਤਾਂ ਮਹਾਰਾਜ ਗੁਰਬਾਣੀ 'ਚ ਸਮਝਾਉਂਦੇ ਨੇ ਆਪਾਂ, ਫਿਰ ਆਮ ਹੀ ਸਵਾਲ ਹੈ ਸਾਡਾ ਕਿ ਜੀ ਮੈਨੂੰ ਇੱਥੇ ਆਇਆ, ਮੈਂ ਬਹੁਤ ਗੁਰਬਾਣੀ ਦਾ ਗਿਆਨ ਦਿੱਤਾ ਇੱਥੇ ਆਪਣੇ ਮਨ ਨੂੰ, ਪਰ ਮਨ ਸਮਝਦਾ ਨਹੀਂ। ਮੈਂ ਇੱਥੇ ਸੀ, ਮੈਨੂੰ ਪਹਿਚਾਣ ਆ ਗਈ, ਮੈਂ ਸਮਝਾਉਣ ਦਾ ਬਹੁਤ ਯਤਨ ਕੀਤਾ ਲੇਕਿਨ ਨਹੀਂ ਸਮਝਦਾ, ਫਿਰ ਉਹੀ ਕੰਮ ਕਰਦਾ। ਇਹ ਹੁੰਦਾ ਹੈ ਜੀ, ਆਪਾਂ ਗਿਆਨ ਦਿੰਦੇ ਹਾਂ ਇਹ ਨਹੀਂ ਮੰਨਦਾ। ਉਹ ਕਿਉਂ ਨਹੀਂ ਮੰਨਦਾ? ਕਿਉਂਕਿ ਇਹ ਇਸ ਰਸਤੇ ਚੱਲਿਆ ਹੋਇਆ, ਇਹ ਰਸਤੇ ਇਹਨੇ ਮੰਨਿਆ ਹੋਇਆ ਆਲਰੇਡੀ ਕੁਛ। ਇਸ ਰਸਤੇ ਜਿਹੜਾ ਮਨ ਚੱਲੇਗਾ ਨਾ, ਉਹ ਗੁਰਬਾਣੀ ਦੇ ਗਿਆਨ ਨੂੰ, ਗੁਰੂ ਨੂੰ ਨਹੀਂ ਮੰਨੇਗਾ, ਉਹ ਆਪਣੀ ਹਉਮੈ ਨਹੀਂ ਛੱਡੇਗਾ, ਉਹ ਆਪਣਾ ਆਚਰਣ ਨਹੀਂ ਛੱਡੇਗਾ। ਛੱਡੇਗਾ ਕਿਹੜਾ? ਜਿਹੜਾ ਇਸ ਰਸਤੇ ਚੱਲ ਰਿਹਾ, ਇਹ ਗੁਰੂ ਦਾ ਕਹਿਣਾ ਮੰਨੇਗਾ, ਇਹ ਗੁਰੂ ਦੀ ਗੱਲ ਸੁਣੇਗਾ, ਇਹ ਸ਼ਬਦ ਦਾ ਵੀ ਅਭਿਆਸ ਕਰੇਗਾ। ਜਿਹੜਾ ਇਹ ਮਨ ਹੈ, ਸ਼ਬਦ ਦਾ ਅਭਿਆਸ ਵੀ ਨਹੀਂ ਕਰੇਗਾ, ਗੁਰੂ ਦੀ ਗੱਲ ਵੀ ਨਹੀਂ ਸੁਣੇਗਾ, ਜੇ ਗੁਰੂ ਦਾ ਗਿਆਨ ਦੋਗੇ ਉਹ ਮੰਨੇਗਾ ਵੀ ਨਹੀਂ। ਤਾਂ ਸਤਿਗੁਰ ਕਹਿੰਦੇ ਦੂਜੇ ਭਾਏ ਦੁੱਖ ਹੋਏ। ਅਤੇ ਇੱਥੇ ਜਿਹੜੇ ਮਨਮੁੱਖ ਮਨ ਨੂੰ ਨਾ ਆ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੇ ਜੂੜਿਆ ਹੁੰਦਾ, ਕਹਿੰਦੇ ਦੂਜੇ ਭਾਏ ਦੁੱਖ ਹੋਏ ਮਨਮੁੱਖ ਜਮ ਜੋਹਿਆ ਜੀਓ। ਇਹਨੂੰ ਜੋਹਿਆ ਹੁੰਦਾ, ਮਨ ਨੂੰ ਧੱਕਾ ਕਰਦੇ ਇੱਥੇ, ਇਧਰ ਤੋਰ ਕੇ, ਇੱਧਰ ਛੁੜਾ ਕੇ ਨਾ, ਇੱਧਰ ਤੋਰ ਕੇ। ਤਾਂ ਸਾਧੂ ਕਹਿੰਦੇ ਨੇ ਮਨਮੁੱਖ ਜਮ ਜੋਹਿਆ ਜੀਓ, ਇੱਥੇ ਦੁਖੀ ਹੋਈ ਜਾ ਰਿਹਾ, ਹਾਏ ਹਾਏ ਕਰੇ ਦਿਨ ਰਾਤੀ, ਮਾਇਆ ਦੁੱਖ ਮੋਹਿਆ ਜੀਓ, ਮਾਇਆ ਦੁੱਖ ਮੋਹਿਆ ਹੋਮੇ ਰੋਇਆ, ਮੇਰੀ ਮੇਰੀ ਕਰਤਵ ਆਏ। ਕਹਿੰਦੇ ਮੇਰੀ ਮੇਰੀ ਕਰਦੇ ਇੱਥੇ ਰੋਈ ਜਾ ਰਿਹਾ। ਜੋ ਪ੍ਰਭ ਦੇਵੈ ਤਿਸ ਚੇਤੇ ਨਾਹੀਂ, ਅੰਤ ਗਿਆ ਪਛਤਾਏ। ਹੁਣ ਜਿਹੜਾ ਧਾਤ ਦੇ ਰਸਤੇ ਚੱਲਦਾ, ਧਿਆਨ ਨਾਲ ਸੁਣੋ, ਉਹ ਮਨ ਜਦੋਂ ਕਰਮ 'ਤੇ ਜਾਏਗਾ ਉਹ ਸਿਮਰਨ ਨਹੀਂ ਕਰੇਗਾ। ਕੀ ਨਹੀਂ ਕਰੇਗਾ? ਸਿਮਰਨ ਨਹੀਂ ਕਰੇਗਾ। ਉਹ ਕੀ ਕਰੇਗਾ? ਇਹ ਵਿਚਾਰ ਲਏਗਾ, ਇੱਧਰ ਦੇ ਵਿਚਾਰ ਲਏਗਾ ਚਾਹੇ ਇੱਧਰ ਦੇ, ਇੱਧਰ ਤਾਂ ਬਹੁਤ ਘੱਟ ਆਉਂਦਾ, ਜੇ ਆ ਜਾਏ ਫਿਰ ਤਾਂ ਸਿਮਰਨ ਸ਼ੁਰੂ ਹੋ ਜਾਂਦਾ। ਜੇ ਵਿਚਾਰ ਆ ਜਾਏ ਨਾ, ਫਿਰ ਚੇਤੇ ਆ ਜਾਂਦਾ ਕਿ ਮੈਂ ਤਾਂ ਸਿਮਰਨ ਕਰਨਾ ਹੀ, ਮੈਂ ਕਿਤੇ ਭਰਮ 'ਚ ਚਲਾ ਗਿਆ। ਕਹਿੰਦੇ ਜਦੋਂ ਇਹ ਵਿਚਾਰ ਹੁੰਦਾ, ਇਹ ਜਿਹੜਾ ਮਨ ਇਸ ਕਰਮ ਕਰਦੇ ਹਾਂ, ਹੁਣ ਦੇਖੋ ਆਪਾਂ ਕੰਮ ਕਰਦੇ ਜੀ, ਸਾਰੇ ਕਰਦੇ। ਜਦੋਂ ਆਪਾਂ ਕੰਮ ਕਰਦੇ, ਸਾਡੇ ਅੰਦਰ ਵਿਚਾਰ ਚੱਲਦੇ ਨੇ, ਉਦੋਂ ਸਾਡਾ ਮਨ ਇਹ ਰਸਤੇ ਚੱਲ ਰਿਹਾ ਕਰਮ ਕਰਦੇ ਹਾਂ। ਪਹਿਚਾਣ ਲਓ, ਕੋਈ ਭਰਮ ਨਾ ਪੈ ਜਾਵੇ ਨਾ ਆਪਾਂ ਨੂੰ ਕਿ ਆਪਾਂ ਸ਼ਾਇਦ ਇੱਧਰ ਚੱਲ ਰਹੇ ਹਾਂ। ਜਦੋਂ ਆਪਾਂ ਸਿਮਰਨ ਕਰਦੇ ਨਹੀਂ, ਆਪਾਂ ਇਸ ਕੋਈ ਵੀ ਕਰਮ ਕਰਦੇ ਹਾਂ, ਸਿਮਰਨ ਨਹੀਂ ਕਰਦੇ, ਅਤੇ ਆਪਾਂ ਕੀ ਕਰਦੇ ਹਾਂ? ਆਪਾਂ ਫੁਰਨੇ ਲੈਂਦੇ ਹਾਂ। ਕੀ ਲੈਂਦੇ ਹਾਂ? ਅਤੇ ਜਦੋਂ ਫੁਰਨੇ ਲੈਂਦੇ ਹਾਂ ਤਾਂ ਕਿਹੜੇ ਰਸਤੇ ਚੱਲ ਰਹੇ ਹਾਂ? ਜਮ ਮਾਰਗ 'ਤੇ ਚੱਲ ਰਹੇ ਹਾਂ, ਧਾਤ ਦੇ ਰਸਤੇ ਚੱਲ ਰਹੇ ਹਾਂ, ਦੂਜੇ ਭਾਏ ਵੱਲ ਚੱਲ ਰਹੀ ਹਾਂ। ਇਹ ਰਸਤਾ ਘਰ ਨੂੰ ਜਾਣ ਵਾਲਾ ਨਹੀਂ ਹੈਗਾ। ਤਾਂ ਮਾਰਗ ਸਤਿਗੁਰ ਸਮਝਾ ਰਹੇ, ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਈ, ਇਹ ਥਿਰ ਘਰ ਜਾਣ ਦਾ ਰਸਤਾ ਨਹੀਂ ਗੁਰਮੁਖ ਪਿਆਰਿਓ। ਜਿਹੜਾ ਇਹ ਮਨ ਇਹਦਾ ਤੁਰਦਾ ਨਾ, ਉਹਨੂੰ ਮਰਨਾ ਭੁੱਲ ਗਿਆ ਕਿ ਮੈਂ ਸੰਸਾਰ ਦੇ ਵਿੱਚ ਇਹ ਸਵਾਸ ਲੈ ਕੇ ਆਇਆ, ਮੈਂ ਵਾਪਸ ਵੀ ਜਾਣਾ। ਉਸਨੂੰ ਮਰਨਾ ਭੁੱਲ ਚੁੱਕਿਆ, ਉਹ ਸੰਸਾਰ ਨੂੰ ਸੱਚ ਸਮਝ ਚੁੱਕਿਆ, ਉਹਨੂੰ ਨਹੀਂ ਪਤਾ ਕਿ ਮੈਂ ਵਾਪਸ ਵੀ ਜਾਣਾ। ਉਹਦੇ ਲਈ ਇਹ ਜੀਵਨ ਸੁਪਨਾ ਨਹੀਂ ਹੈ, ਉਹਦੇ ਲਈ ਜੀਵਨ ਹਕੀਕਤ ਹੈ। ਸਤਿਗੁਰੂ ਸਮਝਾਉਂਦੇ ਜਿਹੜੇ ਇਸ ਰਸਤੇ ਤੁਰਦੇ ਨੇ, ਉਹ ਪਰਿਵਾਰ, ਜਿਸ ਪਰਿਵਾਰ ਦੇ ਵਿੱਚ ਰਹਿੰਦੇ ਨੇ, ਉਹ ਪਰਿਵਾਰ ਨੂੰ ਆਪਣਾ ਸਮਝਦੇ ਆ। ਕੀ ਸਮਝਦੇ ਆ?
ਆਪਣਾ ਆਪਣਾ ਸਮਝ ਕੇ ਉਹਨਾਂ 'ਤੇ ਹੱਕ ਵੀ ਜਮਾਉਂਦੇ ਆ। ਉਹ ਕਿਹੜੇ ਰਸਤੇ ਚੱਲ ਰਹੇ ਨੇ ਦੇਖ ਲਓ ਸਾਰੇ, ਕਿਉਂਕਿ ਇਹ ਚੀਜ਼ ਨੂੰ ਗੁਰਮੁਖੋ ਜੇ ਆਪਾਂ ਗਿਆਨ ਲੈਣਾ, ਕਿਉਂਕਿ ਗਿਆਨ ਇੱਥੋਂ ਸ਼ੁਰੂ ਹੋਣਾ, ਵਿਚਾਰ ਅੱਗੋਂ ਇੱਥੋਂ ਸ਼ੁਰੂ ਹੋਣੀ ਹੈ। ਪਹਿਲਾਂ ਪਹਿਚਾਣ ਕਰਾਈ ਜਾ ਰਹੀ ਕਿ ਆਪਾਂ ਕਿਹੜੇ ਰਸਤੇ ਚੱਲ ਰਹੇ ਹਾਂ। ਸਤਿਗੁਰੂ ਸਮਝਾਉਂਦੇ ਗੁਰਬਾਣੀ ਦੇ ਵਿੱਚ ਜਦੋਂ ਆਪਾਂ ਪਰਿਵਾਰ ਨੂੰ ਆਪਣਾ ਸਮਝਦੇ ਹਾਂ, ਪਰਿਵਾਰ ਦੇ ਵਿੱਚ ਮਿਲ ਕੇ ਵਿਚਾਰਾਂ ਦੇ ਵਿੱਚ ਆਪਾਂ ਸਿਮਰਨ ਨਹੀਂ ਕਰਦੇ, ਇਕੱਠੇ ਬਹਿ ਕੇ ਸਿਮਰਨ ਕਰਦੇ ਹਾਂ ਪਰਿਵਾਰਾਂ ਦੇ ਵਿੱਚ, ਬਹੁਤ ਘੱਟ। ਕੀ ਗੱਲਾਂ ਕਰਦੇ ਹਾਂ? ਸੰਸਾਰ ਦੀਆਂ। ਅਤੇ ਕਿਹੜੀਆਂ ਗੱਲਾਂ ਕਰਦੇ ਹਾਂ? ਨਿੰਦਿਆ ਚੁਗਲੀ, ਕਿਸੇ ਦੂਜੇ ਦੀ ਗੱਲ। ਤਾਂ ਸਤਿਗੁਰ ਦੀ ਗੁਰਬਾਣੀ ਆਪਾਂ ਨੂੰ ਸਮਝਾ ਰਹੀ ਉਹ ਕਿਹੜੇ ਰਸਤੇ ਚੱਲ ਰਹੇ ਨੇ? ਸਾਰੇ ਤਾਤ ਦੇ ਰਸਤੇ। ਹੁਣ ਇਹ ਦੇਖੋ, ਕਰਮ ਕਰਦੇ ਹਾਂ ਆਪਾਂ ਇੱਥੇ ਰਹਿੰਦੇ ਹਾਂ, ਪਰਿਵਾਰ 'ਚ ਵਿਚਰਦੇ ਹਾਂ ਇੱਥੇ ਰਹਿੰਦੇ ਹਾਂ, ਅਤੇ ਸਾਡਾ ਰਸਤਾ ਕਿੱਧਰ ਨੂੰ ਚੱਲ ਰਿਹਾ? ਘਰ ਵੱਲ ਨੂੰ ਚੱਲ ਰਿਹਾ ਕਿ ਘਰੋਂ ਦੂਰ ਜਾ ਰਹੇ ਆਪਾਂ? ਕਿਹੜੇ ਕਰਮ ਨੇ? ਕਰਮੀ ਆਪੋ ਆਪਣੀ, ਕਿਹ ਨੇੜੇ ਕਿਹ ਦੂਰ। ਹੁਣ ਆਪਾਂ ਕਿਹੜੇ ਕਰਮ ਕਰਦੇ ਪਏ, ਨੇੜੇ ਜਾਣ ਵਾਲੇ ਕਿ ਦੂਰ ਜਾਣ ਵਾਲੇ? ਇਹਨਾਂ ਨੂੰ ਕਹਿੰਦੇ ਇਹ ਨੀਚ ਕਰਮ ਹਰ ਮੇਰੇ, ਜਿੰਨੇ ਸਾਡੇ ਆ ਨੀਚ ਕਰਮ ਨੇ। ਆ ਜਿੰਨੇ ਵੀ ਆਪਾਂ ਕਰਮ ਕਰਦੇ ਨਾ ਜੀਵਨ ਜੀ ਰਿਹਾ ਨੂੰ ਕਹਿੰਦੇ ਨੀਚ ਕਰਮ, ਕਿਉਂਕਿ ਸਾਨੂੰ ਇਹ ਦੂਰ ਲੈ ਕੇ ਜਾ ਰਹੇ ਨੇ। ਜਿੰਨੀ ਦੇਰ ਗੁਰਮੁਖ ਪਿਆਰਿਓ ਆਪਣਾ ਮਨ ਇਸ ਰਸਤੇ ਚੱਲੇਗਾ ਨਾ, ਜਿਵੇਂ ਗੁਰਮੁਖਾਂ ਨੇ ਅੱਜ ਹੀ ਸ਼ਬਦ ਪੜ੍ਹਿਆ, ਕਹਿੰਦੇ ਨਾ ਲਿਵ ਧਾਤ ਦੋਏ ਰਾਹ ਹੈ, ਹੁਕਮੀ ਕਾਰ ਕਮਾਏ ਗੁਰਮੁਖ ਆਪਣਾ ਮਨ ਮਾਰਿਆ, ਸ਼ਬਦ ਕਸਵੱਟੀ ਲਾਏ। ਤੇ ਕਹਿੰਦੇ ਕਿ ਗੁਰਮੁਖਾਂ ਨੇ ਆਪਣੇ ਮਨ ਨੂੰ ਮਾਰਿਆ, ਜਿਹੜੇ ਇਸ ਰਸਤੇ ਚੱਲਦੇ, ਉਹ ਜਿਹੜੇ ਇਸ ਰਸਤੇ ਚੱਲਦੇ ਆ ਆਪਾਂ ਉਹ ਵੀ ਵਿਚਾਰ ਕਰਦੇ ਹਾਂ। ਸਿਰ ਪਹਿਲਾਂ ਪਹਿਚਾਣ ਕਰਨੀ, ਸਮਝ ਆਈ ਨਾ ਜੀ? ਜਦੋਂ ਆਪਾਂ ਸਿਮਰਨ ਨਹੀਂ ਕਰਦੇ, ਜਦੋਂ ਆਪਾਂ ਗੁਰਬਾਣੀ ਸੁਣਦੇ ਨਹੀਂ, ਗੁਰਬਾਣੀ ਪੜ੍ਹਦੇ ਹਾਂ ਸੁਣਦੇ ਨਹੀਂ, ਸਿਮਰਨ ਕਰਦੇ ਹਾਂ ਸ਼ਬਦ ਨੂੰ ਸੁਣਦੇ ਨਹੀਂ, ਧਿਆਨ ਨਾਲ ਸੁਣ ਲਓ ਸਾਰੇ, ਬਾਣੀ ਪੜ੍ਹਦੇ ਹਾਂ ਬਾਣੀ ਨੂੰ ਸੁਣਦੇ ਨਹੀਂ, ਸਿਮਰਨ ਕਰਦੇ ਹਾਂ ਸਿਮਰਨ ਨੂੰ ਸੁਣਦੇ ਨਹੀਂ, ਤਾਂ ਆਪਾਂ ਕਿਹੜੇ ਰਸਤੇ ਚੱਲਦੇ ਹਾਂ? ਬਾਣੀ ਪੜ੍ਹਦੇ ਹਾਂ ਆਪਾਂ ਕਿਹੜੇ ਰਸਤੇ ਚੱਲ ਰਹੇ ਹਾਂ? ਸਿਮਰਨ ਕਰਦੇ ਹਾਂ ਕਿਹੜੇ ਰਸਤੇ ਚੱਲ ਰਹੇ ਹਾਂ? ਜੇ ਵਿਚਾਰ ਚੱਲ ਰਹੇ ਸਾਡੇ ਅੰਦਰ, ਰਸਤਾ ਕਿੱਧਰ ਨੂੰ ਜਾ ਰਿਹਾ? ਸਤਿਗੁਰੂ ਸਮਝਾ ਰਹੇ ਗੁਰਬਾਣੀ ਦੇ ਵਿੱਚ ਇਹ ਧਾਤ ਦੇ ਰਸਤੇ ਚੱਲ ਕੇ ਆਪਣੇ ਜਿੰਨੇ ਵੀ ਜੀ ਇੱਦਾਂ ਚੱਲੇ ਮਹਾਰਾਜ ਕਹਿੰਦੇ ਉਹ ਲੁੱਟੇ ਗਏ। ਅਤੇ ਜਿਹੜੇ ਸਾਧੂ ਸੰਤ ਹੁੰਦੇ ਨੇ, ਜਿਵੇਂ ਭਾਈ ਸਾਹਿਬ ਸਮਝਾਉਂਦੇ ਹੁੰਦੇ ਸੀ ਹਮੇਸ਼ਾ, ਜੈ ਮਾਰਗ ਆ ਮਾਰਗ ਲੁੱਟੀ ਪਨਿਹਾਰੀ, ਸਾ ਮਾਰਗ ਸੰਤਨ ਦਿਰਾੜੀ, ਕਿ ਆਹ ਰਸਤਾ ਸਭ ਤੋਂ ਪਹਿਲਾਂ ਕਹਿੰਦੇ ਛੱਡ ਦਿਓ। ਜਿਹੜਾ ਵੀ ਕਹਿੰਦੇ ਹੁਣ ਦੇਖੋ, ਇਸ ਰਸਤੇ ਜਾ ਕੇ ਅਸੀਂ ਰੱਬ ਨੂੰ ਮਿਲ ਸਕਦੇ ਹਾਂ, ਇਹ ਰਸਤਾ ਸਾਡੇ ਘਰ ਨੂੰ ਜਾ ਰਿਹਾ, ਇਸੇ ਕਰਕੇ ਸਤਿਗੁਰੂ ਕਹਿੰਦੇ ਇਹ ਰਸਤਾ ਆਪਾਂ ਛੱਡ ਦੇਣਾ। ਜਿੰਨੀ ਦੇਰ ਨਹੀਂ ਛੱਡਦੇ ਗੁਰਮੁਖ ਆਪਾਂ ਘਰ ਨਹੀਂ ਜਾ ਸਕਦੇ, ਵਾਪਸ ਨਹੀਂ ਪਹੁੰਚ ਸਕਦੇ। ਜੇ ਆਪਾਂ ਇੱਦਾਂ ਹੀ ਰਹਿਣਾ ਅੱਗੋਂ ਫਿਰ ਜੂਨਾਂ ਦੇ ਵਿੱਚ ਚਲੇ ਜਾਵਾਂਗੇ, ਵਾਰ ਵਾਰ ਜਨਮ ਮਰਨ ਦੇ ਵਿੱਚ ਆਵਾਂਗੇ। ਜਿਹੜੇ ਮਨ ਇੱਥੇ ਰਹਿੰਦੇ ਰਜੋਗੁਣ, ਜਿਹੜੇ ਕਹਿ ਰਹੇ ਕਿ ਜੀ ਮੈਂ ਤਾਂ ਆਪਣੇ ਕਟੰਬ ਨੂੰ ਪਾਲਦਾ, ਕਿਸੇ ਦਾ ਹੱਕ ਨਹੀਂ ਮਾਰਦਾ, ਦਸਾਂ ਨੌਵਾਂ ਦੀ ਮੈਂ ਕਿਰਤ ਕਰਨਾ, ਮੈਂ ਕਿਹੜਾ ਝੂਠ ਬੋਲਦਾ, ਮੈਂ ਤਾਂ ਧਰਮ ਕਮਾ ਰਿਹਾ, ਕਿ ਧਰਮ ਕੀ ਕਮਾਉਣਾ ਕਟੰਬ ਨੂੰ ਪਾਲਣਾ। ਸਤਿਗੁਰੂ ਸਮਝਾ ਰਹੇ ਗੁਰਬਾਣੀ ਦੇ ਵਿੱਚ ਉਹਨੂੰ ਗਿਆਨ ਨਹੀਂ, ਇਸ ਚੀਜ਼ ਨੂੰ ਗਿਆਨ ਨਹੀਂ ਜੋ ਬੋਲ ਰਿਹਾ, ਕਿਉਂਕਿ ਆਪਾਂ ਨੂੰ ਸਮਝਾ ਰਹੇ ਗੁਰਬਾਣੀ ਦੇ ਵਿੱਚ ਕਿ ਆਪਾਂ ਕਿਸੇ ਨੂੰ ਪਾਲ ਨਹੀਂ ਸਕਦੇ ਸੰਸਾਰ 'ਚ, ਕਿ ਪਾਲ ਸਕਦੇ ਹਾਂ? ਮਹਾਰਾਜ ਕਹਿੰਦੇ ਦੱਦਾ ਦਾਤਾ ਏਕ ਹੈ ਸਭ ਕੋ ਦੇਵਨਹਾਰ। ਸਤਿਗੁਰ ਦੀ ਗੁਰਬਾਣੀ ਕਹਿੰਦੇ ਨੇ ਕਿ ਇਹਨੂੰ ਕਰਮ ਨਹੀਂ ਕਰਨਾ ਹੁੰਦਾ, ਪਰ ਕਿਸੇ ਨੂੰ ਮਾੜਾ ਵੀ ਨਹੀਂ ਬੋਲਦਾ, ਕਿਸੇ ਨੂੰ
ਮਾੜਾ ਵੀ ਨਹੀਂ ਬੋਲਦਾ, ਆਪਣੇ ਨਾਲ ਸੀਮਾ 'ਤੇ ਗਿਆ ਕੰਮ 'ਤੇ, ਖਾਧਾ ਪੀਤਾ, ਵਿਚਾਰ ਕੀਤੀ, ਫਿਰ ਚਲਾ ਗਿਆ। ਸਤਿਗੁਰ ਦੀ ਗੁਰਬਾਣੀ ਆਪਾਂ ਨੂੰ ਸਮਝਾਉਂਦੇ ਨੇ ਜਿਹੜਾ ਇਹ ਮਨ ਹੈ ਇਹ ਵਾਪਸ ਜਾ ਸਕਦਾ ਪਰ, ਲੇਕਿਨ ਇਹ ਜਿਹੜਾ ਮਨ ਹੈ ਨਾ ਇਹਦੇ ਲਈ ਬਹੁਤ ਮੁਸ਼ਕਲ ਹੈ ਘਰ ਛੱਡਣਾ। ਹੁਣ ਜੇ ਤਾਂ ਆਪਾਂ ਵੀ ਇਹ ਘਰ 'ਚ ਰਹਿੰਦੇ ਹਾਂ, ਆਪਾਂ ਵੀ ਇਹਨਾਂ ਦਾ ਸੰਗ ਕਰਦੇ ਹਾਂ ਅਤੇ ਇੱਕ ਪਿੱਛੇ ਆਸ ਲਾਈ ਕਿ ਮੈਂ ਰੱਬ ਨੂੰ ਮਿਲਣਾ ਅਤੇ ਇੱਕ ਪਿੱਛੇ ਆਪਾਂ ਉਹ ਪਤਾਲ 'ਚ ਬੈਠੇ ਹਾਂ, ਕਿੱਥੇ ਬੈਠੇ ਹਾਂ, ਇੱਥੇ ਰੱਬ ਨਹੀਂ ਹੈਗਾ, ਇੱਥੇ ਨਹੀਂ ਮਿਲਣਾ, ਜਿਹੜਾ ਮਨ ਇੱਥੇ ਬੈਠਾ ਉਹ ਰੱਬ ਨੂੰ ਨਹੀਂ ਪ੍ਰਾਪਤੀ ਕਰ ਸਕਦਾ। ਤਾਂ ਸਤਿਗੁਰੂ ਗੁਰਬਾਣੀ ਸਮਝਾਉਂਦੇ ਨੇ, ਕਹਿੰਦੇ ਜਿੰਨੀ ਦੇਰ ਤੁਸੀਂ ਆ ਧਾਤ ਦਾ ਰਸਤਾ ਨਹੀਂ ਛੱਡਦੇ ਉਨੀ ਦੇਰ ਤੁਸੀਂ ਇਹ ਲਿਵ ਰਸਤੇ ਨਹੀਂ ਤੁਰ ਸਕਦੇ। ਤੇ ਲਿਵ ਦਾ ਰਸਤਾ ਕੀ ਹੈ, ਉਸ ਨੂੰ ਗੁਰਬਾਣੀ ਚ ਕਿਹਾ ਸੰਤ ਮਾਰਗ। ਜਿੰਨੇ ਵੀ ਗੁਰਮੁਖ ਜਾਣੇ ਉਹ ਇਸ ਰਸਤੇ ਤੁਰਦੇ, ਲਿਵ ਦੇ ਰਸਤੇ, ਇੱਥੋਂ ਆਉਂਦੇ ਸਹਿਸਬ ਆਏ ਅਤੇ ਲਿਵ ਦੇ ਰਸਤੇ ਤੁਰ ਕੇ ਚਲੇ ਜਾਂਦੇ ਵਾਪਸ, ਉਹ ਇਹ ਰਸਤੇ ਜਾਂਦੇ ਹੀ ਕੋਈ ਨਹੀਂ। ਇਹ ਇਹਨਾਂ ਨੂੰ ਪੱਕਾ ਬਲਾਕ ਕਰਤਾ ਆਪਣੇ ਅੰਦਰੋਂ, ਇੱਧਰ ਖਤਮ। ਗੁਰੂ ਨੇ ਇੱਕ ਵਾਰੀ ਕਿਹਾ ਕਿ ਰਸਤੇ ਤੂੰ ਲੁੱਟਿਆ ਜਾਣਾ, ਤੂੰ ਹਮੇਸ਼ਾ ਇਸ ਰਸਤੇ ਲੁੱਟ ਕੇ ਆਪਣੇ ਜੀਵਨ ਦੀ ਬਾਜ਼ੀ ਹਾਰ ਕੇ ਗਿਆ, ਜੇ ਹੁਣ ਵੀ ਇਸ ਰਸਤੇ ਤੂੰ ਤੁਰਿਆ ਤੂੰ ਫਿਰ ਇਸ ਵਾਰੀ ਵੀ ਤੂੰ ਹਾਰ ਕੇ ਚਲੇ ਜਾਣਾ। ਆਪਾਂ ਪੜ੍ਹਦੇ ਹਾਂ ਨਾ ਪੰਜਵੇਂ ਪਾਤਸ਼ਾਹ ਦੇ ਬਚਨ, ਕਹਿੰਦੇ ਨਾ ਕੀ ਸਮਝਾ ਰਹੇ, ਕਹਿੰਦੇ ਬੈਰ ਵਿਰੋਧ ਕਾਮ ਕ੍ਰੋਧ, ਪਹਿਲਾਂ ਵੀ ਕਰਦੇ ਰਹੇ ਨਾ, ਝੂਠ ਮੋਹ ਕਰਦੇ ਰਹੇ ਹਾਂ, ਵਿਕਾਰ ਕਰਦੇ ਰਹੇ ਹਾਂ, ਇਹ ਜੁਗਤੀ ਅਪਣਾਈ ਸੀ ਅਤੇ ਕਈ ਜਨਮਾਂ ਤੋਂ ਅਪਣਾਈ ਸੀ, ਅਤੇ ਜੇ ਹੁਣ ਵੀ ਵੈਰ ਵਿਰੋਧ ਕਰ ਰਹੇ ਹਾਂ ਤੁਸੀਂ, ਸਤਿਗੁਰੂ ਕਹਿ ਰਹੇ ਪਹਿਚਾਣ ਕਰ ਲਓ ਆਪਣੀ, ਜੇ ਹੁਣ ਵੀ ਦੁਬਦਾ ਕਰ ਰਹੇ ਹੋ, ਹੁਣ ਵੀ ਝੂਠ ਬੋਲ ਰਹੇ ਹੋ, ਹੁਣ ਵੀ ਮੋਹ ਦੇ ਵਿੱਚ ਹੋ, ਤਾਂ ਸਤਿਗੁਰ ਦੀ ਗੁਰਬਾਣੀ ਕੀ ਕਹਿ ਰਹੇ ਨੇ, ਤੁਸੀਂ ਉਹੀ ਜੁਗਤੀ ਅਪਣਾਈ ਜਿਸ ਜੁਗਤੀ ਨੇ ਤੁਹਾਡਾ ਜਨਮ ਮਰਨ ਦੇ ਵਿੱਚ ਤੁਹਾਨੂੰ ਲੈ ਕੇ ਆ ਰਹੀ ਹੈ। ਹੁਣ ਸਤਿਗੁਰ ਸਮਝਾਉਂਦੇ ਨੇ ਜਿਹੜੇ ਗੁਰਮੁਖ ਇਸ ਰਸਤੇ ਚੱਲਦੇ ਨੇ ਉਹਨਾਂ ਦਾ ਜਿਹੜਾ ਜੀਵਨ ਕਿਸ ਤਰ੍ਹਾਂ ਦਾ, ਧਿਆਨ ਨਾਲ ਸੁਣ ਲਓ। ਜਿਹੜੇ ਇਸ ਰਸਤੇ ਚੱਲਦੇ ਸਤਿਗੁਰ ਸਮਝਾਉਂਦੇ ਗੁਰਬਾਣੀ ਦੇ ਵਿੱਚ, ਜਿਨ੍ਹਾਂ ਨੂੰ ਗੁਰੂ ਦਾ ਗਿਆਨ ਹੋਇਆ ਉਹਨਾਂ ਨੇ ਇਹ ਰਸਤਾ ਛੱਡ ਦਿੱਤਾ, ਉਹਨਾਂ ਨੂੰ ਪਤਾ ਕਿ ਮੈਂ ਆਹ ਰਸਤੇ ਜਾਣਾ, ਕਰਮ ਕਰਨਾ, ਅਤੇ ਕਰਮ ਕਰਦਿਆਂ ਸਿਮਰਨ ਕਰਦੇ, ਕੀ ਕਰਦੇ ਸਿਮਰਨ। ਉਹਨਾਂ ਨੇ ਇੰਨਾ ਸੁਚੇਤ ਰਹਿਣਾ, ਉਹਨਾਂ ਨੂੰ ਗੁਰੂ ਤੋਂ ਗਿਆਨ ਸਿੱਖਿਆ, ਅਕਲ ਸਿੱਖੀ, ਜੋਤ ਨੂੰ ਇਸਤੇਮਾਲ ਕਿੱਦਾਂ ਕਰਨਾ ਉਹ ਸਿੱਖ ਲਿਆ। ਜਿਹੜੇ ਰਸਤੇ ਲਿਵ ਦੇ ਚੱਲਦੇ ਇਹਨਾਂ ਨੂੰ ਨਹੀਂ ਪਤਾ ਆਪਣੀ ਅਕਲ ਅਤੇ ਜੋਤ ਦਾ ਇਸਤੇਮਾਲ ਕਿੱਦਾਂ ਕਰਨਾ। ਇਹ ਅਕਲ ਦਾ ਜੋਤ ਦਾ ਇਸਤੇਮਾਲ ਇਹ ਵੀ ਕਰਦੇ ਆ, ਪਰ ਇਹ ਕਿਹਨਾਂ ਤੋਂ ਪੁੱਛ ਕੇ ਕਰਦੇ, ਪੰਜਾਂ ਤੋਂ। ਜਿਹੜੇ ਲਿਵ ਦੇ ਰਸਤੇ ਚੱਲਦੇ ਨੇ ਉਹ ਆਪਣੀ ਅਕਲ ਅਤੇ ਜੋਤ ਦਾ ਇਸਤੇਮਾਲ ਕਿਹਨਾਂ ਤੋਂ ਕੁਝ ਪੁੱਛਦੇ ਨੇ, ਸਤਿਗੁਰ ਦੀ ਬਾਣੀ ਤੋਂ। ਕਹਿੰਦੇ ਜਿਹੜੇ ਗੁਰਮੁਖ ਇੱਧਰ ਆਉਂਦੇ ਨੇ ਉਹਨਾਂ ਨੂੰ ਪਤਾ ਕਿ ਮੇਰਾ ਖੇਲ ਇੱਥੇ ਸ਼ੁਰੂ ਹੋਣਾ ਰਜੋਗੁਣ 'ਤੇ। ਰਜੋਗੁਣ 'ਤੇ ਇੱਕ ਰਸਤਾ ਨਿਕਲਣਾ, ਤਮੋਗੁਣ ਨੂੰ ਇੱਕ ਨਿਕਲਣਾ ਇੱਧਰ। ਤਾਂ ਸਤਿਗੁਰੂ ਦੀ ਗੁਰਬਾਣੀ ਨੇ ਆਪਾਂ ਸਮਝਾਇਆ ਉਹ ਆਪਣੇ ਅੰਦਰ ਇਹਨਾਂ ਦਾ ਹਮੇਸ਼ਾ ਹੀ ਆਹ ਚੀਜ਼ਾਂ ਧਿਆਨ ਨਾਲ ਦੇਖ ਲਓ ਨਾ ਆਪਾਂ। ਇਹ ਆਪਣੇ 'ਚ ਹੈਗੀਆਂ ਜੀ, ਹਾਂਜੀ, ਦਇਆ ਆਪਣੇ 'ਚ ਦਇਆ ਹੈਗੀ, ਇਹ ਗੁਣ ਸਾਨੂੰ ਦਇਆ ਆਉਂਦੀ ਜਿਉਂਦੇ ਜੀ ਵਿਚਰਦੇ ਹਾਂ ਪਰਿਵਾਰ 'ਚ ਕਰਮ ਕਰਦੇ ਹਾਂ, ਸਾਡੇ 'ਚ ਨਿਮਰਤਾ ਹੈਗੀ, ਸਹਿਨਸ਼ੀਲਤਾ ਹੈਗੀ, ਸੰਤੋਖ ਹੈਗਾ, ਪੁੰਨ ਕਰਦੇ ਆਪਾਂ। ਕਹਿੰਦੇ ਇਹ ਜਿਹੜੀਆਂ ਚੀਜ਼ਾਂ ਨੇ ਪੰਜ, ਇਹ ਗੁਰਮੁਖ ਹਮੇਸ਼ਾ ਧਿਆਨ ਨਾਲ ਰੱਖਿਓ ਨਾ ਤੂੰ, ਹਮੇਸ਼ਾ। ਹਮੇਸ਼ਾ ਦਾ ਮਤਲਬ ਹਰ ਇੱਕ ਬ੍ਰੈਥ, ਹਰ ਇੱਕ ਸਵਾਸ, ਜਿਹੜਾ ਵੀ ਉਹ ਕਰਮ ਕਰਦਾ ਉਹ ਇਹਨਾਂ ਨੂੰ ਸੰਯੋਗ ਲੈ ਕੇ ਕਰਦਾ, ਇਹਨਾਂ ਦੇ ਸੰਯੋਗ। ਕੋਈ ਵੀ ਵਿਚਾਰ ਦਾ ਫੈਸਲਾ ਲੈਣਾ ਉਹਨਾਂ ਨੇ ਇਹਨਾਂ ਦੇ ਸੰਯੋਗ ਦੁਆਰਾ ਇੱਥੇ ਫੈਸਲਾ ਲੈਣਾ, ਠੀਕ ਹੈ ਜੀ। ਕਿਹਨਾਂ ਦੇ, ਇਹਨਾਂ ਦੇ।
ਮੰਨ ਲਓ ਕਿ ਕਰਮ ਦੇ ਵਿੱਚ ਉਹਨਾਂ ਨੂੰ ਕੋਈ ਮਾੜਾ ਮੋਟਾ ਉੱਪਰ ਥੱਲੇ ਵੀ ਹੋ ਗਿਆ, ਜਿਹੜਾ ਮਨ ਇਸ ਰਸਤੇ ਚੱਲਦਾ ਉਹਨੂੰ ਉਹਨੂੰ ਫਿਕਰ ਨਹੀਂ ਹੈ। ਠੀਕ ਹੈ ਜੀ, ਉਹਨੇ ਕੀ ਹੋ ਜਾਣਾ, ਸੰਤੋਖੀ ਹੋ ਜਾਣਾ। ਉਹਨਾਂ ਨੇ ਗੁਰੂ ਦੇ ਭਾਣੇ ਵਿੱਚ ਰੱਖਣਾ ਆਪਣੇ ਆਪ ਨੂੰ, ਗੁਰੂ ਦੇ ਹੁਕਮ ਵਿੱਚ ਰੱਖਣਾ। ਸਤਿਗੁਰ ਸਮਝਾਉਂਦੇ ਨੇ ਗੁਰਬਾਣੀ ਦੇ ਵਿੱਚ, ਜੇ ਕੋਈ ਇਸ ਨੂੰ ਫਿੱਕਾ ਵੀ ਬੋਲ ਗਿਆ ਉਹਨੇ ਸੀ ਨਹੀਂ ਉੱਚਰਨੀ। ਕਿਉਂ? ਉਹਨੇ ਸਹਿਨਸ਼ੀਲਤਾ ਰੱਖਣੀ ਆਪਣੇ 'ਚ। ਕੀ ਰੱਖਣੀ? ਸਹਿਨਸ਼ੀਲਤਾ। ਜਿਵੇਂ ਗੁਰਮੁਖਾਂ ਨੇ ਦੁਪਹਿਰੇ ਵੀ ਸਮਝਾਇਆ ਆਪਾਂ ਨੂੰ ਕਿ ਆਪਾਂ ਸਿਰਫ ਤੇ ਸਿਰਫ ਆਪਾਂ ਕੀ ਸਮਝਣਾ, ਹਮ ਨਹੀਂ ਚੰਗੇ। ਹੁਣ ਆਪਾਂ ਕਹਿੰਦੇ ਮੈਂ ਸਭ ਤੋਂ ਵਧੀਆ, ਮੈਨੂੰ ਤਾਂ ਸਭ ਤੋਂ ਵਧੀਆ ਪਤਾ, ਮੈਂ ਵਧੀਆ ਲਾਈਫ ਜੀ ਰਿਹਾ, ਵਧੀਆ ਲਾਈਫ ਤੁਹਾਨੂੰ ਦੇ ਰਿਹਾ। ਤੇ ਸਤਿਗੁਰ ਦੀ ਬਾਣੀ ਕਹਿੰਦੇ ਜਿਹੜੇ ਇੱਥੇ ਗੁਰਮੁਖ ਰਹਿੰਦੇ ਨਾ, ਉਹ ਹਮੇਸ਼ਾ ਹੀ ਨਿਮਰਤਾ ਵਿੱਚ ਰਹਿੰਦੇ, ਗਰੀਬੀ ਵਿੱਚ ਰਹਿੰਦੇ ਨੇ, ਸਹਿਜ ਵਿੱਚ ਰਹਿੰਦੇ ਨੇ। ਤੇ ਕਹਿੰਦੇ ਉਹ ਕੀ ਕਰਦੇ ਆ, ਹਮੇਸ਼ਾ ਹੀ ਹਮ ਨਹੀਂ ਚੰਗੇ। ਤੇ ਜਦੋਂ ਮੈਂ ਹੀ ਨਹੀਂ ਚੰਗਾ ਤੇ ਬੁਰਾ ਕੋਈ ਹੈ ਹੀ ਨਹੀਂ, ਫਿਰ ਬੁਰਾ ਕਰੇਗਾ? ਇਹ ਬੁਰਾ ਨਹੀਂ ਕਰਦੇ। ਜੇ ਆਪਾਂ ਸਿਮਰਨ ਕਰਦੇ ਹਾਂ, ਸਾਡੇ 'ਚ ਇਹ ਗੁਣ ਨਹੀਂ ਆਏ, ਸਾਡੇ ਅੰਦਰ ਨਿਮਰਤਾ ਨਹੀਂ, ਸਾਡੇ ਅੰਦਰ ਸਹਿਨਸ਼ੀਲਤਾ ਨਹੀਂ, ਸਾਡੇ ਅੰਦਰ ਸੰਤੋਖ ਨਹੀਂ, ਸਾਡੇ ਅੰਦਰ ਦਇਆ ਨਹੀਂ, ਅਸੀਂ ਪੁੰਨਦਾਨ ਨਹੀਂ ਕਰਦੇ, ਤਾਂ ਮਹਾਰਾਜ ਕਹਿੰਦੇ ਫਿਰ ਕੀ ਕਰਦੇ ਹਾਂ ਆਪਾਂ, ਇਹ ਰਸਤੇ ਚੱਲ ਰਹੇ ਹਾਂ, ਜਾਂ ਤਾਂ ਪਸ਼ੂ ਹਾਂ ਜਾਂ ਤਾਂ ਪ੍ਰੇਤ ਹਾਂ। ਆਪਾਂ ਪੂਰਨ ਮਨਮੁੱਖ, ਸਤਿਗੁਰ ਦੀ ਬਾਣੀ ਕਹਿ ਰਹੀ, ਪਹਿਚਾਣ ਕਰਨੀ ਸਿਰਫ ਆਪਾਂ। ਸਤਿਗੁਰ ਕਹਿ ਰਹੇ ਗੁਰਬਾਣੀ ਦੇ ਵਿੱਚ, ਇਹ ਜਿਹੜੇ ਇਹਨਾਂ ਦਾ ਸੰਗ ਲੈ ਕੇ ਇਹਨੇ ਇੱਥੇ ਆਉਂਦੇ ਨੇ, ਅਤੇ ਜਦੋਂ ਆਉਂਦੇ ਨੇ ਤਾਂ ਕਿੱਦਾਂ ਆਉਂਦੇ, ਸ਼ਬਦ ਦਾ ਪ੍ਰਕਾਸ਼ ਲੈ ਕੇ ਆਉਂਦੇ ਨੇ। ਜਿੰਨੀ ਦੇ ਰਹਿਣਾ ਇਹਨਾਂ ਨੇ ਗੁਰੂ ਦੇ ਗਿਆਨ ਅਤੇ ਸ਼ਬਦ ਦੇ ਪ੍ਰਕਾਸ਼ ਦੁਆਰਾ ਇਸ ਲਿਵ ਦੇ ਰਸਤੇ ਰੱਖਣਾ। ਤੂੰ ਆਉਣਾ ਕਿਉਂਕਿ ਇੱਥੇ ਕਰਮ ਕਰਨਾ, ਅਤੇ ਕਰਮ ਕਰਦਿਆਂ ਇਹਨਾਂ ਦਾ ਰਸਤਾ ਨਾ ਬਦਲ ਜਾਏ, ਇੱਧਰ ਨੂੰ ਨਾ ਚੱਲ ਜਾਣ, ਉਹਦੇ ਲਈ ਇਹਨਾਂ ਨੇ ਕੀ ਕਰਨਾ, ਸਿਮਰਨ। ਜਦੋਂ ਸਿਮਰਨ ਕਰਨਾ, ਸਿਮਰਨ ਦਾ ਮਤਲਬ ਕੀ ਹੈ, ਸਿਮਰਨ ਆਪਾਂ ਨੂੰ ਕੀ ਕਰਦਾ, ਸਾਨੂੰ ਪ੍ਰੈਜੈਂਟ ਰੱਖਦਾ। ਕਿੱਥੇ ਰੱਖਦਾ? ਪ੍ਰੈਜੈਂਟ। ਅਤੇ ਜਿਹੜਾ ਮਨਮੁੱਖ ਹੈ ਕਦੀ ਪ੍ਰੈਜੈਂਟ ਨਹੀਂ ਰਹਿੰਦਾ, ਕੀ ਰਹਿੰਦਾ ਜੀ, ਮਨਮੁੱਖ ਅੱਗੇ ਦੀ ਜਾਂ ਪਿੱਛੇ ਦੀ ਵਿਚਾਰ ਰਹੇਗਾ। ਜਿਹਨੂੰ ਕਹਿੰਦੇ ਮਨਮੁੱਖ ਉਰਵਾਰ ਨਾ ਪਾਰ ਹੈ, ਅੱਧ ਵਿੱਚ ਲਪਟਾਏ ਨਾ ਉਹ। ਸਤਿਗੁਰੂ ਸਮਝਾ ਰਹੇ ਕਹਿੰਦੇ ਨੇ ਜਿਹੜੇ ਗੁਰਮੁੱਖ ਹੁੰਦੇ ਨੇ, ਜਿਹੜਾ ਸ਼ਬਦ ਬੋਲਦੇ ਆ ਨਾ, ਆਪਾਂ ਨੂੰ ਹੋਂਦ ਵਿੱਚ ਲੈ ਕੇ ਆਉਂਦਾ, ਪ੍ਰੈਜੈਂਟ ਰੱਖਦਾ, ਵਾਹਿਗੁਰੂ ਇੱਥੇ ਹਾਜ਼ਰ ਰੱਖਦਾ, ਜਾਗਤ ਅਵਸਥਾ 'ਚ ਰੱਖਦਾ। ਅਤੇ ਉਹ ਗੁਰਮੁੱਖ ਕਰਮ ਦੀ ਜਾਣਕਾਰੀ ਲੈਂਦੇ ਹੋਏ ਸਤਿਗੁਰ ਸਮਝਾਉਂਦੇ ਨੇ ਇੱਥੇ ਆਉਂਦੇ ਨੇ, ਪਰਿਵਾਰ ਦੇ ਵਿੱਚ ਵਿਚਰਦੇ ਨੇ, ਪਰ ਉਹਨਾਂ ਦਾ ਵਿਚਰਨਾ ਵੱਖਰਾ। ਕਿੱਦਾਂ ਵਿਚਰਦੇ? ਉਹਨਾਂ ਨੂੰ ਗੁਰੂ ਤੋਂ ਗਿਆਨ ਮਿਲ ਗਿਆ, ਕਹਿੰਦੇ ਜਿਹੜੇ ਵੀ ਇਹ ਕਟੰਬ ਹੈ ਨਾ, ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹ ਕਟੰਬ ਤੂੰ ਜੋ ਦੇਖਦਾ ਚੱਲੇ ਨਾਹੀ ਤੇਰੇ ਨਾਲੇ, ਸਾਥ ਤੇਰੇ ਚੱਲੇ ਨਾਹੀ ਤਿਸ ਨਾਲ ਕਿਉਂ ਚਿੱਤ ਲਾਈਏ। ਉਹ ਚਿੱਤ ਨਹੀਂ ਲਾਉਂਦੇ, ਇਹ ਜਿਹੜਾ ਜੀ ਇਹ ਜਿਹੜਾ ਮਨ ਬੈਠਾ ਚਿੱਤ ਲਾਇਆ ਬੈਠਾ, ਇਹਨੇ ਚਿੱਤ ਲਾਇਆ। ਜਿਹੜਾ ਇੱਥੇ ਤੁਰ ਰਿਹਾ ਨਾ, ਤੁਸੀਂ ਆਪਣੇ ਜੀਵਨ ਵੱਲ ਦੇਖੀ ਜਾਣਾ ਨਾਲੋ ਨਾਲ ਕਿ ਤੁਸੀਂ ਕਿਹੜੇ ਰਸਤੇ ਤੁਰਦੇ, ਆਹ ਰਸਤੇ ਕਿ ਆਪਣਾ ਆਹ ਰਸਤਾ ਚੱਲਦਾ ਪਿਆ ਜੀ। ਜੇ ਸਾਡਾ ਚਿੱਤ ਲੱਗਾ ਪਰਿਵਾਰ ਦੇ ਨਾਲ, ਤਾਂ ਮਹਾਰਾਜ ਕਹਿੰਦੇ ਤੁਸੀਂ ਆਹ ਰਸਤੇ ਤੁਰ ਰਹੇ ਹੋ, ਧਾਤ ਦੇ ਰਸਤੇ, ਤੁਹਾਡਾ ਰਸਤਾ ਨਹੀਂ ਚੇਂਜ ਹੋਇਆ ਜੀ। ਹਾਂ, ਥੋੜ੍ਹਾ ਸਿਮਰਨ ਜ਼ਰੂਰ ਸ਼ੁਰੂ ਕਰ ਲਿਆ ਤੁਸੀਂ, ਕਦੇ ਕਦਾਈ ਇਸ ਰਸਤੇ ਆ ਜਾਂਦੇ ਆ ਸਹਿਸਵਾਏ, ਪਰ ਥੋੜ੍ਹੇ ਟਾਈਮ ਲਈ। ਫਿਰ ਕੀ ਹੁੰਦਾ, ਇਹ ਵੀ ਰਸਤਾ ਭੁਲਾ ਕੇ ਤੁਹਾਨੂੰ ਫਿਰ ਇੱਦਾਂ ਤੋਰ ਦਿੱਤਾ ਜਾਂਦਾ। ਕੀ ਕਹਿੰਦੇ, ਰਸਨਾ ਹਰ ਹਰ ਕਰੇ ਨਿਤ, ਕਹਿਆ ਕਛੂ ਨਾ ਜਾਣੀ, ਚਿੱਤ ਜਿਨ ਕਾ ਹਿਰ ਲਿਆ, ਮਾਇਆ ਬੋਲਣ ਪਏ ਰਵਾਣੀ।
और रसना तो हरी हरी करी जा रहा है, लेकिन कि उन्हें सुनता नहीं पाया। सुनता क्यों नहीं पाया? क्योंकि उनका मन भरम च चल गया, उनका मन धात के रस्ते चल गया। इधर देखो गुरमुखो, क्योंकि छोटी गल नहीं हो रही, ये पहचान हो रही अपनी। सानू सतगुरु की बाणी सत्संगत विच साडी पहचान करा रही है साडे जीवन की, कि आप किहड़े रस्ते हैं, कित्थे एक साडा सफर है। जिहड़ा अगला सफर है वह तो आप शुरू ही नहीं किया हजे, जिथे आप जाना, जिहड़े पड़ा ने, जिहड़ियां चार लावां है, चार पड़ा जिहड़े जीवन दे, वह तो आप शुरू ही नहीं किए हजे। आप तो अच्छे तुरे फिरदे हैं, वह तो शुरुआत ही नहीं हुई हजे, वह तो बिगिनिंग हुई नहीं अपनी। आप तो इत्थे हैं अजे। हुण सतगुरु समझाते जिहड़े गुरमुख इस रस्ते चलते आ, वह अपने मन नूं पूर्ण तौर ते गुरु के ज्ञान द्वारा समझते कि आप सवेरे आए शाम नूं वापस चले जाना, सवेरे आए तो वह किहड़े सोचते ने जिहड़े ये लिव दे रस्ते चलते। ध्यान रखियो, जिहड़े जी आउंदे इधरों इधर चले जाते हैं उन्होंने भुल जाता मैं वापस भी जाना। वह आते हौली हौली सिमरन करते करते आ रस्ता छड़ा दिता जाता, चिंता च लै जाता, तृष्णा च पा देंदे, फिक्रा च पा दें, सहसिया च अगू फिर अगू क्रोध लो मोहंकार निंदा चुगली होर अगू खेल खेल दें, उन्होंने आ रस्ते तोड़ दें जम मारक। हुण सतगुरु कहिंदे जिहड़ा मन इस रस्ते हुण तुर रहा है वह कदी भी हरी की प्राप्ति नहीं कर सकता। ये मन च पक्का बन लो, जे आप भी इदा ही कर्म करते पे हाँ, ये जी जाच आप जी रहे हैं जीवन जाच इदा ही, फिर अपना जिहड़ा मार्ग बड़ा औखा मिलापदा। क्योंकि सतगुरु की बाणी कह रही आ रस्ता छड्डो, पहला ये रस्ता छड्डो। इस करके सतगुरु की गुरबाणी समझाते जिहड़े गुरमुख ये रस्ते चलते ना, उन ध्यान रखियो ये रस्ते जिहड़े भी चलते ना, जिन्ना भी कर्म करते वह सुते पे करते, की करते सुते पे, आड़ जिहड़े मन इधर तुरदे, जिहड़े गुरमुख इधर तुरदे आ वह जागत अवस्था च काम करते। ध्यान रखी जाए इधर, वह जागत अवस्था च कर्म करते, जिहड़े इधर तुरदे आ सुते पे काम करते, उन्हां नूं गुरबाणी कहिंदे ने आ मनमुख ने, आ तिन्ना गुणा च सुते हुए ने, जिहड़े ये जी ये जागे हुए ने, ये घर जा रहे ने, आ रहे ने उधरों घर जा रहे ने। इसे करके सतगुरु की गुरबाणी समझाते ने जदों ये कर्म करते आ, कर्म ते की करते आ, प्रभ के सिमरन किश बिघन ना लागे, प्रभ के सिमरन आनंद ने जागे, प्रभ के सिमरन मन की मल जाए, अमृत नाम रिद माहे समाए। उन्होंने की किया, उन्होंने पूछया सतगुरु, तू नानक पूछ चलो गुर अपने जै प्रभ तह जाइए। ये कोई भी गल नहीं हैगी कि जिहड़ा तुसी सिमरन करदे हो थोड़ा बहुत धन जुड़ता है ना तुहाडा, वो थोड़े बहुते धन नूं गुरबाणी च किया परचून। हुण तुसी सिमरन करदे कीता ना, हुण तुसी सारी दिहाड़ी तुसी आप वेखो तुसी सिमरन करदे आ जां विचरदे आ किहड़े रस्ते रहे, ज्यादा ये रस्ते रहे कि ज्यादा ये रस्ते रहे। लिव दे रस्ता मतलब वह जिहड़ा शब्द सूरत दा रस्ता, आ विचारां दा रस्ता। जे मान लो सिमरन करदे आ अंदर विचार चलते, तुसी सिमरन करदे आ धात दे रस्ते हो, तुसी लिव दे रस्ते नहीं कहा जाता। बेशक तुसी बाणी पढ़ रहे हो, चाहे रसना द्वारा जप रहे हो, तुसी रसना दा जपते जपते ही माया दे विच बैठे हो, तुसी धात दे रस्ते हो, तुसी आ रस्ता नहीं तय किया। जदों ध्यान शब्द न लग जाता है जिस जी का भी
ਪਿਆਰ ਪੈ ਜਾਂਦਾ ਸ਼ਬਦ ਨੂੰ, ਉਹਨਾਂ ਦਾ ਆਹ ਰਸਤਾ ਬੰਦ ਹੋ ਜਾਂਦਾ, ਫਿਰ ਹੌਲੀ ਹੌਲੀ ਇਹ ਰਸਤੇ ਨੂੰ ਛੱਡ ਕੇ ਉਹ ਇੱਥੇ ਪਹੁੰਚਦਾ ਸਭ ਤੋਂ ਪਹਿਲਾਂ ਆਪਣੇ ਘਰ ਸੋਨੇ ਦੇ ਵਿੱਚ। ਇਸ ਕਰਕੇ ਸਤਿਗੁਰ ਦੀ ਗੁਰਬਾਣੀ ਕਹਿੰਦੇ ਧਿਆਨ ਨਾਲ ਦੇਖ ਲਓ ਕਿ ਤੁਸੀਂ ਕਿਹੜੇ ਰਸਤੇ ਚੱਲਦੇ, ਆਪਣੀ ਪੜਚੋਲ ਕਰੋ, ਆਪਣੇ ਆਪ ਨੂੰ ਖੋਜੋ। ਜਿਵੇਂ ਆਪਾਂ ਨੂੰ ਸਤਿਗੁਰੂ ਪੁੱਛ ਲੈਣ ਕਿ ਪੁੱਤ ਮੈਨੂੰ ਦੱਸ ਤੂੰ ਅੱਜ ਸਾਰੀ ਦਿਹਾੜੀ ਕਿਹੜੇ ਰਸਤੇ ਰਿਹਾ, ਤੂੰ ਇੱਥੇ ਰਿਹਾ, ਇੱਥੇ ਰਿਹਾ ਕਿ ਇੱਥੇ ਰਿਹਾ। ਜਿਹੜੇ ਜੀ ਨੇ ਨਹੀਂ ਨਾ ਅੰਦਰ ਵਾਚਿਆ ਆਪਣੇ ਆਪ ਨੂੰ, ਉਹ ਕਦੀ ਵੀ ਦੱਸ ਨਹੀਂ ਸਕਦਾ। ਉਹਨੇ ਸੋਚਣ ਲੱਗ ਜਾਣਾ, ਉਹਦੀ ਉਹਨੂੰ ਪਤਾ ਹੀ ਨਹੀਂ ਲੱਗਣਾ ਹੁਣ ਮੈਂ ਕੀ ਜਵਾਬ ਦਾ, ਮੈਨੂੰ ਤਾਂ ਪਤਾ ਹੀ ਨਹੀਂ ਮੈਂ ਕਿੰਨੇ ਚਿਰ ਇੱਥੇ ਰਿਹਾ, ਕਿੰਨੇ ਚਿਰ ਇੱਥੇ ਰਿਹਾ ਅਤੇ ਕਿੰਨੇ ਚਿਰ ਇੱਥੇ ਰਿਹਾ, ਮੈਂ ਤਾਂ ਦੇਖਿਆ ਹੀ ਨਹੀਂ। ਤਾਂ ਸਮੇਂ ਲੋਕ ਸਾਰਾ ਜਿਹੜਾ ਉਹ ਦਿਨ ਖਰਾਬ ਕਰਕੇ ਚਲਾ ਗਿਆ, ਸਾਰਾ ਦਿਨ ਅੱਜ ਤੁਹਾਡਾ ਕਹਿੰਦੇ ਖਰਾਬ ਹੋ ਗਿਆ। ਆਏ ਸੀ ਲਾਹਾ ਲੈਣ, ਖਰਾਬ ਕਰਕੇ ਚਲੇ ਗਏ। ਸਿਰਫ ਪਹਿਚਾਣ ਕਰਨ ਵਾਸਤੇ ਅੱਜ, ਕਿਉਂਕਿ ਜਿਹੜੀ ਪਹਿਲੀ, ਕਿਉਂਕਿ ਇੱਥੋਂ ਅੱਗੋਂ ਸਾਰੀਆਂ ਵਿਚਾਰ ਸ਼ੁਰੂ ਹੋਣੀ ਅੱਗੇ ਤੋਂ ਅੱਗੇ, ਸਿਰਫ ਪਹਿਚਾਣ ਕਰਨੀ ਆਪਾਂ। ਜੇ ਆਪਾਂ ਇਸ ਰਸਤੇ ਤੁਰਦੇ ਹਾਂ ਅਤੇ ਆਸ ਇਸ ਰਸਤੇ ਲਿਖਦੇ ਹਾਂ, ਤਾਂ ਗੁਰਬਾਣੀ 'ਚ ਲਿਖ ਦਿੱਤਾ ਸਤਿਗੁਰੂ ਕਹਿੰਦੇ ਨੇ, ਕਹਿੰਦੇ ਕੀ, ਕਹਿੰਦੇ ਲਿਵ ਧਾਤ ਜੋੜ ਕਦੇ ਨਾ ਹੋਏ। ਠੀਕ ਹੈ ਜੀ, ਇਹ ਜੋੜ ਨਹੀਂ ਹੋਣਾ, ਇਹ ਦੋ ਰਸਤੇ ਨੇ। ਜੇ ਤੁਸੀਂ ਕਹੋਗੇ ਕਿ ਸ਼ਾਇਦ ਮੈਂ ਇੱਦਾਂ ਹੀ ਜਿਵੇਂ ਚੱਲੀ ਜਾ ਰਿਹਾ, ਵਿਚਾਰ ਲੜ ਲਏ ਕਦੀ ਕਦੀ, ਸਿਮਰਨ ਕਰ ਲਿਆ, ਹਾਂਜੀ ਕਦੀ ਸੰਗਤ ਕਰ ਲਈ, ਅਤੇ ਇੱਦਾਂ ਹੀ ਸ਼ਾਇਦ ਮੇਰਾ ਛੁਟਕਾਰਾ ਹੋ ਜਾਵੇ, ਇਹ ਤੁਹਾਡੇ ਮਨ ਦਾ ਭਰਮ ਹੈ। ਸਤਿਗੁਰ ਨੇ ਸਮਝਾ ਰਿਹਾ, ਲਿਵ ਤਾਤ ਜਿਹੜੇ ਹੈਗੇ ਨੇ, ਕਹਿੰਦੇ ਜੇ ਲੋਚਦੇ ਆ ਨਾ ਕਿ ਇਕੱਠੇ ਹੋ ਜਾਣਗੇ, ਕਿ ਭਾਅ ਮੈਂ ਇਹ ਵੀ ਕੰਮ ਕਰੀ ਜਾਵਾਂ ਅਤੇ ਇਹ ਵੀ ਕੰਮ ਕਰੀ ਜਾਵਾਂ ਤਾਂ ਫਿਰ ਵੀ ਮੁਕਤੀ ਪ੍ਰਾਪਤ ਹੋ ਜਾਵੇ, ਕਹਿੰਦੇ ਨਹੀਂ ਹੋਣੀ। ਕਹਿੰਦੇ ਲਿਵ ਤਾਤ ਜਿਹੜੇ ਦੋ ਰਾਹ ਨੇ, ਇਹ ਵੱਖਰੇ ਰਸਤੇ ਨੇ, ਇਸ ਨੂੰ ਹੋਮੇ ਦਾ ਰਸਤਾ ਕਿਹਾ, ਇਸ ਨੂੰ ਸ਼ਬਦ ਦਾ ਪਿਆਰ ਦਾ ਰਸਤਾ ਕਿਹਾ। ਹੁਣ ਆਪਾਂ ਤਾਂ ਇਹ ਰਸਤੇ ਤੁਰ ਰਹੇ ਹਾਂ, ਸਾਡਾ ਸਾਰਾ ਜੀਵਨ ਹੀ ਇਹ ਰਸਤੇ ਆ, ਦੇਖਦੇ ਵੀ ਇਸ ਨਾਲ ਇੱਧਰ ਨੂੰ, ਇਹਦੇ ਗਿਆਨ ਦੁਆਰਾ ਸੁਣਦੇ ਵੀ, ਇਹਦੇ ਗਿਆਨ ਦੁਆਰਾ ਅਤੇ ਬੋਲਦੇ ਵੀ, ਸਾਰੀ ਦਿਹਾੜੀ ਇਹਦੇ ਗਿਆਨ ਦੁਆਰਾ, ਸਾਰੀ ਦਿਹਾੜੀ ਆਪਣਾ ਜਿਹੜਾ ਰਸਤਾ ਇੱਧਰ ਚੱਲ ਰਿਹਾ। ਗੁਰਮੁਖ ਪਿਆਰਿਓ, ਇੱਧਰ ਤਾਂ ਸ਼ੁਰੂਆਤ ਆਪਣੀ ਵਿਰਲਿਆਂ ਦੀ ਹੋਈ ਹੈ, ਵਿਰਲਿਆਂ ਦੀ, ਜਿਹੜੇ ਗੁਰਮੁਖ ਜਿਨ੍ਹਾਂ ਨੇ ਸੀਰੀਅਸ ਲਿੱਤਾ ਸਤਿਗੁਰ ਦੀ ਬਾਣੀ ਨੂੰ, ਜਿਨ੍ਹਾਂ ਨੇ ਸਤਿਗੁਰ ਦੇ ਬਚਨਾਂ ਨੂੰ ਆਪਣੇ ਜੀਵਨ 'ਚ ਲੈ ਕੇ ਆਉਣ ਦੇ ਯਤਨ ਕੀਤਾ, ਕੋਸ਼ਿਸ਼ ਕੀਤੀ। ਜੇ ਕਿਹਾ ਗੁਰੂ ਨੇ ਕਿਹਾ ਇਹ ਸਰਗਨ ਰੂਪ ਹੈ ਅਤੇ ਸਰਗਨ ਰੂਪ ਹੈ। ਹੁਣ ਇੱਕ ਚੀਜ਼ ਰੋਜ਼ ਸੁਣਦੇ, ਗੁਰਮੁਖੀ ਸਮਝਾ ਰਹੇ ਸੀ, ਇੱਕ ਚੀਜ਼ ਦੇਖਣ ਵਾਲੀ, ਸਮਝਣ ਵਾਲੀ ਹੈ ਸਿਰਫ, ਰੋਜ਼ ਕਹਿ ਰਹੇ ਨਾ ਇਹ ਹਰ ਕਾ ਰੂਪ ਹੈ, ਇਹ ਵੇ ਸੰਸਾਰ ਤੁਮ ਜੋ ਦੇਖਦੇ ਇਹ ਹਰ ਕਾ ਰੂਪ ਹੈ। ਮੰਨ ਲਓ ਕਿ ਤੁਹਾਡਾ ਮਨ ਇੱਥੇ ਆ, ਤੁਹਾਨੂੰ ਕਹੇ ਕਿ ਨਹੀਂ ਤੂੰ ਇੰਨਾ ਲੜ ਰਿਹਾ ਹਰੀ ਹੈ, ਤੁਹਾਡਾ ਮਨ ਮੰਨੂਗਾ? ਨਹੀਂ ਮੰਨੂਗਾ। ਕਿੱਦਾਂ ਮੰਨੂਗਾ? ਨਹੀਂ ਮੰਨੂਗਾ, ਕਦੇ ਵੀ ਨਹੀਂ ਮੰਨੂਗਾ, ਆਹ ਮੰਨੂਗਾ। ਆਹ ਜਿਹੜਾ ਜੀ ਮਨੁੱਖ ਹੈ ਨਾ, ਇਹ ਮੰਨੂਗਾ, ਆਹ ਪ੍ਰੇਤ ਨਹੀਂ ਮੰਨੂਗਾ, ਨਾ ਇਹ ਪਸ਼ੂ ਮੰਨੂਗਾ, ਆਹ ਜਿਹੜਾ ਮਨੁੱਖ ਇਹ ਮੰਨੂਗਾ। ਕਿਉਂਕਿ ਗੁਰਬਾਣੀ 1430 ਅੰਗ ਮਨੁੱਖ ਨੂੰ ਸਮਝਾ ਰਹੀ ਹੈ, ਮਨੁੱਖ ਨੂੰ ਕਹਿ ਰਹੀ, ਭਾਈ ਪ੍ਰਾਪਤ ਮਾਨਕ ਦੇਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਤੇ ਜਿਹੜਾ ਮਨ ਹੈ ਉਹ ਤੇ ਪਸ਼ੂ ਬਣਿਆ ਬੈਠਾ, ਉਹ ਤੇ ਪ੍ਰੇਤ ਬਣਿਆ ਬੈਠਾ, ਤੇ ਮਨੁੱਖ ਤੇ ਬਣਿਆ ਹੀ ਕੋਈ ਨਹੀਂ, ਤੇ ਮਨੁੱਖ ਨੇ ਜਾ ਕੇ ਅੱਗੇ ਦੇਵਤਾ ਬਣਨਾ। ਹਾਂਜੀ, ਦੇਵਤੇ ਤੋਂ ਅੱਗੇ ਹੰਸ ਤੋਂ ਪਰਮ ਹੰਸ ਬਣਨਾ। ਅਜੇ ਆਪਾਂ ਕੀ ਬਣੇ ਆ, ਇਹ ਆਪਣੀ ਪਹਿਚਾਣ, ਸਿਰਫ ਅੱਜ ਜਿਹੜੀ ਵਿਚਾਰ ਚੱਲਦੀ, ਸਿਰਫ ਆਪਣੀ ਪਹਿਚਾਣ ਆਪਾਂ ਫੋਲਣਾ। ਤੁਸੀਂ ਇਹਤੋਂ ਮੁੱਕਰ ਨਹੀਂ ਸਕਦੇ, ਤੁਸੀਂ ਇਹਨੂੰ ਬਾਈਪਾਸ ਨਹੀਂ ਕਰ ਸਕਦੇ, ਆਪਣੀ ਮੱਤ ਦੁਆਰਾ ਤੁਸੀਂ ਨਹੀਂ ਨਿਕਲ ਸਕਦੇ ਇੱਥੋਂ। ਰਸਤੇ ਦੋ ਨੇ, ਗੁਰੂ ਪਾਤਸ਼ਾਹ ਕਹਿ ਰਹੇ ਲਿਵ ਧਾਤ ਦੋਏ ਰਾਹ ਹੈ, ਹੁਕਮੀ ਕਾਰ ਕਮਾਏ ਗੁਰਮੁਖ ਆਪਣਾ ਮਨ ਮਾਰਿਆ, ਸ਼ਬਦ ਕਸਵੱਟੀ ਲਾਏ। ਤੁਹਾਨੂੰ ਮਨ ਨੂੰ ਮਾਰਨਾ ਪੈਣਾ, ਰਸਤੇ ਤੋਂ ਰੋਕਣਾ ਪੈਣਾ। ਕਹਿੰਦੇ ਨਾ ਮਨ ਮਰੇ ਤੇ ਆਹ ਕਹਿੰਦੇ ਧਾਤ ਖਤਮ ਹੋ ਗਈ। ਆਹ ਜਿੰਨੇ ਗੁਰਮੁਖ ਹੈ ਨਾ, ਇਹਨਾਂ ਨੇ ਮਨ ਮਾਰਿਆ।
ਤੇ ਆਪਾਂ ਆਏ ਹਾਂ ਕਿ ਪਾਤਸ਼ਾਹ ਤੁਸੀਂ ਕਿੱਦਾਂ ਮਾਰਿਆ, ਉਹ ਆਪਾਂ ਪੁੱਛਣ ਆਏ ਹਾਂ ਅੱਜ। ਕਹਿੰਦੇ ਮਨ ਮਰੇ ਧਾਤ ਮਰ ਜਾਏ, ਬਿਨ ਮਨ ਮੂਵੇ ਕੈਸੇ ਹਰ ਪਾਏ। ਉਹ ਸਵਾਲ ਕਰਦੇ ਪਏ ਨੇ, ਕਹਿੰਦੇ ਕਿੱਦਾਂ ਮਲ ਸਕਦੇ, ਮਨ ਤਾਂ ਤੁਹਾਡਾ ਮਰਿਆ ਨਹੀਂ। ਇਸੇ ਕਰਕੇ ਸਤਿਗੁਰੂ ਗੁਰਬਾਣੀ 'ਚ ਸਮਝਾਉਂਦੇ ਨੇ ਕਿ ਆਪਾਂ ਗੁਰਮੁਖ ਪਿਆਰਿਓ, ਬੇਨਤੀ ਹੈ ਹੁਣ ਤੁਸੀਂ ਬੋਲ ਕੇ ਦੱਸੋ ਤੁਸੀਂ ਕਿਹੜੇ ਰਸਤੇ ਚੱਲਦੇ ਹੋ, ਤੁਹਾਡਾ ਜੀਵਨ ਕਿਹੜੇ ਰਸਤੇ ਚੱਲਦਾ। ਅਤੇ ਉਹ ਬਿਲਕੁਲ ਵੇਖ ਕੇ ਦੇਖਣਾ ਕਿ ਕਿਹੜੇ ਰਸਤੇ ਹੈ ਤੁਸੀਂ, ਆਹ ਰਸਤੇ ਹੋ ਕਿ ਆਹ ਰਸਤੇ ਹੋ, ਕਿਉਂਕਿ ਇੱਥੋਂ ਤੁਹਾਡਾ ਅੱਗੋਂ ਸਬਜੈਕਟ ਸ਼ੁਰੂ ਹੋਣਾ ਕੱਲ੍ਹ ਤੋਂ, ਇੱਥੋਂ ਕਹਾਣੀ ਅਗਲੀ ਸ਼ੁਰੂ ਹੋਣੀ ਕਿ ਤੁਸੀਂ ਆਹ ਰਸਤੇ ਚੱਲਦੇ ਪਏ ਹੋ ਕਿ ਆਹ ਰਸਤੇ ਚੱਲਦੇ ਪਏ ਹੋ, ਹੁਣ ਕਿਹੜੇ ਰਸਤੇ ਚੱਲਦੇ ਆਪਾਂ। ਹਾਂਜੀ, ਤੁਹਾਨੂੰ ਪਤਾ ਸੀ ਤੁਸੀਂ ਧਾਤ ਦੇ ਰਸਤੇ ਚੱਲਦੇ ਪਹਿਲਾਂ, ਤੁਹਾਨੂੰ ਤਾਂ ਇਹ ਲੱਗ ਰਿਹਾ ਕਿ ਮੈਂ ਤੇ ਆਹ ਚੱਲ ਰਿਹਾ, ਸਾਨੂੰ ਤਾਂ ਇਹੀ ਮਹਿਸੂਸ ਹੋ ਰਿਹਾ ਨਾ, ਕਿਉਂ, ਕਿਉਂਕਿ ਆਪਾਂ ਤਾਂ ਸੰਗਤ ਕਰਦੇ ਹਾਂ, ਆਪਾਂ ਕੈਂਪ ਲਾਉਂਦੇ ਹਾਂ ਬਾਹਰ ਅੰਦਰ ਦੂਰ ਦੂਰ ਜਾ ਕੇ, ਠੀਕ ਹੈ ਜੀ, ਵਧੀਆ ਗੱਲ ਹੈ, ਚੰਗੀ ਗੱਲ ਹੈ, ਉੱਦਮ ਕਰ ਰਹੇ ਹੋ, ਬਹੁਤ ਵਧੀਆ, ਅੱਛਾ ਉੱਦਮ ਹੈ, ਪਰ ਰਸਤਾ ਚੇਂਜ ਹੋਇਆ ਕਿ ਨਹੀਂ। ਗੱਲ ਆ ਹੈ, ਮੰਨ ਲਓ ਤੁਸੀਂ ਸਮਾਂ ਵੀ ਦੇ ਰਹੇ ਹੋ ਕਾਹਦੇ ਵਾਸਤੇ ਕਿ ਮੈਂ ਆਹ ਰਸਤੇ ਚੱਲ ਕੇ ਨਾ ਆਪਣੇ ਪਿਤਾ ਨੂੰ ਮਿਲਾਂ, ਸਮਾਂ ਵੀ ਦੇ ਰਹੇ ਹੋ, ਦੇਖੋ ਕਿੰਨਾ ਤਿਆਗ ਕੀਤਾ ਤੁਸੀਂ, ਕਈ ਕੁਝ ਸੈਕਰੀਫਾਈ ਕੀਤਾ ਤੁਸੀਂ ਇੱਥੇ ਆਉਣ ਤੱਕ, ਇੱਥੇ ਬੈਠਣ ਤੱਕ, ਦੂਜੇ ਨਾਲੋਂ ਜਿਹੜੇ ਜੀ ਆ ਧਾਤ ਦੇ ਰਸਤੇ ਤੁਰ ਰਹੇ ਨੇ, ਆਪਾਂ ਉਹਨਾਂ ਨੂੰ ਕਹਿੰਦੇ ਉਹ ਰਸਤੇ ਆ ਤੁਰਦੇ ਨੇ, ਪਰ ਆਪਾਂ ਵੀ ਕੋਈ ਨਹੀਂ ਛੱਡਿਆ, ਆਪਾਂ ਵੀ ਇਹੀ ਰਸਤੇ ਹੀ ਹਾਂ। ਫਰਕ ਕੀ ਹੈ, ਥੋੜ੍ਹਾ ਜਿਹਾ ਆਪਾਂ ਸਿਮਰਨ ਸ਼ੁਰੂ ਕਰਤਾ, ਬਾਣੀ ਪੜ੍ਹਨੀ ਸ਼ੁਰੂ ਕਰਤੀ, ਪਰ ਰਸਤਾ ਨਹੀਂ ਚੇਂਜ ਹੋਇਆ, ਅੰਦਰੋਂ ਉਹ ਹੀ ਹੈ। ਮੇਰੀ ਗੱਲ ਸਮਝ ਆ ਰਹੀ ਤੁਹਾਨੂੰ? ਹਾਂਜੀ, ਇਸੇ ਕਰਕੇ ਹੁਣ ਅੱਜ ਤੋਂ ਬਾਅਦ ਬੇਨਤੀ ਹੈ, ਜੇ ਚਾਹੁੰਦੇ ਹਾਂ ਕਿ ਅਗਲੇ ਆਪਾਂ ਖੇਲ ਨੂੰ ਸਮਝਣਾ ਤੇ ਗੁਰਮੁਖੋ ਫਿਰ ਅੱਜ ਤੋਂ ਬਾਅਦ ਇੱਥੇ ਰਹਿਣਾ ਤੁਸੀਂ, ਆਹ ਤੁਹਾਡੇ ਲਈ ਹੈ ਨਹੀਂ ਹੈਗਾ, ਜੋ ਮਰਜ਼ੀ ਹੋ ਜਾਏ, ਕਿਉਂਕਿ ਗੁਰਬਾਣੀ ਕਹਿ ਰਹੀ, ਜਿਹਨੇ ਮਿਲਣਾ, ਜਿਹਦੇ ਅੰਦਰ ਚਾਅ ਹੋਇਆ, ਜਿਹੜਾ ਚਾਹੁੰਦਾ ਕਿ ਸਤਿਗੁਰੂ ਮੈਨੂੰ ਮਿਲਾਓ, ਤੇ ਗੁਰੂ ਕਹਿੰਦੇ ਕਿ ਆਹ ਰਸਤਾ ਛੱਡ ਪਹਿਲਾਂ, ਜਿਹੜਾ ਨਹੀਂ ਛੱਡਣਾ ਚਾਹੁੰਦਾ, ਜਿਹਨੂੰ ਲੱਗਦਾ ਕਿ ਮੈਂ ਹਜੇ ਨਹੀਂ ਛੱਡਣਾ, ਮੈਂ ਹਜੇ ਨਹੀਂ ਛੱਡ ਸਕਦਾ, ਜਾਂ ਮੇਰਾ ਮਨ ਨਹੀਂ ਕਰ ਰਿਹਾ ਛੱਡਣ ਨੂੰ, ਤਾਂ ਸਤਿਗੁਰੂ ਸਮਝਾਉਂਦੇ ਉਹ ਪ੍ਰਭੂ ਨਾਲ ਨਹੀਂ ਮਿਲ ਸਕਦਾ, ਉਹ ਰਸਤੇ ਚੱਲ ਕੇ ਆਪਣੇ ਘਰ ਨਹੀਂ ਪਹੁੰਚ ਸਕਦਾ, ਇਹ ਤੁਹਾਡੇ 'ਤੇ ਹੈ ਫੈਸਲਾ। ਜੇ ਪਿਤਾ ਨੇ ਕਿਹਾ ਇੱਥੇ ਰਹਿਣਾ ਅਤੇ ਇੱਧਰ ਆਉਣਾ, ਕਰਮ ਕਰਨਾ, ਇਹ ਸਾਰੇ ਗੁਣ ਨਾ ਰੱਖਣੇ ਆਪਣੇ, ਇੱਥੇ ਆਉਣਾ ਕੰਮ ਕਰਕੇ ਵਾਪਸ ਆਏ ਵਾਪਸ। ਮੇਰੀ ਬੇਨਤੀ ਸਮਝ ਆ ਰਹੀ ਤੁਹਾਨੂੰ? ਕਿਉਂਕਿ ਗੁਰਮੁਖ ਇੱਥੋਂ ਆਪਣਾ ਜੀਵਨ ਸ਼ੁਰੂ ਹੋਣਾ, ਜੇ ਆਪਾਂ ਇਹੀ ਕੰਮ ਕਰਦੇ ਰਹੇ ਨਾ ਜਿਵੇਂ ਹੁਣ ਚੱਲ ਰਹੇ ਹਾਂ, ਇਹ ਸਾਰਾ ਭੁਲੇਖੇ 'ਚ ਨਿਕਲ ਜਾਣਾ ਜੀਵਨ, ਉਦੋਂ ਪਤਾ ਲੱਗਣਾ ਜਦੋਂ ਜੰਮ ਨੇ ਡੰਡਾ ਮਾਰਿਆ ਤੇ ਗੰਢ ਖੋਲਤੀ ਆਣ ਕੇ, ਫਿਰ ਪਿਛੋੜ ਆਉਣੀ ਉੱਥੇ ਕਿ ਆਹ ਕੀ ਹੋ ਗਿਆ। ਉਸ ਤੋਂ ਪਹਿਲਾਂ ਹੀ ਆਪਾਂ ਆਪਣੇ ਘਰ ਨੂੰ ਚਲੇ ਜਾਈਏ, ਆਹ ਛੱਡਦੀ ਹੈ, ਸਾਡੇ ਪਿਤਾ ਸਾਨੂੰ ਰੋਕ ਰਹੇ ਨੇ ਇਸ ਰਸਤੇ ਤੋਂ ਜਾਣ 'ਤੇ, ਅੱਜ ਤੋਂ ਬਾਅਦ ਤੁਸੀਂ ਕਿਸੇ ਨਾਲ ਦੁਬਧਾ ਨਹੀਂ ਕਰਨੀ, ਨਹੀਂ ਕਰਨੀ, ਨਹੀਂ ਕਰਨੀ, ਨਹੀਂ ਕਰਨੀ, ਜੇ ਤਾਂ ਵਾਹਿਗੁਰੂ ਨੂੰ ਮਿਲਣਾ ਚਾਹੁੰਦੇ, ਜੇ ਤੁਹਾਡੇ ਅੰਦਰ ਪਿਆਰ ਹੈ ਸੱਚਾ, ਇਹ ਤੁਹਾਨੂੰ ਤੁਹਾਡੇ ਗੁਰੂ ਦਾ ਹੁਕਮ ਹੈ, ਗੁਰਬਾਣੀ ਗੁਰੂ ਦਾ, ਅੱਜ ਤੋਂ ਬਾਅਦ ਕਿਸੇ ਦੀ ਨਿੰਦਿਆ ਚੁਗਲੇ ਨਹੀਂ ਕਰਨੀ ਤੁਸੀਂ, ਇਹ ਤੁਹਾਨੂੰ ਤੁਹਾਡੇ ਗੁਰੂ ਦਾ ਹੁਕਮ ਹੈ, ਅੱਜ ਤੋਂ ਬਾਅਦ ਤੁਸੀਂ ਨਿਮਰਤਾ 'ਚ ਰਹਿਣਾ, ਹੋਮੇ 'ਚ ਨਹੀਂ ਜਾਣਾ, ਇਹ ਤੁਹਾਨੂੰ ਤੁਹਾਡੇ ਗੁਰੂ ਦਾ ਹੁਕਮ ਹੈ, ਅੱਜ ਤੋਂ ਬਾਅਦ ਲੋਕ ਲੱਜਾ ਤੋਂ ਸੰਸਾਰ ਤੋਂ ਉੱਪਰ ਉੱਠ ਕੇ ਤੁਸੀਂ ਆਪਣੇ ਪਿਤਾ ਦੀ ਉਸਤਤ ਕਰਨੀ, ਜਿੱਥੇ ਵੀ ਬਹਿਣਾ ਉੱਥੇ ਆਪਣੇ ਪਿਤਾ ਦੀ ਗੱਲ ਕਰਨੀ ਹੈ,
ਸੰਸਾਰ ਦੀ ਲੋਕ ਲੱਜਾ ਤੋਂ ਉੱਪਰ ਉੱਠ ਕੇ ਕਿ ਸੰਸਾਰ ਮੈਨੂੰ ਕੀ ਕਹੇਗਾ, ਤੁਹਾਨੂੰ ਕੀ ਲੱਗੇ, ਤੁਸੀਂ ਆਪਣੇ ਪਿਤਾ ਨੂੰ ਮਿਲਣਾ, ਸੰਸਾਰ ਨੇ ਨਹੀਂ ਮਿਲਣਾ, ਉਹ ਇੱਧਰ ਚੱਲ ਰਿਹਾ। ਸੰਸਾਰ ਨੇ ਤਾਂ ਆਲਰੇਡੀ ਕਿਹਾ ਕਿ ਮੈਂ ਤਾਂ ਵਾਪਸ ਨਹੀਂ ਜਾਣਾ, ਉਹ ਤਾਂ ਇੱਧਰ ਚੱਲ ਰਿਹਾ ਅਤੇ ਆਪਾਂ ਵੀ ਉੱਧਰ ਚੱਲੀ ਜਾ ਰਹੇ ਹਾਂ, ਆਪਾਂ ਛੱਡਦੇ ਹੀ ਹੁਣ ਇੱਧਰ ਨੂੰ ਜਾਣਾ, ਲਿਖਦੇ ਰਸਤੇ। ਠੀਕ ਹੈ ਗੁਰਮੁਖ ਪਿਆਰਿਓ, ਹਾਂਜੀ ਇਹ ਪਹਿਚਾਣ ਸਿਰਫ ਕਰਨੀ ਆਪਾਂ, ਅੱਜ ਸਿਰਫ ਪਹਿਚਾਣ ਹੀ ਕਰਨ ਵਾਸਤੇ ਬੇਨਤੀ ਹੈ ਕਿ ਆਪਾਂ ਪ੍ਰੇਤ ਹਾਂ, ਪਸ਼ੂ ਹਾਂ ਕਿ ਮਨੁੱਖ ਹਾਂ। ਜਿਹੜਾ ਮਨੁੱਖ ਹੈ ਨਾ ਉਹ ਆਪਣੇ ਗੁਰੂ ਨੂੰ ਮੰਨੇਗਾ, ਉਹ ਗੁਰੂ ਦੀ ਰਿਸਪੈਕਟ ਕਰੇਗਾ, ਉਹ ਹੁਕਮ ਜਾਏਗਾ, ਉਹ ਸ਼ਬਦ ਅਭਿਆਸ ਕਰੇਗਾ, ਉਹ ਕਮਾਈ ਕਰੇਗਾ, ਜਿਵੇਂ ਗੁਰਬਾਣੀ ਕਹਿ ਰਹੀ ਉਹ ਜੀਵਨ ਬਣਾਏਗਾ। ਠੀਕ ਹੈ ਜੀ, ਸੌ ਦੋ ਕੁ ਮਿੰਟ ਲਈ ਆਪਾਂ ਅਭਿਆਸ ਕਰੀਏ, ਸਮਾਂ ਆਪਣਾ ਹੋ ਗਿਆ। ਤੁਹਾਡੇ ਚਰਨਾਂ 'ਚ ਬੇਨਤੀ, ਹੁਣ ਇਹ ਰਸਤੇ ਨਹੀਂ ਜਾਣਾ, ਆਪਾਂ ਇਹ ਰਸਤੇ ਚੱਲਣਾ। ਸਾਰੇ ਕਰੋ ਜੀ ਕਿਰਪਾ, ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ। ਸੋ ਇੰਨੀਆਂ ਕਿ ਬੇਨਤੀਆਂ ਪ੍ਰਵਾਨ ਕਰਨੀਆਂ। ਗੁਰਬਾਣੀ ਗੁਰੂ ਆਗਾਧ ਅਵਧ ਹੈ, ਵਿਚਾਰ ਕਰਦੇ ਕਨੇ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਹੋ ਜਾਂਦੀਆਂ। ਆਪ ਸੰਗਤ ਗੁਰੂ ਸਾਹਿਬ ਬਖਸ਼ਣ ਯੋਗ ਹੋ, ਦਿਆ ਕਰਕੇ ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਾਨੂੰ ਗੁਰਮੁਖ ਪਿਆਰੇ ਭਾਈ ਸਾਹਿਬ ਭਾਈ ਕਮਲਜੀਤ ਸਿੰਘ ਜੀ, ਜਿਨ੍ਹਾਂ 'ਤੇ ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਹੈ, ਬੜੇ ਹੀ ਸਹਿਜ ਵਿੱਚ ਗੁਰਮੁਖ ਪਿਆਰਿਆਂ ਨੇ ਆਪਾਂ ਨੂੰ ਆਪਣੇ ਮਨ ਦਾ ਭੇਦ ਸਮਝਾਇਆ ਕਿ ਸਾਡਾ ਮਨ ਕਿੱਥੇ ਵਿਚਰਦਾ, ਕਿਸ ਅਵਸਥਾ ਵਿੱਚ ਹੈ, ਪਸ਼ੂ ਵਿੱਚ ਹੈ, ਪ੍ਰੇਤ ਵਿੱਚ ਹੈ ਜਾਂ ਇਨਸਾਨ ਵਿੱਚ ਹੈ। ਇਹ ਜਾਣਨਾ ਵਾਕਿਆ ਹੀ ਬਹੁਤ ਜ਼ਰੂਰੀ ਹੈ,
ਕਿਸੇ ਧੋਖੇ ਵਿੱਚ ਨਾ ਰਹੀਏ। ਅਗਰ ਸਾਨੂੰ ਪਤਾ ਹੋਏਗਾ ਕਿ ਅਸੀਂ ਕਿਸ ਹੱਟ 'ਤੇ ਵਿਚਰਦੇ ਹਾਂ ਅਤੇ ਹਜੇ ਸਮਾਂ ਹੈ, ਸਾਡੇ ਕੋਲ ਸਵਾਸ ਹਨ, ਸਤਿਗੁਰੂ ਜੀ ਕੋਲੋਂ ਪੁੱਛ ਕੇ ਸੰਗਤ ਵਿੱਚ ਆ ਕੇ ਅਸੀਂ ਪ੍ਰੇਤ ਤੋਂ, ਅਸੀਂ ਪਤੀ ਪਸ਼ੂ ਤੋਂ, ਇਨਸਾਨ ਤੋਂ ਉੱਪਰ ਉੱਠ ਸਕਦੇ ਹਾਂ। ਸੋ ਗੁਰਮੁਖ ਪਿਆਰਿਓ, ਇਸ ਨੂੰ ਜੀਵਨ ਜਾਚ ਆਖਦੇ ਆ। ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਾਨ ਕੋਟ ਧੰਨਵਾਦ ਹੈ, ਜਿਨ੍ਹਾਂ ਨੇ ਆਪਣੀ ਦਇਆ ਦ੍ਰਿਸ਼ਟੀ ਕੀਤੀ ਹੈ। ਅੱਜ ਕੈਂਪ ਦਾ ਦੂਸਰਾ ਦਿਨ ਨੇਪਰੇ ਚੜ੍ਹਿਆ ਹੈ। ਸੰਗਤ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਜੋ ਦੂਰੋਂ ਨੇੜਿਓਂ ਚੱਲ ਕੇ ਸਵੇਰ ਤੋਂ ਜੁੜ ਕੇ ਬੈਠੀ ਹੈ, ਬਹੁਤ ਧੰਨਵਾਦ ਹੈ ਸੰਗਤ ਦਾ। ਸੋ ਗੁਰਮੁਖ ਪਿਆਰਿਓ, ਇਸ ਨਾਲ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ ਹੈ। ਹੁਣ ਆਪਾਂ ਸਾਰਿਆਂ ਨੇ ਰਲ ਮਿਲ ਕੇ ਛੇ ਪੌੜੀਆਂ ਅਨੰਦ ਸਾਹਿਬ ਦਾ ਪਾਠ ਕਰਨਾ ਹੈ। ਉਸ ਤੋਂ ਉਪਰੰਤ ਅਰਦਾਸ ਹੋਵੇਗੀ, ਸੁਖਾਸਨ ਹੋਣਗੇ, ਗੁਰੂ ਕੇ ਲੰਗਰ ਚੱਲ ਰਹੇ ਨੇ। ਸੋ ਗੁਰਮੁਖ ਪਿਆਰੇ, ਆਓ ਸਾਰੇ ਰਲ ਮਿਲ ਕੇ ਅਨੰਦ ਸਾਹਿਬ ਦੀਆਂ ਛੇ ਪੌੜੀਆਂ ਦਾ ਪਾਠ ਕਰੀਏ ਜੀ। ਰਾਮ ਕਲੀ ਮਹੱਲਾ ਤੀਜਾ, ਆਨੰਦ ਕਿਮਕਾਰ ਸਤਿਗੁਰ ਪ੍ਰਸਾਦ, ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ, ਮਨ ਵਜੀਆਂ ਵਧਾਈਆਂ, ਰਾਗ ਰਤਨ ਪਰਵਾਰ ਭਰੀਆਂ, ਸ਼ਬਦੋ ਤਗਾਵੋ ਹਰੀ ਕੇਰਾ, ਕਹੇ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ, ਏ ਮਨ ਮੇਰਿਆ ਤੂੰ ਸਦਾ ਰੋ ਹਰ ਨਾਲ ਰੋ ਤੂੰ ਮਨ ਮੇਰੇ, ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਣਾ, ਸੋ ਕਿਉਂ ਮਨੋ ਵਿਸਾਰੇ, ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰੇ, ਕਰ ਤਾਂ ਤੇਰੇ ਸਭ ਕੁਛ ਹੈ, ਜਿਸ ਦੇ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ, ਕਿਆ ਨਹੀਂ ਕਰ ਤੇਰੇ, ਸਾਚਾ ਨਾਮ ਮੇਰਾ ਆਧਾਰ, ਸੱਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਜਿਨ ਇੱਛਾ ਸਭ ਪਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਬੇਟੋਂ, ਜਿਸ ਦੀਆਂ ਇਹ ਵਡਿਆਈਆਂ, ਸਾਚਾ ਨਾਮ ਮੇਰਾ ਆਧਾਰੋ, ਬਾਜੇ ਪੰਚ ਸ਼ਬਦ ਤਿਤ ਘਰ ਸੁਭਾਗੇ, ਘਰ ਸੁਭਾਗੇ ਕਲਾ ਜਿਤ ਕਰ ਧਾਰਿਆ, ਪੰਚ ਦੂਤ ਤੁਦ ਵਸ ਕੀਤੇ ਕਾਲ ਕੰਟਕ ਮਾਰਿਆ, ਸੇ ਨਾਮ ਹਰ ਕੇ ਲਾਗੇ, ਤਿਤ ਕਰ ਅਨਹਦ ਵਾਜੇ, ਆਨੰਦ ਸੁਣੋ ਬਡ ਭਾਗਿਓ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ, ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਭਏ ਸਰਸੇ ਪੂਰੇ, ਗੁਰ ਤੇ ਜਾਣੀ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ ਸਲੋਕ, ਪਵਣ ਗੁਰੂ ਪਾਣੀ ਪਿਤਾ, ਦਿਵਸ ਰਾਤ ਦੋਏ ਦਾਈ ਦਾਇਆ, ਖੇਲੈ ਸਗਲ ਜਗਤ, ਵਾਚੇ ਧਰਮ ਹਦੂਰ, ਕਰਮੀ ਆਪੋ ਆਪਣੀ ਕੇ ਨੇੜੇ, ਜਿੰਨੀ ਨਾਮ ਧਿਆਇਆ ਗਏ ਮੁਸ਼ਕਤ ਕਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ, ਜਿੰਨੀ ਨਾਮ ਧਿਆਇਆ ਗਏ ਮੁਸ਼ਕਤ ਕਾਲ,
ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕਰ ਤੁਮ ਪੈ ਅਰਦਾਸ, ਜੀਓ ਪਿੰਡ ਤੇਰੀ ਰਾਸ, ਤੁਮ ਮਾਤ ਪਿਤਾ।